ਨਾਨਕ ਅੰਗਦ ਗੁਰੂ ਅਮਰਦਾਸ ਪਗ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਗੁਰੂ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨਰਾਗ ਗੁਰ ਕਾ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਵਿਤ ਨਾਮ ਕੋ ਭਜਨ ਨੀਕੋ ਪਹਿਰ ਸਨਾਹ ਤਨ ਕੋਟਕ ਤਰਕ ਤਰਵਾਰ ਨਾ ਕਟਤ ਹੈ ਨਾਮ ਕੋ ਭਜਨ ਨੀਕੋ ਪਹਿਰ ਸਨਾਹ ਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਜੀ ਦੀ ਸਾਜੀ ਨਿਵਾਜੀ ਹੋਈ ਸਨਮਾਨਯੋਗ ਸਾਧ ਸੰਗਤ ਜੀਓ ਗੁਰਦੁਆਰਾ ਸਿੰਘ ਸਭਾ ਮਾਲਟਨ ਦੇ ਦਰਬਾਰ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸੱਜ ਰਹੇ ਨੇ ਜਿਸ ਵਿੱਚ ਸੰਗਤਾਂ ਨੇ ਰੱਬੀ ਬਾਣੀ ਦਾ ਕੀਰਤਨ ਸਰਵਣ ਕਰਕੇ ਹਾਜ਼ਰੀਆਂ ਲਗਵਾਈਆਂ ਨੇ ਇਤਿਹਾਸ ਦੀ ਕਥਾ ਜੋ ਹਰ ਰੋਜ਼ ਆਪਾਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਸਰਵਣ ਅਤੇ ਵਰਣਨ ਕਰਦੇ ਹਾਂ ਇਹ ਜਗਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸੁਮੇਰ ਪਰਬਤ 'ਤੇ ਜਾਣ ਦਾ ਪ੍ਰਸੰਗ ਆਰੰਭ ਹੋ ਰਿਹਾ ਹੈ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜਦੋਂ ਸਿੱਧਾਂ ਦੇ ਪਾਸ ਜਾਣਾ ਹੈ ਤੇ ਸਿੱਧ ਜਿਹੜੇ ਨੇ ਉਹ ਵੀ ਬੜੇ ਗਿਆਨ ਦੇ ਵਿੱਚ ਨਿਪੁੰਨ ਹਨ ਔਰ ਜਿਹੜੀ ਉਹਨਾਂ ਦੀ ਵਿੱਦਿਆ ਹੈ ਉਹ ਵੀ ਉਹਨਾਂ ਤੋਂ ਬਿਨਾਂ ਹੋਰ ਕਿਸੇ ਦੇ ਪਾਸ ਹੈ ਹੀ ਨਹੀਂ ਹੈ ਪਤੰਜਲ ਨਾਮ ਦੇ ਰਿਹੀ ਨੇ ਇਹ ਯੋਗ ਦਰਸ਼ਨ ਨਾਮ ਦਾ ਗ੍ਰੰਥ ਲਿਖਿਆ ਸੀ ਔਰ ਇਹ ਯੋਗ ਮਤ ਜਿਹੜਾ ਇਹ ਪ੍ਰਾਰੰਭ ਹੋਇਆ ਲਗਭਗ ਈਸਵੀ ਤੋਂ ਥੋੜ੍ਹਾ ਜਿਹਾ ਸਮਾਂ ਪਹਿਲਾਂ ਤੋਂ ਚੱਲਦਾ ਚੱਲਦਾ ਹੁਣ ਗੋਰਖਨਾਥ ਇਸ ਸਮੇਂ ਇਸ ਸਿੱਧ ਮੰਡਲੀ ਦਾ ਗੁਰੂ ਹੈ ਇਹ ਉੱਪਰ ਪਹਾੜੀਆਂ ਦੇ ਉੱਪਰ ਰਹਿੰਦੇ ਨੇ ਬਹੁਤ ਤਰ੍ਹਾਂ ਦੀ ਇਹਨਾਂ ਦੇ ਕੋਲ ਇਹ ਕਾਇਆਂ ਦੇ ਨਾਲ ਸੰਬੰਧਿਤ ਜਿਹੜੀ ਇਹ ਵਿੱਦਿਆ ਹੈ ਇਹਨਾਂ ਨੇ ਸਿੱਧੀਆਂ ਬਹੁਤ ਪ੍ਰਾਪਤ ਕੀਤੀਆਂ ਹੋਈਆਂ ਸਿੱਧੀਆਂ ਜੋ ਨੇ ਉਹਦੇ ਨਾਲ ਸਰੀਰ ਦੇ ਕਰਤੱਬ ਦਿਖਾਲ ਲਈਦੇ ਹੈ ਤੋ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਪਤਾ ਹੈ ਕਿ ਇਹਨਾਂ ਨੇ ਇਹ ਸਾਧਨਾ ਕਰ ਕਰਕੇ ਪ੍ਰਾਪਤੀਆਂ ਤਾਂ ਕਰ ਲਈਆਂ ਨੇ ਲੇਕਿਨ ਸਮਾਜ ਨੂੰ ਇਹਨਾਂ ਦਾ ਕੋਈ ਫਾਇਦਾ ਨਹੀਂ ਮਿਲ ਰਿਹਾ ਬਲਕਿ ਜਦੋਂ ਕਿਤੇ ਇਹ ਮੈਦਾਨੀ ਇਲਾਕਿਆਂ ਦੇ ਵਿੱਚ ਕਿਸੇ ਪੁਰਬ ਦੇ ਉੱਤੇ ਆਉਂਦੇ ਨੇ ਜਾਂ ਲੋਕਾਂ ਦੇ ਵਿੱਚ ਆ ਕੇ ਬੈਠਦੇ ਨੇ ਸਿਵਾਏ ਇਸ ਚੀਜ਼ ਦੇ ਇਹਦਾ ਕੋਈ ਹੋਰ ਫਾਇਦਾ ਨਹੀਂ ਲੈਂਦੇ ਕਿ ਲੋਕਾਂ ਨੂੰ ਜਾਦੂਗਰਾਂ ਵਾਲੀਆਂ ਇਹ ਖੇਡਾਂ ਜਿਹੜੀਆਂ ਨੇ ਸਿੱਧਾਂ ਦੀਆਂ ਸ਼ਕਤੀਆਂ ਦੇ ਦੁਆਰਾ ਇਹ ਦਿਖਾਲ ਕੇ ਸਿੱਧੀਆਂ ਦੇ ਦੁਆਰਾ ਤੋ ਇਹ ਸਿਰਫ ਅਤੇ ਸਿਰਫ ਲੋਕਾਂ ਨੂੰ ਡਰਾਉਂਦੇ ਨੇ ਹੋਰ ਕੋਈ ਇਨਸਾਨ ਨੇ ਜ਼ਿੰਦਗੀ ਦੇ ਅੰਦਰ ਜਿਸ ਤਰ੍ਹਾਂ ਸੁਖਮਈ ਜ਼ਿੰਦਗੀ ਜਿਉਣੀ ਹੈ ਕੋਈ ਸਹੀ ਢੰਗ ਤਰੀਕਾ ਜਿਹੜਾ ਨਾ ਇਹਨਾਂ ਨੇ ਆਪ ਅਪਣਾਇਆ ਅਤੇ ਨਾ ਇਹ ਜਿਹੜਾ ਇਹ ਮਨੁੱਖਤਾ ਨੂੰ ਦੱਸ ਰਹੇ ਇਸ ਲਈ ਇਹਨਾਂ ਦਾ ਸੁਧਾਰ ਕਰਨਾ ਬੜਾ ਜ਼ਰੂਰੀ ਹੈ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਮੇਰ ਪਰਬਤ ਵੱਲ ਨੂੰ ਜਾ ਰਹੇ ਨੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਇਸ ਇਤਿਹਾਸ ਨੂੰ ਲਿਖਣ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਸਾਹਿਬ ਜੀ ਨੇ ਲਿਖਿਆ ਹੈ ਕਿ ਉਹ ਕਹਿੰਦੇ ਨੇ ਕਿ ਸਤਿਗੁਰੂ ਮਹਾਰਾਜ ਜੀ ਦੇ ਪਾਸ ਐਸੀ ਇੱਕ ਸੈਨਾ ਹੈ ਕਿ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਗਤੀ ਦਾ ਜਿਹੜਾ ਹੈ ਅਗਲੇ ਪਾਸੇ ਨਿਸ਼ਾਨ ਸਾਹਿਬ ਜਿਹੜਾ ਹੈ ਉਹ ਝੁੱਲ ਰਿਹਾ ਹੈ ਜਿਸ ਨੂੰ ਪਰਮੇਸ਼ੁਰ ਦੇ ਨਾਲ ਪ੍ਰੇਮ ਪਾਉਣਾ ਜਿਹੜਾ ਹੈ ਉਹਦਾ ਕੱਪੜਾ ਲੱਗਿਆ ਹੋਇਆ ਹੈ ਇਸੇ ਤਰ੍ਹਾਂ ਮਹਾਰਾਜ ਪਾਤਸ਼ਾਹ ਦੀ ਪਰਮੇਸ਼ੁਰ ਦੀ ਜਿਹੜੀ ਕੀਰਤੀ ਦਿਨ ਰਾਤ ਮਹਾਰਾਜ ਕੀਰਤਨ ਕਰਕੇ ਰਬਾਬ ਦੇ ਦੁਆਰਾ ਅਤੇ ਭਾਈ ਬਾਲਾ ਮਰਦਾਨਾ ਜੀ ਦੇ ਸਮੇਤ ਜਿਹੜੀ ਕੀਰਤੀ ਕਰਦੇ ਨੇ
ਉਹ ਮਹਾਰਾਜ ਜੀ ਦੀ ਸੈਨਾ ਦਾ ਅੱਗੇ ਨਗਾਰਾ ਹੈ ਔਰ ਇਹਦੀ ਆਵਾਜ਼ ਜਿਹੜੀ ਹੈ ਉਹ ਆਕਾਸ਼ ਦੇ ਬੱਦਲਾਂ ਦੇ ਨਾਲੋਂ ਵੀ ਜਿਹੜੀ ਹੈ ਉਹ ਭਾਰੀ ਹੈ। ਗਿਆਨ ਦੀ ਮਹਾਰਾਜ ਪਾਤਸ਼ਾਹ ਜੀ ਦੇ ਹੱਥ ਦੇ ਵਿੱਚ ਖੜਗ ਹੈ ਔਰ ਜਿਹੜੀਆਂ ਯੁਗਤੀਆਂ ਨੇ ਸਤਿਗੁਰੂ ਜੀ ਦੇ ਕੋਲ ਦੁਨੀਆਂ ਦਾ ਸੁਧਾਰ ਕਰਨ ਦੇ ਲਈ ਜਿਹੜੇ ਬੜੇ ਬੜੇ ਚਾਤਰ ਅਤੇ ਨਿਪੁੰਨ ਲੋਕ ਹੁੰਦੇ ਨੇ ਉਹਨਾਂ ਨੂੰ ਯੁਗਤੀਆਂ ਉਕਤੀਆਂ ਦੇ ਨਾਲ ਜਦੋਂ ਮਹਾਰਾਜ ਪਾਤਸ਼ਾਹ ਜੀ ਜਿੱਤਦੇ ਨੇ ਇਹ ਜਿਹੜੀਆਂ ਯੁਗਤੀਆਂ ਨੇ ਇਹਦਾ ਕਮਾਨ ਹੈ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਮੋਢੇ ਦੇ ਉੱਤੇ। ਜਦੋਂ ਮਹਾਰਾਜ ਦ੍ਰਿਸ਼ਟਾਂਤ ਦਿੰਦੇ ਨੇ ਫਿਰ ਦਲੀਲ ਦੇ ਨਾਲ ਇਹ ਜਿਹੜੇ ਅਨੇਕਾਂ ਤਰ੍ਹਾਂ ਦੇ ਦ੍ਰਿਸ਼ਟਾਂਤ ਨੇ ਸਤਿਗੁਰੂ ਮਹਾਰਾਜ ਜੀ ਦੇ ਪਾਸ ਇਹ ਸਤਿਗੁਰੂ ਜੀ ਨੇ ਭੱਥੇ ਦੇ ਵਿੱਚ ਤੀਰ ਭਰ ਕੇ ਭੱਥਾ ਜਿਹੜਾ ਹੈ ਇਹ ਮੋਢੇ ਦੇ ਉੱਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਪਾਇਆ ਹੋਇਆ ਹੈ। ਜਦੋਂ ਮਹਾਰਾਜ ਪਾਤਸ਼ਾਹ ਜੀ ਪਖੰਡ ਦੇ ਗੜ੍ਹ ਪਖੰਡ ਦੇ ਕਿਲਿਆਂ ਨੂੰ ਜਿੱਤਣ ਵਾਸਤੇ ਜਾਂਦੇ ਹੈ ਜਿੱਥੇ ਫਿਰ ਬੜਾ ਕਿਲਾ ਭਾਰੀ ਹੁੰਦਾ ਹੈ ਉੱਥੇ ਮਹਾਰਾਜ ਕਰਾਮਾਤ ਦੀ ਤੋਪ ਚਲਾਉਂਦੇ ਨੇ। ਉਹ ਤੋਪ ਮਹਾਰਾਜ ਪਾਤਸ਼ਾਹ ਜੀ ਦੇ ਪਾਸ ਹੈ ਉਹ ਉਦੋਂ ਚਲਾਉਂਦੇ ਨੇ ਜਦੋਂ ਫਿਰ ਕੋਈ ਵੱਡਾ ਕਿਲਾ ਜਿਹੜਾ ਹੈ ਉਹ ਢਾਇਆ ਨਹੀਂ ਜਾਣਾ ਹੁੰਦਾ। ਕਰਾਮਾਤ ਦੀ ਤੋਪ ਚਲਾ ਕੇ ਢਾ ਕੇ ਸਾਰਾ ਮੈਦਾਨ ਬਣਾ ਦਿੰਦੇ ਨੇ ਸੱਚੇ ਪਾਤਸ਼ਾਹ ਜੀ। ਫਿਰ ਜਿਹੜੇ ਵੈਰੀ ਹੁੰਦੇ ਨੇ ਉਹ ਫਿਰ ਕੁਝ ਤਾਂ ਜਿਹੜੇ ਇਸ ਪ੍ਰਕਾਰ ਆਪਾ ਸਮਰਪਣ ਕਰ ਦਿੰਦੇ ਹੈ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਆ ਕੇ ਤਨ ਮਨ ਜਿਹੜਾ ਹੈ ਉਹ ਭੇਟ ਕਰ ਦਿੰਦੇ ਹੈ। ਇਹਨਾਂ ਪਵਿੱਤਰ ਬਚਨਾਂ ਦੇ ਦੁਆਰਾ ਧੰਨ ਗੁਰੂ ਨਾਨਕ ਸਾਹਿਬ ਦੀ ਉਸਤਤੀ ਕਰਦਿਆਂ ਕਰਦਿਆਂ ਕਵੀ ਸੰਤੋਖ ਸਿੰਘ ਸਾਹਿਬ ਜੀ ਇਸ ਪ੍ਰਸੰਗ ਨੂੰ ਅੱਗੇ ਲਿਜਾ ਰਹੇ ਨੇ। ਸਰਵਣ ਕਰਕੇ ਲਾਹਾ ਲਈਏ ਜੀ। ਨਾਮ ਕੋ ਭਜਨ ਨੀਕੋ ਪਹਿਰ ਸੁਨਾਹਿ ਤਨ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਜਿਹੜਾ ਨਾਮ ਸਿਮਰਨ ਕਰਦੇ ਨੇ ਭਜਨ ਕਰਦੇ ਨੇ ਕਵੀ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਉਹ ਗੁਰੂ ਜੀ ਨੇ ਸੁਨਾਹਾ ਪਾਈ ਹੋਈ ਹੈ ਜਿਹੜੀ ਸੰਜੋਹ ਹੁੰਦੀ ਹੈ ਸੰਜੋਹ ਉਹ ਮਹਾਰਾਜ ਪਾਤਸ਼ਾਹ ਜੀ ਨੇ ਪਾਈ ਹੋਈ ਹੈ। ਕੋਟਕ ਤਰਕ ਤਰਵਾਰ ਨਾ ਕਟਤ ਹੈ। ਕਰੋੜਾਂ ਹੀ ਜਿਹੜੀਆਂ ਤਰਕਾਂ ਨੇ ਜੋ ਇਸ ਪ੍ਰਕਾਰ ਜਿਹੜੀਆਂ ਤਰਕਾਂ ਨੇ ਲੋਕੀ ਕਰਦੇ ਜਦੋਂ ਮਹਾਰਾਜ ਪਾਤਸ਼ਾਹ ਜੀ ਦੇ ਅੱਗੇ ਤੇ ਉਹ ਮੰਨ ਲਓ ਲੋਕਾਂ ਦੀਆਂ ਤਲਵਾਰਾਂ ਨੇ ਤੇ ਮਹਾਰਾਜ ਨੇ ਭਗਤੀ ਦੀ ਇਹੋ ਜਿਹੀ ਸੰਜੋਹ ਪਾਈ ਹੋਈ ਹੈ ਵੀ ਉਹ ਲੋਕਾਂ ਦੀਆਂ ਤਰਕਾਂ ਰੂਪ ਤਲਵਾਰਾਂ ਮਹਾਰਾਜ ਜੀ ਦੀ ਭਗਤੀ ਰੂਪ ਸੰਜੋਹ ਨੂੰ ਕੱਟ ਨਹੀਂ ਸਕਦੀਆਂ। ਨੀਮੋ ਮਨ ਰੱਖਣ ਸਿਪਰ ਗਹਿ ਹਾਥ ਬਿਖੈ। ਮਹਾਰਾਜ ਪਾਤਸ਼ਾਹ ਜੀ ਨੇ ਜਿਹੜਾ ਮਨ ਨਿਮਰਤਾ ਦੇ ਵਿੱਚ ਰੱਖਿਆ ਇਹ ਸਤਿਗੁਰਾਂ ਨੇ ਇੱਕ ਢਾਲ ਪਕੜੀ ਹੋਈ ਹੈ ਹੱਥ ਦੇ ਵਿੱਚ। ਕ੍ਰੋਧ ਰੂਪ ਬਾਣ ਜਾ ਕੋ ਛੋਏ ਨਾ ਸ਼ਕਤ ਹੈ। ਜਿਹੜਾ ਕੋਈ ਬੜਾ ਕ੍ਰੋਧੀ ਮਿਲਦਾ ਹੈ ਤੇ ਬੜੇ ਉਹ ਕ੍ਰੋਧ ਬੋਲ ਬੋਲ ਕੇ ਬਾਣ ਚਲਾਉਂਦਾ ਤੀਰ ਚਲਾਉਂਦਾ ਹੈ ਸਤਿਗੁਰੂ ਜੀ ਦੇ ਕੋਲ ਨਿਮਰਤਾ ਰੂਪ ਜਿਹੜੀ ਢਾਲ ਹੈ ਉਹ ਕ੍ਰੋਧ ਰੂਪ ਬਾਣ ਜਿਹੜੇ ਆ ਉਹ ਫਿਰ ਚੱਲਦੇ ਨਹੀਂ ਹਨ ਉਹ ਨੁਕਸਾਨ ਨਹੀਂ ਕਰ ਸਕਦੇ। ਧੀਰਜ ਸੰਤੋਖ ਸਤਦਾਨ ਇਸ ਨਾਨ ਮਤ। ਬਾਕੀ ਮਹਾਰਾਜ ਜੀ ਦੇ ਸ਼ੁਭ ਗੁਣ ਜਿਹੜੇ ਹਨ ਉਹ ਸਤਿਗੁਰੂ ਮਹਾਰਾਜ ਜੀ ਦੇ ਧੀਰਜ ਸੰਤੋਖ ਸੱਚ ਬੋਲਣਾ ਦਾਨ ਕਰਨਾ ਇਸ਼ਨਾਨ ਦੀ ਮਰਿਆਦਾ ਨਿਭਾਉਣੀ ਦਇਆ ਉਪਕਾਰ ਅਤ ਸ਼ਰਧਾ ਜੀ ਸ਼ਕਤ ਹੈ। ਇਹ ਸਾਰੇ ਜਿਹੜੇ ਗੁਣ ਨੇ ਸਤਿਗੁਰੂ ਮਹਾਰਾਜ ਜੀ ਦੇ ਮਨ ਦੇ ਅੰਦਰ ਟਿਕੇ ਹੋਏ ਨੇ ਇਹ ਸਤਿਗੁਰੂ ਜੀ ਦੀ ਸੈਨਾ ਹੈ। ਧਰਮ ਤੇ ਆਦਿ ਜੋਧਾ ਔਰ ਬੜੇ ਚੜੇ ਸੰਗ। ਮਹਾਰਾਜ ਪਾਤਸ਼ਾਹ ਜੀ ਦੇ ਨਾਲ ਜਿਹੜੇ ਧਰਮ ਦੀ ਪਾਲਣਾ ਕਰਨੀ ਇਤ ਆਦਿਕ ਜਿਹੜੇ ਨੇ ਬੜੇ ਯੋਧੇ ਮਹਾਰਾਜ ਜੀ ਦੇ ਨਾਲ ਚੜ੍ਹਦੇ ਨੇ ਜਦੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਕਿਸੇ ਪਖੰਡ ਦੇ ਗੜ੍ਹ ਨੂੰ ਜਿਹੜਾ ਹੈ ਉਹ ਖਤਮ ਕਰਨ ਲਈ ਚੱਲਦੇ ਹਨ। ਜੀਤ ਵੇ ਕੋ ਮੋਹ ਮਾਰ ਮਾਰ ਹੀ ਰਟਤ ਹੈ। ਇਹ ਜਿਹੜੀ ਸਾਰੀ ਸੈਨਾ ਹੈ ਜਿਸ ਤਰ੍ਹਾਂ ਸੈਨਾ ਜਿਹੜੀ ਹੈ ਮਾਰੋ ਮਾਰ ਕਰਦੀ ਹੋਈ ਜਾਂਦੀ ਹੁੰਦੀ ਹੈ ਇਹ ਜਿਹੜੀ ਸ਼ੁਭ ਗੁਣਾਂ ਦੀ ਸੈਨਾ ਹੈ ਇਹ ਵੀ ਇਸ ਤਰ੍ਹਾਂ ਦੇ ਪਖੰਡ ਦੇ ਜਿਹੜੇ ਗੜ੍ਹ ਨੇ ਉਹਨਾਂ ਨੂੰ ਜਿੱਤਣ ਦੇ ਵਾਸਤੇ ਮਾਰ ਮਾਰ ਕਰਦੀ ਸਤਿਗੁਰੂ ਮਹਾਰਾਜ ਜੀ ਦੇ ਨਾਲ ਹੁੰਦੀ ਹੈ। ਇਸ ਪ੍ਰਕਾਰ ਜਬ ਚਲੇ ਮੇਰ ਪੈ ਜਾਣ ਕੋ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਚੱਲ ਪਏ ਨੇ ਸਮੇਰ ਪਰਬਤ ਉੱਪਰ ਜਾਣ ਦੇ ਲਈ। ਸ਼ਕਤ ਸਹਿਤ ਸਭ ਸਿੱਧ ਧਰਤ ਜਹਿ ਮਾਨ ਕੋ। ਜਿੱਥੇ ਭਾਈ ਇਹ ਜਿਹੜੇ ਸਿੱਧ ਨੇ ਉਹ ਰਹਿ ਰਹੇ ਨੇ ਉੱਥੇ ਤੇ ਬਹੁਤ ਵੱਡਾ ਹੰਕਾਰ ਉਹਨਾਂ ਦੇ ਮਨ ਦੇ ਵਿੱਚ ਹੈ। ਇਨ ਕੋ ਜੀਤਣ ਭਲੇ ਬਾਤ ਇਤ ਇਉਂ ਭਈ। ਉਹਨਾਂ ਨੂੰ ਜਿੱਤਣ ਦੇ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਇਧਰੋਂ ਤਾਂ ਤਿਆਰੀ ਇਉਂ ਕੀਤੀ ਕਿ ਜਿਵੇਂ ਭਾਈ ਬਾਲਾ ਜੀ ਨੂੰ ਪੁੱਛਿਆ ਕਿੱਧਰ ਚੱਲੀਏ ਉਹ ਕਹਿੰਦਾ ਮਹਾਰਾਜ ਅਸੀਂ ਤੁਹਾਡੇ ਪਿੱਛੇ ਹੀ ਤੁਰਨ ਵਾਲੇ ਹਾਂ। ਮਹਾਰਾਜ ਪਾਤਸ਼ਾਹ ਜੀ ਨੇ ਉੱਧਰ ਭੈਣ ਨਾਨਕੀ ਨੂੰ ਆਖਿਆ ਸੀ ਵੀ ਅਸੀਂ ਤਾਂ ਭਾਈ ਰਸਤੇ 'ਚ ਹੀ ਖੜੇ ਸਮਝੋ ਸਾਨੂੰ ਜਲਦੀ ਬੜੀ ਹੈ ਕੰਮ ਬਹੁਤ ਜ਼ਰੂਰੀ ਨੇ ਭੈਣ ਤੈਨੂੰ ਮਿਲ ਲਿਆ ਹੈ ਹੁਣ ਚੱਲਣ ਦੇ ਅਤੇ ਫਿਰ ਉਹਨਾਂ ਨੇ ਆਂਸੂ ਵਹਾਉਣੇ ਸ਼ੁਰੂ ਕਰ ਦਿੱਤੇ। ਭਾਈ ਬਾਲਾ ਜੀ ਨੇ ਬੇਨਤੀ ਕੀਤੀ ਮਹਾਰਾਜ ਇੱਕ ਰਾਤ ਠਹਿਰ ਜਾਈਏ ਪਰ ਅਗਲੇ ਦਿਨ ਵੀ ਸਤਿਗੁਰੂ ਮਹਾਰਾਜ ਜੀ ਬਹੁਤ ਜਲਦੀ ਚੱਲ ਪਏ। ਇਧਰੋਂ ਸਤਿਗੁਰੂ ਦਾ ਆਪਣਾ ਜਿਹੜਾ ਇਸ ਸ਼ਡਿਊਲ ਹੈ ਮਾਇੰਡ ਵਿੱਚ ਬਣਾਇਆ ਹੋਇਆ
ਉਹ ਸੰਸਾਰ ਮਹਾਰਾਜ ਜੀ ਇਧਰੋਂ ਤਾਂ ਚੱਲ ਪਏ ਹਨ, ਉਧਰ ਗੋਰਖ ਵਾਲੇ ਪਾਸੇ ਕੀ ਬਣਿਆ ਹੈ? ਗੋਰਖ ਕੀ ਸੁਣੋ ਹਿਰਦੈ ਜਿਉ ਤਿੰਨ ਠਾਈ। ਉਧਰ ਗੋਰਖ ਜਿਹੜਾ ਹੈ, ਉਧਰ ਗੋਰਖ ਨਾਥ ਦੇ ਨਾਲ ਗੁਰੂ ਸਾਹਿਬ ਦੀ ਕੋਈ ਗੱਲ ਚੱਲੀ ਹੈ ਜਾਂ ਨਹੀਂ ਚੱਲੀ, ਉਧਰ ਦੇ ਬਾਰੇ ਸੁਣੋ ਜੀ। ਦੋਹਰਾ ਭਰਥਰ ਪੂਰਬ ਜਬ ਮਿਲਿਓ। ਜਦੋਂ ਪਹਿਲਾਂ ਭਰਥਰੀ ਇੱਕ ਵਾਰ ਭਰਥਰੀ ਨੇ ਗੁਰੂ ਸਾਹਿਬ ਦੇ ਬਾਰੇ ਸੁਣ ਲਿਆ ਸੀਗਾ, ਉਹਨੇ ਜਦੋਂ ਸੁਣਿਆ ਹੈ ਸੁਣੇ ਬਚਨ ਤਤ ਸਾਰ, ਉਹਨੇ ਜਿਹੜੇ ਸੀ ਉਹ ਸਾਰੀਆਂ ਬਚਨਾਂ ਤੇ ਗੱਲਾਂ ਦੇ ਵਿੱਚੋਂ ਨਿਚੋੜ ਬਚਨ ਜਿਹੜੇ ਉਹ ਸੁਣੇ ਸੀ, ਕਿਉਂਕਿ ਉਹਨੂੰ ਇੱਕ ਰਿਖੀ ਮਿਲਿਆ ਸੀ। ਗੋਰਖ ਟਿਕ ਗਾਵਣਿਓ ਤਬ ਹੈ, ਇਹ ਫਿਰ ਭਰਥਰੀ ਜਿਹੜਾ ਜਾਣਕਾਰੀ ਦੇਣ ਦੇ ਵਾਸਤੇ ਆਪਣੇ ਗੁਰੂ ਗੋਰਖ ਨਾਥ ਦੇ ਕੋਲ ਗਿਆ ਹੈ। ਮੰਦੋ ਪਦ ਸਿਰ ਧਾਰ, ਤੇ ਮੱਥਾ ਟੇਕਿਆ ਹੈ ਇਸਨੇ ਆਪਣੇ ਗੁਰੂ ਗੋਰਖ ਦੇ ਪੈਰਾਂ ਤੇ। ਸੁਣੋ ਗੁਰੂ ਜੀ ਬੈਣ ਧਰਾ ਪ੍ਰਭ ਅਵਤਰੇ, ਆਪਣੇ ਗੁਰੂ ਗੋਰਖ ਨੂੰ ਕਹਿੰਦਾ ਹੈ ਕਿ ਹੇ ਮੇਰੇ ਗੁਰੂ ਗੋਰਖ ਜੀ, ਸੁਣਨਾ ਕਰੋ ਕਿ ਅਕਾਲ ਪੁਰਖ ਨੇ ਅਵਤਾਰ ਧਾਰਿਆ ਹੋਇਆ ਹੈ ਧਰਤੀ ਤੇ। ਮਿਲਿਓ ਦੇਵ ਰਿਖ ਮੋਹ ਤਵੈ ਤਿਨ ਸੁਧ ਕਰੇ, ਮੈਨੂੰ ਮਿਲਿਆ ਸੀ ਨਾਰਦ, ਦੇਵ ਰਿਖ ਨਾਮ ਹੈ ਨਾਰਦ ਦਾ। ਇਹ ਕਹਿੰਦਾ ਭਰਥਰੀ ਵੀ ਮੈਨੂੰ ਨਾਰਦ ਰਿਖੀ ਮਿਲਿਆ ਤੇ ਉਹਨੇ ਇਹ ਜਾਣਕਾਰੀ ਦਿੱਤੀ ਹੈ ਵੀ ਅਕਾਲ ਪੁਰਖ ਨੇ ਧਰਤੀ ਤੇ ਆ ਕੇ ਸਰੀਰ ਧਾਰਿਆ ਹੋਇਆ ਹੈ। ਮੈਂ ਬੈਠੋ ਇੱਕ ਥਾਨ ਤਹਾਂ ਸੋ ਆਏ ਕੈ, ਕਹਿੰਦਾ ਹੈ ਭਰਥਰੀ ਕਿ ਮੈਂ ਇੱਕ ਥਾਂ ਤੇ ਬੈਠਾ ਹੋਇਆ ਸੀ ਤੇ ਉੱਥੇ ਇਸ ਪ੍ਰਕਾਰ ਜਿਹੜਾ ਸੀ ਉਹ ਮੇਰੇ ਕੋਲ ਨਾਰਦ ਚੱਲ ਕੇ ਆਇਆ ਤੇ ਉਹਨੇ ਦੱਸਿਆ। ਓ ਪ੍ਰਸ਼ਨ ਉੱਤਰ ਕਹਿ ਸਾਰ ਰਹਿਓ ਹਰ ਖਾਏ ਕੈ, ਉਹਨੇ ਮੇਰੇ ਨਾਲ ਪ੍ਰਸ਼ਨ ਉੱਤਰ ਕੀਤੇ ਤੇ ਬੜਾ ਖੁਸ਼ ਹੋਇਆ ਦੇਵ ਰਿਖੀ ਨਾਰਦ ਤੇ ਉਹਨੇ ਮੈਨੂੰ ਦੱਸਿਆ। ਮਿਲਹੋ ਜਾਏ ਕਹਿ ਥਾਨ ਪੰਥ ਨਿਜ ਆਨੀ, ਇਸ ਲਈ ਕਹਿੰਦਾ ਹੈ ਭਰਥਰੀ ਆਪਣੇ ਗੁਰੂ ਨੂੰ ਰਾਏ ਦਿੰਦਾ ਹੈ, ਕਿਉਂਕਿ ਜਿਹੜਾ ਭਰਥਰੀ ਹੈ ਇਹ ਵੈਸੇ ਬਾਅਦ ਵਿੱਚ ਗੁਰੂ ਸਾਹਿਬ ਜੀ ਦੇ ਉੱਪਰ ਬਹੁਤ ਸ਼ਰਧਾ ਰੱਖਣ ਲੱਗ ਗਿਆ ਸੀ, ਮਹਾਰਾਜ ਪਾਤਸ਼ਾਹ ਨੇ ਇਹਦਾ ਉਧਾਰ ਕੀਤਾ ਸੀ, ਹਾਲੇ ਸਤਿਗੁਰਾਂ ਦੇ ਬਾਰੇ ਇਸ ਪ੍ਰਕਾਰ ਆਪਣੇ ਗੁਰੂ ਦਾ ਅਜੇ ਤਾਬਿਆਦਾਰ ਚੱਲ ਰਿਹਾ, ਆਪਣੇ ਗੁਰੂ ਗੋਰਖ ਦਾ ਤਾਬਿਆਦਾਰ ਚੱਲ ਰਿਹਾ ਹੈ। ਘਰ ਦੇ ਵਿੱਚੋਂ ਇਹ ਰਾਜ ਭਾਗ ਦਾ ਮਾਲਕ ਸੀ, ਘਰ ਦੇ ਵਿੱਚੋਂ ਕੋਈ ਠੋਕਰ ਵੱਜੀ ਸੀ ਦਿਲ ਨੂੰ, ਇਹ ਰਾਜ ਭਾਗ ਤਿਆਗ ਕੇ ਤੇ ਇਹਨੇ ਸੋਚਿਆ ਭਗਤੀ ਕਰਕੇ ਰੱਬ ਨੂੰ ਪ੍ਰਾਪਤ ਕਰਦੇ ਹਾਂ, ਭਗਤੀ ਕਰਨ ਦੇ ਲਈ ਕੋਈ ਯੋਗ ਗੁਰੂ ਨਾ ਲੱਭਾ ਤੇ ਬਾਹਰ ਇਸ ਤਰ੍ਹਾਂ ਯੋਗੀਆਂ ਦਾ ਬੋਲਬਾਲਾ ਸੀ, ਇਹ ਯੋਗੀਆਂ ਦੇ ਸੰਪਰਕ ਵਿੱਚ ਆ ਕੇ ਤੇ ਗੋਰਖ ਨਾਥ ਦੇ ਕੋਲ ਚਲਿਆ ਗਿਆ। ਉਹਨੇ ਆਪਣੇ ਚਿੰਨ੍ਹ ਜਿਹੜੇ ਸੀਗੇ ਉਹ ਸਰੀਰ ਦੇ ਉੱਤੇ ਪਵਾ ਦਿੱਤੇ, ਮੰਗਣ ਵਾਸਤੇ ਝੋਲੀ ਪਵਾ ਦਿੱਤੀ, ਕੰਨ 'ਚ ਬਲੌਰ ਦੀਆਂ ਮੁੰਦਰਾਂ ਪਵਾ ਦਿੱਤੀਆਂ, ਸਵਾਹ ਮਲਣ ਦਾ ਨੇਮ ਜਿਹੜਾ ਸੀ ਉਹ ਦੱਸ ਦਿੱਤਾ। ਇਹ ਫਿਰ ਕਈਆਂ ਸਾਲਾਂ ਤੋਂ ਬੜੇ ਲੰਬੇ ਸਮੇਂ ਤੋਂ ਯੋਗ ਮਤ ਦੀਆਂ ਸਾਧਨਾਂ ਦੇ ਦੁਆਰਾ ਯੋਗ ਕਮਾਉਂਦਾ ਹੋਇਆ ਗੋਰਖ ਦਾ ਤਾਬਿਆਦਾਰ ਚੱਲ ਰਿਹਾ ਸੀਗਾ। ਬਾਅਦ ਵਿੱਚ ਸਮਾਂ ਆਏਗਾ, ਇਤਿਹਾਸ ਦੇ ਵਿੱਚ ਬਚਨ ਆਉਣਗੇ, ਜਦੋਂ ਫਿਰ ਇਹਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹੀ ਇਹਦਾ ਭਲਾ ਕਰਨਗੇ, ਪਰ ਹਾਲੇ ਇਹ ਜਿਹੜਾ ਆਪਣੇ ਗੋਰਖ ਨਾਥ ਦੀ ਆਗਿਆ ਦੇ ਵਿੱਚ ਰਹਿੰਦਾ ਹੋਇਆ ਇਹ ਕਹਿ ਰਿਹਾ ਹੈ ਭਈ ਵੈਸੇ ਅਵਤਾਰ ਧਾਰਿਆ ਹੈ ਅਕਾਲ ਪੁਰਖ ਨੇ, ਮੈਨੂੰ ਦੱਸੀ ਹੈ ਗੱਲ ਨਾਰਦ ਰਿਖੀ ਨੇ, ਤੇ ਤੁਸੀਂ ਇਸ ਤਰ੍ਹਾਂ ਕਰੋ ਕਿ ਜਾਓ ਤੇ ਜਾ ਕੇ ਉਹਨਾਂ ਨਾਲ ਮਿਲੋ ਤੇ ਜਾ ਕੇ ਉਹਨਾਂ ਨੂੰ ਆਪਣੇ ਗੁਣ ਦੱਸਣਾ ਕਰੋ। ਦੀਜੈ ਤਹਿ ਉਪਦੇਸ਼ ਯੋਗ ਗੁਣ ਗਾਨੀਏ, ਆਪਣੇ ਯੋਗ ਦੇ ਗੁਣ ਗਾ ਕੇ, ਆਪਣੇ ਯੋਗ ਦੇ ਗੁਣ ਗਾ ਕੇ ਤੇ ਉਹਨੂੰ ਆਪਣਾ ਉਪਦੇਸ਼ ਦਿਓ, ਭਰਥਰੀ ਆਪਣੇ ਵੱਲੋਂ ਕਹਿ ਰਿਹਾ ਗੋਰਖ ਨਾਥ ਨੂੰ, ਤੇ ਆਪਣੇ ਗੁਣ ਦੱਸ ਕੇ ਯੋਗ ਧਰਮ ਦੇ ਤੇ ਆਪਣੇ ਧਰਮ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰੋ। ਜਹ ਜਗਤ ਵਿਸਾਲ ਆਪ ਕੋ ਬਿਦਤ ਹੀ, ਸੋ ਫਿਰ ਜਦੋਂ ਐਡਾ ਵੱਡਾ ਜਿਹੜਾ ਅਵਤਾਰ ਹੈ ਪਰਮੇਸ਼ਰ ਦਾ ਉਹ ਜਦੋਂ ਤੁਹਾਡੇ ਸੋ ਧਰਮ ਵਿੱਚ ਆ ਕੇ ਤੁਹਾਡਾ ਮੁਰੀਦ ਬਣ ਜਾਏਗਾ ਤੇ ਉਦੋਂ ਤੁਹਾਨੂੰ ਸਾਰਾ ਜਗਤ ਜਿਹੜਾ ਹੈ ਉਹ ਪੂਜਣਾ ਸ਼ੁਰੂ ਕਰ ਦੇਗਾ। ਓ ਸਜਸ ਹੋਏ ਵਿਸਤਾਰ ਬ੍ਰਹਿਮੰਡੈ ਜਹੈ ਤਹੀ, ਇਹ ਸਾਰੇ ਬ੍ਰਹਿਮੰਡ ਦੇ ਵਿੱਚ ਤੁਹਾਡਾ ਜਿਹੜਾ ਇਹ ਵਿਸਥਾਰ ਹੋ ਜਾਏਗਾ ਜਗਤ ਦੇ ਵਿੱਚ ਜਿੱਥੇ ਵੀ ਕਿਤੇ। ਜਿਉਂ ਨਾ ਲਖੋ ਮਨ ਮਾਹੇ ਪ੍ਰਭੂ ਕਿਉਂ ਮਗ ਪਰੇ, ਹੁਣ ਨਾਲ ਹੀ ਭਰਥਰੀ ਇਹ ਵੀ ਸਿੱਖਿਆ ਦਿੰਦਾ, ਕਿਉਂਕਿ ਭਰਥਰੀ ਵੀ ਬਹੁਤ ਵੱਡਾ ਵਿਦਵਾਨ ਹੋਇਆ, ਵਿਰਾਗ ਸ਼ਤਕ ਆਦਿਕ ਇਹਨੇ ਤਿੰਨ ਗ੍ਰੰਥ ਲਿਖੇ ਹੈ, ਜਿਨ੍ਹਾਂ ਨੂੰ ਜੇ ਪੜ੍ਹਨਾ ਹੋਵੇ ਤੇ ਉਸਤਾਦ ਤੋਂ ਬਿਨਾਂ ਪੜ੍ਹਿਆ ਨਹੀਂ ਜਾ ਸਕਦਾ, ਉਸਤਾਦ ਪੜ੍ਹਾਵੇ ਉਹਦੇ ਕੋਲੋਂ ਇਹ ਪੜ੍ਹਨੇ ਪੈਂਦੇ ਨੇ, ਬੜਾ ਵੱਡਾ ਵਿਦਵਾਨ ਹੋਇਆ ਇਹ ਭਰਥਰੀ ਵੀ ਜਿਹੜਾ ਹੈ। ਇਹ ਕਹਿੰਦਾ ਵੀ ਜੇ ਇਹ ਗੁਰੂ ਗੋਰਖ ਜੀ ਤੁਸੀਂ ਇਹ ਸੋਚੋ ਵੀ ਤੂੰ ਇੱਕ ਪਾਸੇ ਕਹਿ ਰਿਹਾ ਵੀ ਰੱਬ ਨੇ ਅਵਤਾਰ ਧਾਰਿਆ ਤੇ ਨਾਲੇ ਕਹਿ ਰਿਹਾ ਵੀ ਉਹਨੂੰ ਆਪਣੇ ਮਤ ਦੇ ਵਿੱਚ ਲੈ ਆ, ਤੇ ਪਰ
ਇੱਥੇ ਆਏ ਹੋਏ ਸੰਸਾਰ ਤੇ ਸ਼੍ਰੀ ਰਾਮ ਚੰਦਰ ਤੇ ਕ੍ਰਿਸ਼ਨ ਜੀ ਜਿਹੜੇ ਉਹਨਾਂ ਨੇ ਵੀ ਗੁਰੂ ਧਾਰੇ ਸੀਗੇ। ਰਾਮ ਕ੍ਰਿਸ਼ਨ ਅਵਤਾਰ ਆਨ ਜਗ ਗੁਰ ਕਰੇ, ਉਹਨਾਂ ਨੇ ਵੀ ਆ ਕੇ ਜਗਤ ਦੇ ਵਿੱਚ ਮਰਜ਼ਾਦਾ ਪੂਰੀ ਕਰਨ ਦੇ ਵਾਸਤੇ ਗੁਰੂ ਨੂੰ ਧਾਰਿਆ ਹੈ। ਜਾਏ ਦੇਹੋ ਉਪਦੇਸ਼ ਜਹਾਂ ਮਿਲ ਜਾਵਈ, ਇਸ ਲਈ ਥੱਲੇ ਜਾਓ, ਇਹਨਾਂ ਸੁਮੇਰ ਪਰਬਤ ਦੀਆਂ ਉੱਪਰਲੀਆਂ ਟੀਸੀਆਂ ਤੋਂ ਥੋੜਾ ਥੱਲੇ ਜਾਓ, ਜਿੱਥੇ ਵੀ ਗੁਰੂ ਨਾਨਕ ਮਿਲ ਜਾਏ ਉਹਨੂੰ ਆਪਣਾ ਉਪਦੇਸ਼ ਸੁਣਾਵੋ। ਓ ਲੈ ਜੋਗ ਕੋ ਧਾਰ ਸੋ ਜਸ ਜਗ ਛਾਵਈ, ਜੇ ਕਿਤੇ ਉਹ ਤੁਹਾਡੇ ਯੋਗ ਨੂੰ ਧਾਰ ਲਵੇ ਤੇ ਤੁਹਾਡਾ ਜਸ ਜਿਹੜਾ ਸਾਰੇ ਸੰਸਾਰ ਵਿੱਚ ਫੈਲ ਜਾਏਗਾ। ਰੋਹਰਾ ਸੁਣ ਗੋਰਖ ਮਨ ਮਹਿ ਲਖੀ, ਸੁਣ ਕੇ ਆਪਣੇ ਚੇਲੇ ਭਰਥਰੀ ਦੀ ਸਲਾਹ ਤੇ ਗੋਰਖ ਨੇ ਇਸ ਤਰ੍ਹਾਂ ਸੋਚਿਆ, ਸ਼ਕਤਵਾਨ ਹੈ ਕੋਏ, ਸੋਚਿਆ ਹੈ ਭਈ ਜਿਹਦਾ ਨਾਮ ਲੈ ਰਿਹਾ ਹੈ ਉਹ ਜਰੂਰ ਕੋਈ ਬੜੀ ਵੱਡੀ ਸ਼ਕਤੀ ਵਾਲਾ ਹੋਵੇਗਾ। ਸ਼੍ਰੀ ਵਿਸ਼ਨੂੰ ਅਵਤਾਰ ਜੋ, ਜਿਹੜੇ ਵਿਸ਼ਨੂੰ ਨੇ ਪਹਿਲਾਂ ਅਵਤਾਰ ਧਾਰਿਆ ਪਿਛਲਿਆਂ ਸਮਿਆਂ ਦੇ ਵਿੱਚ, ਹੁਣ ਤਾਂ ਉਹਨੇ ਨਹੀਂ ਧਾਰਨਾ ਸੀ। ਅਵ ਕਲਮ ਹੈ ਕਿਉਂ ਹੋਏ, ਹੁਣ ਤਾਂ ਵਿਸ਼ਨੂੰ ਨੇ ਅਵਤਾਰ ਨਹੀਂ ਸੀ ਧਾਰਨਾ, ਇਸ ਵਾਸਤੇ ਉਹ ਵਿਸ਼ਨੂੰ ਦਾ ਅਵਤਾਰ ਤਾਂ ਨਹੀਂ ਹੋਏਗਾ। ਇਸ ਲਈ ਕੋਈ ਬਹੁਤ ਵੱਡਾ ਕਲਾਵਾਨ ਸ਼ਕਤੀਵਾਨ ਹੋਏਗਾ ਪੁਰਖ, ਜਿਹਦੇ ਬਾਰੇ ਮੇਰਾ ਚੇਲਾ ਭਰਥਰੀ ਮੈਨੂੰ ਦੱਸ ਰਿਹਾ ਹੈ। ਸੋਰਠ ਤਦ ਬਜੀਤ ਕਰ ਤਾਹੇ ਮੈਂ ਆਨੋ ਨਿਜ ਪੰਥ ਮੈਂ, ਇਹ ਕਹਿੰਦਾ ਹੈ ਵੀ ਹੁਣ ਫਿਰ ਮੈਂ ਕੋਸ਼ਿਸ਼ ਕਰਦਾ ਹਾਂ, ਉਹਨੂੰ ਮਿਲਦਾ ਹਾਂ, ਉਹਨੂੰ ਪ੍ਰੇਰ ਕੇ ਤੇ ਆਪਣੇ ਪੰਥ ਵਿੱਚ ਲਿਆਵਾਂਗਾ। ਅਸਬਿਦ ਧਰ ਉਰ ਧਾਰ ਮੈਂ ਕੀਨ ਪਿਆਨਾ ਮੇਰ ਤੇ, ਇਸ ਤਰ੍ਹਾਂ ਦੀ ਵਿਧੀ ਮਨ ਵਿੱਚ ਧਾਰ ਕੇ ਤੇ ਸੁਮੇਰ ਪਰਬਤ ਤੋਂ ਇੰਨੇ ਥੱਲੇ ਨੂੰ, ਕੁਝ ਜਿਹੜੀਆਂ ਥੱਲੇ ਸਹਿਮੀ ਹਿੱਲ, ਜਿਹੜੀਆਂ ਥੱਲੇ ਥੱਲੇ ਪਹਾੜੀਆਂ, ਉੱਧਰ ਨੂੰ ਇਹਨੇ ਜਿਹੜਾ ਪਿਆਨਾ ਕਰ ਲਿਆ ਗੋਰਖ ਨੇ, ਇਕੱਲਾ ਹੀ ਆ ਗਿਆ, ਬਾਕੀਆਂ ਨੂੰ ਉੱਤੇ ਛੱਡ ਆਇਆ, ਇਕੱਲਾ ਆ ਗਿਆ ਹੈ। ਉਤ ਗੋਰਖ ਜੋ ਕੀਨ ਗੁਰੂ ਕਥਾ ਇਤ ਕੀ ਸੁਣ ਹੋ, ਇੱਧਰ ਤਾਂ ਗੋਰਖ ਦੀ ਇਹ ਗੱਲਬਾਤ ਹੋਈ ਤੇ ਇੱਧਰ ਸੱਚੇ ਸਤਿਗੁਰੂ ਸਾਹਿਬ ਜੀ ਦੇ ਵਾਲੇ ਪਾਸੇ ਦੀ ਕਵੀ ਜੀ ਕਹਿੰਦੇ, ਸੁਣੋ ਜੀ, ਗਮਣੇ ਪ੍ਰਭੂ ਪਰਵੀਨ ਜਿਨ ਬਾਣੀ ਤੇ ਸ਼ਾਂਤ ਹੈ, ਜਿਨ੍ਹਾਂ ਦੀ ਬਾਣੀ ਸੁਣਨ ਦੇ ਨਾਲ ਸ਼ਾਂਤੀ ਮਿਲਦੀ, ਐਸੇ ਸਤਿਗੁਰੂ ਜੀ ਚੱਲ ਪਏ ਨੇ ਉੱਪਰ ਨੂੰ ਚੱਲ ਪਏ, ਉਹ ਉਧਰੋਂ ਥੱਲੇ ਨੂੰ ਚੱਲ ਪਿਆ ਹੈ। ਛਪੈ ਪ੍ਰਸਥਾਨੇ ਪ੍ਰਸਥਾਨੇ ਗੁਣ ਖਾਣ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਪ੍ਰਸਥਾਨ ਕੀਤਾ, ਗੁਣਾਂ ਦੀ ਖਾਣ ਸਤਿਗੁਰੂ ਮਹਾਰਾਜ ਜੀ ਨੇ, ਮਾਨਣ ਸਭ ਸਿੱਧਣ ਮਾਨਾ, ਇਹ ਜਿਹੜੇ ਸਿੱਧ ਨੇ ਇਹਨਾਂ ਦੇ ਅੰਦਰ ਮਾਣ ਹੰਕਾਰ ਬੜਾ ਹੈ, ਉਹ ਹੰਕਾਰ ਨੂੰ ਤੋੜਨ ਵਾਸਤੇ ਚੱਲੇ ਨੇ ਪਾਤਸ਼ਾਹ। ਗਏ ਹਿਮਾਚਲ ਊਰਦ, ਸਤਿਗੁਰੂ ਮਹਾਰਾਜ ਜੀ ਹਿਮਾਲਿਆ ਪਰਬਤ ਦੇ ਊਰਦ ਵੱਲ ਨੂੰ, ਭਾਵ ਉੱਪਰ ਵੱਲ ਨੂੰ ਚੱਲੇ ਹਨ। ਦੇਖ ਬੋਲੇ ਉਹ ਮਰਦਾਨਾ, ਦੇਖ ਕੇ ਆਲੇ ਦੁਆਲੇ ਪ੍ਰਕਿਰਤੀ ਨੂੰ ਭਾਈ ਮਰਦਾਨਾ ਜੀ ਬੋਲੇ, ਸੇਤ ਹੀ ਸੇਤ ਸਥਾਨ ਜਹਾਂ, ਮਹਾਰਾਜੀ ਤੇ ਸਾਰਾ ਚਿੱਟਾ ਹੀ ਸਾਰਾ ਚਿੱਟਾ ਚਿੱਟਾ ਜਿਹੜਾ ਹੈ ਸਾਰਾ ਕੁਝ ਕੀ ਨਜ਼ਰੀ ਆਈ ਜਾਂਦਾ ਹੈ, ਸਰਬ ਦਿਸਾਵ ਹੈ, ਜਿਹੜਾ ਸਾਰਾ ਕੁਝ ਇੱਦਾਂ ਹੀ ਦਿਸੀ ਜਾ ਰਿਹਾ, ਉੱਥੇ ਬਰਫ ਪਈ ਹੋਈ ਸੀਗੀ, ਉਹ ਕਹਿ ਰਿਹਾ ਮਰਦਾਨਾ, ਮਹਾਰਾਜੇ ਚਿੱਟਾ ਹੀ ਵਾਈਟ ਸਾਰਾ ਕੁਝ ਕੀ ਨਜ਼ਰ ਆਈ ਜਾਂਦਾ ਹੈ। ਰਚਨਾ ਇਹ ਭਗਵੰਤ, ਇਹ ਪਰਮੇਸ਼ਰ ਨੇ ਕੈਸੀ ਸੁੰਦਰ ਰਚਨਾ ਬਣਾਈ ਹੈ ਧਰਤੀ ਦੀ, ਹਿਰਦੇ ਕਛ ਸਮਝ ਨਾ ਆਵੇ ਹੈ, ਮਹਾਰਾਜ ਜੀ ਦਿਲ ਵਿੱਚ ਕੋਈ ਸਮਝ ਨਹੀਂ ਆਉਂਦੀ ਇਹ ਬਾਤ, ਕਹੋ ਸਰਬ ਬਿਰਤਾਂਤ, ਸਤਿਗੁਰੂ ਜੀ ਸਾਰਾ ਬਿਰਤਾਂਤ ਸੁਣਾਓ ਸਾਨੂੰ ਕਿਰਪਾ ਕਰਕੇ, ਇਹ ਨਾਮ ਪਹਾੜ ਬਖਾਨ ਕਰ, ਇਹ ਪਹਾੜ ਦਾ ਨਾਮ ਵੀ ਦੱਸਣਾ ਕਰੋ, ਨਿਜ ਸ਼੍ਰੋਣਨ ਮੈਂ ਸੁਣ ਬੈਨ ਕੋ, ਸਤਿਗੁਰੂ ਮਹਾਰਾਜ ਨੇ ਮਰਦਾਨੇ ਦੀ ਬੇਨਤੀ ਨੂੰ ਕੰਨ ਵਿੱਚ ਸੁਣਿਆ, ਬੋਲੇ ਮੁਖ ਤੇ ਜਗਤ ਗੁਰ, ਸਾਰੇ ਜਗਤ ਦੇ ਗੁਰੂ ਸਤਿਗੁਰੂ ਜੀ ਬੋਲੇ ਹਨ, ਦੋਹਰਾ ਨਾਮ ਹਿਮਾਲਿਆ ਸੈਲ ਕੋ, ਇਸ ਪਹਾੜ ਦਾ ਨਾਮ ਜਿਹੜਾ ਹੈ ਉਹ ਹਿਮਾਲਿਆ ਪਰਬਤ ਹੈ, ਬਹਰ ਸੇਤ ਜਾ ਦੇਖ, ਦੂਜੀ ਜਿਹੜੀ ਗੱਲ ਹੈ ਤੂੰ ਸੇਤ ਨਾਮ ਹੁੰਦਾ ਚਿੱਟੇ ਰੰਗ ਦਾ, ਜਿਹੜਾ ਤੂੰ ਚਿੱਟਾ ਚਿੱਟਾ ਰੰਗ ਆਖ ਰਿਹਾ ਹੈ ਦਿਸ ਰਿਹਾ ਹੈ, ਪਰੀ ਬਰਫ ਸੋ ਜੰਮ ਰਹੀ, ਇਹ ਤਾਂ ਭਾਈ ਬਰਫ ਪਈ ਹੋਈ ਹੈ ਤੇ ਉਹ ਜੰਮੀ ਹੋਈ ਹੈ, ਕੀਤਾ ਹੈ ਕਰ ਹੈ ਵਿਸ਼ੇਖ, ਇਹ ਠੰਡ ਬੜੀ ਕਰਦੀ ਹੈ, ਇਹਦੇ ਨਾਲ ਇੱਥੇ ਏਰੀਏ ਵਿੱਚ ਠੰਡ ਬਹੁਤ ਹੋਈ ਪਈ ਹੈ, ਸਵਈਆ ਪਾਂਡਵ ਆਣ ਗਿਰੇ ਇਸਮੈਂ, ਸਤਿਗੁਰੂ ਜੀ ਬਚਨ ਸੁਣਾਈ ਜਾ ਰਿਹਾ ਕਿ ਜਿਹੜੇ ਪਾਂਡਵ ਸਨ ਨਾ ਉਹ ਵੀ ਇਹਨਾਂ ਹਿਮਾਲਿਆ ਬਰਫਤ ਦੇ ਵਿੱਚ ਆਣ ਕੇ ਗਲ ਗਏ ਸਨ, ਕਲਗੀਧਰ ਪਾਤਸ਼ਾਹ ਨੇ ਵੀ ਜ਼ਿਕਰ ਕੀਤਾ ਹੈ, ਸਪਤ ਸਰਿੰਗ ਤੇ ਨਾਮ ਕਹਾਵਾ ਪਾਂਡ ਰਾਜ ਜਹਿ ਯੋਗ ਕਮਾਵਾ, ਮਹਾਰਾਜ ਪਾਤਸ਼ਾਹ ਜੀ ਕਹਿੰਦੇ ਉਹਨਾਂ ਪਾਂਡਵ ਰਾਜਿਆਂ ਨੇ ਵੀ ਇੱਥੇ ਯੋਗ ਕਮਾਇਆ ਸੀ ਆ ਕੇ,
ਤੋ ਇੱਥੇ ਸਤਿਗੁਰੂ ਜੀ ਕਹਿੰਦੇ ਇੱਥੇ ਹੀ ਉਹ ਭਗਤੀ ਕਰਨ ਦੇ ਇਰਾਦੇ ਦੇ ਨਾਲ ਆਏ ਤੇ ਬਰਫ਼ ਦੇ ਵਿੱਚ ਹੀ ਗਲ ਗਏ। ਭਗ ਜਾਵਤ ਜਾਂ ਪਰ ਸੋ ਗੁਰ ਜਾਈ। ਇੱਥੇ ਤਾਂ ਭਾਈ ਕੋਈ ਮੈਦਾਨੀ ਇਲਾਕਿਆਂ ਵੱਲੋਂ ਕੋਈ ਪੰਛੀ ਆ ਜਾਵੇ ਤੇ ਉਹ ਵੀ ਇੰਨੀ ਬਰਫ਼ ਵਿੱਚ ਠੰਡ ਵਿੱਚ ਗਲ ਜਾਂਦਾ ਹੈ। ਏਕ ਬਚਿਓ ਧਰਮ ਰਾਏ ਕੋ। ਸੋ ਇਹ ਜਿਹੜਾ ਧਰਮ ਰਾਜ ਦਾ ਤਾਤ ਆਖਿਆ ਜਾਂਦਾ ਨਾ ਯੁਧਿਸ਼ਠਿਰ, ਉਹ ਬਚਿਆ ਸੀਗਾ, ਉਹ ਨੀ ਸੀ ਇੱਥੇ ਆਇਆ। ਤਾਤ ਨਾ ਆਇਓ ਇਤੈ ਸੂਰ ਲੋਕ ਸਿਧਾਈ। ਉਹ ਇੱਧਰ ਨੂੰ ਆਇਆ ਨੀ ਸੀ ਹਿਮਾਲੀਆ ਪਰਬਤ ਵੱਲ ਨੂੰ ਤੇ ਸਿੱਧਾ ਹੀ ਪ੍ਰਲੋਕ ਨੂੰ ਚਲ ਗਿਆ ਸੀਗਾ। ਸ੍ਰੀ ਕਰਤਾਰ ਦਇਆ ਤੁਝ ਪੈ। ਸਤਿਗੁਰੂ ਜੀ ਨੇ ਭਾਈ ਬਾਲਾ ਤੇ ਮਰਦਾਨਾ ਜੀ ਨੂੰ ਆਖਿਆ ਕਿ ਤੁਹਾਡੇ ਉੱਤੇ ਅਕਾਲ ਪੁਰਖ ਦੀ ਬਹੁਤ ਵੱਡੀ ਦਇਆ ਹੈ, ਤੁਹਾਨੂੰ ਇੱਥੇ ਦੀ ਠੰਡ ਇੱਥੇ ਦੀ ਬਰਫ਼ ਤੁਹਾਡਾ ਕੋਈ ਨੁਕਸਾਨ ਨਹੀਂ ਕਰ ਸਕਦੀ। ਤਨ ਖੇਦ ਨਹੀਂ ਇਹ ਠੌਰ ਦਿਖਾਈ। ਪਾਤਸ਼ਾਹ ਜੀ ਕਹਿੰਦੇ ਇਹ ਥਾਂ ਤੁਹਾਨੂੰ ਦਿਖਾਇਆ ਹੈ, ਇਸ ਲਈ ਤਨ ਖੇਦ ਨਹੀਂ, ਤੁਹਾਡੇ ਤਨ ਨੂੰ ਕੋਈ ਖੇਚਲ ਕੋਈ ਖੇਦ ਕੋਈ ਦੁੱਖ ਨਹੀਂ ਮਿਲ ਰਿਹਾ, ਇਹ ਤੁਹਾਡੇ ਤੇ ਅਕਾਲ ਪੁਰਖ ਦੀ ਦਇਆ ਹੈ। ਇਹ ਗੁਰੂ ਨਾਨਕ ਸਾਹਿਬ ਦੀ ਦਇਆ ਸੀ, ਸਤਿਗੁਰਾਂ ਨੇ ਆਪਣੇ ਬਾਰੇ ਨਹੀਂ ਆਖਿਆ। ਮਾਰੇ ਕਹਿੰਦੇ ਪਰਮੇਸ਼ਰ ਦੀ ਦਇਆ ਹੈ ਤੁਹਾਡੇ ਤੇ। ਅੱਗੇ ਚਲੇ ਸਿਰ ਧਾਰ। ਮਹਾਰਾਜ ਜੀ ਕਹਿੰਦੇ ਜਦੋਂ ਹੁਣ ਅੱਗੇ ਚੱਲਦੇ ਹਾਂ ਤੇ ਅੱਗੇ ਇੱਕ ਸਿਰ ਧਾਰ ਨਾਮ ਦਾ ਪਹਾੜ ਵੀ ਹੈ। ਪਹਾੜ ਬਿਲੋਕਤ ਤਾਹੇ ਕੋ ਬਾਣ ਅਲਾਈ। ਉਹਨੂੰ ਵੀ ਆਪਾਂ ਦੇਖਾਂਗੇ ਜਾ ਕੇ ਇਹ ਬਚਨ ਸਤਿਗੁਰਾਂ ਨੇ ਫਰਮਾਏ। ਸਵਈਆ ਗੈਲ ਨਹੀਂ ਹੈ ਸੈਲ ਕੇ ਉੱਪਰ। ਸਤਿਗੁਰੂ ਜੀ ਨੇ ਫਰਮਾਇਆ ਕਿ ਇਹ ਜਿਹੜਾ ਸਿਰਧਾਰ ਨਾਮ ਦਾ ਪਹਾੜ ਹੈ ਇਹਦੇ ਉੱਪਰ ਜਾਣ ਲਈ ਕੋਈ ਵੈਸੇ ਰਸਤਾ ਨਹੀਂ ਹੈਗਾ। ਸੀਸ ਅਧੋ ਪਦ ਊਰਦ ਹੋ। ਇਹਦੇ ਤਾਂ ਭਾਈ ਚੜਨ ਲੱਗੀਏ ਤੇ ਸਿਰ ਥੱਲੇ ਤੇ ਪੈਰ ਉੱਪਰ ਨੂੰ ਹੋ ਜਾਂਦੇ ਹਨ। ਉਹ ਨਹੀਂ ਆਏ ਮਹਾਂ ਬਿਖਰੋ ਮਗ। ਇਸ ਲਈ ਇਹਦੇ ਉੱਪਰ ਚੜਨ ਵਾਸਤੇ ਕੋਈ ਵੀ ਨਹੀਂ ਆਉਂਦਾ, ਬੜਾ ਬਿਖੜਾ ਰਸਤਾ ਹੈ। ਆਵਤ ਸੋ ਹੋਏ ਖੇਚਰ ਜੋ। ਜਿਹੜਾ ਆਉਂਦਾ ਏ ਜਿਹੜਾ ਕੋਈ ਆਵੇਗਾ ਉਹਨੂੰ ਬਹੁਤ ਜ਼ਿਆਦਾ ਖੇਚਲ ਤਕਲੀਫ਼ ਹੋਣੀ, ਇਸ ਲਈ ਕੋਈ ਨਹੀਂ ਆਉਂਦਾ। ਸੇਵਕ ਸ਼ਾਮ ਸਦਾ ਸੁਖ ਧਾਮ। ਜਿਹੜੇ ਸੁਖਾਂ ਦੇ ਘਰ ਸੇਵਕਾਂ ਨੂੰ ਸ਼ਰਨ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਹਨ, ਭਾਈ ਬਾਲਾ ਜੀ ਕਹਿ ਰਹੇ ਨੇ ਬਣੈ ਅਬਰਹਾਮ ਸੁਣੈ ਹਮ ਦੋ। ਕਹਿੰਦੇ ਬਾਲਾ ਜੀ ਵੀ ਉਹ ਇਸ ਤਰ੍ਹਾਂ ਬਚਨ ਕਰੀ ਗਏ ਤੇ ਸੁਣੈ ਹਮ ਦੋ, ਅਸੀਂ ਦੋ ਹੀ ਜਣੇ ਨਾਲ ਸਾਂ, ਅਸੀਂ ਦੋਵੇਂ ਸੁਣੀ ਜਾਂਦੇ ਹਾਂ। ਗੋਰਖ ਆਏ ਗਏ ਟਿਕ ਤਾਂ ਸ਼ਿਨ। ਇੰਨੀ ਦੇਰ ਨੂੰ ਗੋਰਖ ਜਿਹੜਾ ਹੈ ਉੱਪਰੋਂ ਥੱਲੇ ਨੂੰ ਜਿਹੜਾ ਆ ਰਿਹਾ ਸੀ ਰਸਤੇ ਦੇ ਵਿੱਚ ਆਣ ਮਿਲਿਆ ਹੈ। ਵਾਕ ਉਚਾਰਤ ਹੋ ਤੁਮ ਕੋ। ਆਉਂਦਿਆਂ ਹੀ ਇਹਨੇ ਜਿਹੜਾ ਮੁੱਖ ਤੋਂ ਇਹੀ ਗੱਲ ਆਖੀ ਵੀ ਕੌਣ ਹੋ ਤੁਸੀਂ। ਕਵਿਤ ਕੌਣ ਤੁਮ ਨਾਮ ਦੇਸ਼ ਸ਼ੋਰ ਆਇਓ ਕੌਣ ਨਾਮ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਔਰ ਭਾਈ ਬਾਲਾ ਤੇ ਮਰਦਾਨਾ ਜੀ ਨੂੰ ਕਹਿੰਦਾ ਵੀ ਤੁਹਾਡਾ ਨਾਂ ਕੀ ਹੈ, ਕਿਹੜੇ ਦੇਸ਼ ਵਿੱਚੋਂ ਤੁਸੀਂ ਜਿਹੜਾ ਹੈ ਉਹ ਚੱਲ ਕੇ ਆਏ ਜੀ, ਉਸ ਦੇਸ਼ ਦਾ ਨਾਮ ਕੀ ਹੈ। ਕੌਣ ਤੇਰੀ ਜਾਤ ਕੀ ਉਹ ਕਿਤ ਕੋ ਪਿਆਣ ਹੈ। ਤੁਹਾਡੀ ਜਾਤ ਬਰਾਦਰੀ ਕੀ ਹੈ ਤੇ ਕਿਹੜੇ ਪਾਸੇ ਨੂੰ ਅਗਾਂਹ ਤੁਸੀਂ ਜਾਣ ਲਈ ਇੱਧਰ ਨੂੰ ਪਹਾੜਾਂ ਵੱਲ ਨੂੰ ਆਈ ਜਾਂਦੇ ਜੇ। ਇਹ ਸਵਾਲ ਆਉਂਦਿਆਂ ਹੀ ਗੋਰਖ ਨਾਥ ਨੇ ਕਰ ਦਿੱਤੇ। ਜੈਲ ਨੰਬ ਸੁੰਦਰਾ ਪ੍ਰਕਾਸ਼ੇ ਮਾਰ ਤਾਂਡਨ ਹੈ। ਕਹਿੰਦਾ ਹੈ ਗੋਰਖ ਵੀ ਧਰਤੀ ਦੀ ਤਰ੍ਹਾਂ ਇੱਥੇ ਪਹਾੜਾਂ ਦੇ ਵਿੱਚ ਸੂਰਜ ਨਹੀਂ ਚੜ੍ਹਦਾ, ਪ੍ਰਕਾਸ਼ੇ ਨਹਿ ਮਾਰ ਤਾਂਡ, ਇੱਥੇ ਇੱਦਾਂ ਦਾ ਬਿਖੜਾ ਥਾਂ ਹੈ, ਇੱਥੇ ਜਿਹੜਾ ਹੈ ਸੂਰਜ ਨਹੀਂ ਚੜ੍ਹਦਾ ਹੈ। ਦੇਖੇ ਡਰ ਲਾਗੈ ਆਗੈ ਰਾਖਸ਼ ਭਿਆਨ ਹੈ। ਸਤਿਗੁਰੂ ਮਹਾਰਾਜ ਜੀ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ, ਕਹਿੰਦਾ ਇੱਥੇ ਤਾਂ ਦੇਖ ਦੇਖ ਕੇ ਡਰ ਲੱਗਦਾ ਤੇ ਬੜੇ ਬੜੇ ਵੱਡੇ ਰਾਖਸ਼ ਹਨ ਅੱਗੇ। ਕੈਸੇ ਜਾਵੋ ਆਗੇ ਪਿੱਛੇ ਹਟੋ ਆਬ ਭਾਗੇ। ਕਿਵੇਂ ਤੁਸੀਂ ਅੱਗੇ ਜਾਓਗੇ, ਇਸ ਲਈ ਮੇਰੀ ਸਲਾਹ ਮੰਨ ਕੇ ਤੇ ਪਿੱਛੇ ਨੂੰ ਭੱਜ ਜਾਓ, ਵਾਪਸ ਮੁੜ ਜਾਓ। ਜਾਹੋ ਕੋਣਾ ਦੁੱਖ ਲਾਗੇ ਮਮ ਬਚਨ ਜੇ ਮਾਣ ਹੈ। ਜੇ ਮੇਰੀ ਗੱਲ ਕਹਿੰਦਾ ਮੰਨ ਕੇ ਤੁਸੀਂ ਪਿੱਛੇ ਮੁੜ ਜਾਓਗੇ ਤੇ ਤੁਹਾਨੂੰ ਕੋਈ ਦੁੱਖ ਨਹੀਂ ਲੱਗੇਗਾ, ਇਸ ਵਾਸਤੇ ਅੱਗੇ ਜਿਹੜੇ ਬੜੇ ਬੜੇ ਵੱਡੇ ਰਾਖਸ਼ ਹਨ। ਪੂਰੋ ਗੁਰ ਕੀਜੈ ਇਤ ਜਾਣ ਨਾਮ ਲੀਜੈ ਤਬ। ਹੁਣ ਅਗਲੀ ਗੱਲ ਜਿਹੜੀ ਆਪਣੀ ਇਹਨੇ ਕਹਿਣੀ ਸੀ ਉਹ ਕਹਿਣ ਲੱਗ ਗਿਆ। ਜਿਸ ਤਰ੍ਹਾਂ ਜਿੰਨੀਆਂ ਵੀ ਸ਼ਹਾਦਤਾਂ ਸਿੱਖ ਸੂਰ ਬੀਰਾਂ ਦੀਆਂ ਹੋਈਆਂ ਨੇ ਤੇ ਉਹਨਾਂ ਨੂੰ ਬਸ ਇੱਕੋ ਹੀ ਜਿਹੜਾ ਹੈ ਅੱਗਿਓਂ ਸਬਕ ਸੁਣਾਉਂਦੇ ਹੁੰਦੇ ਸੀ ਵੀ ਬਸ ਇਸਲਾਮ ਧਾਰਨ ਕਰ ਲਓ, ਦੀਨ ਦੇ ਵਿੱਚ ਆ ਜਾਓ, ਬਸ ਇਹੀ ਗੱਲ ਹੈ। ਇੱਕੋ ਹੀ ਉਹਨਾਂ ਨੇ ਸਬਕ ਜਿਹੜਾ ਇੱਧਰ ਗੋਰਖ ਨੂੰ ਇੱਕੋ ਹੀ ਸਬਕ ਆਉਂਦਾ ਹੈ ਭਈ ਮੇਰੇ ਚੇਲੇ ਬਣ ਜਾਓ। ਕਹਿੰਦਾ ਵੀ ਅੱਗੇ ਬੜੇ ਬੜੇ ਵੱਡੇ ਰਾਖਸ਼ ਹਨ, ਇੱਥੇ ਸੂਰਜ ਤਾਂ ਪਹਾੜੀਆਂ ਦੇ ਵਿੱਚ ਚੜ੍ਹਦਾ ਹੀ ਨਹੀਂ ਹੈ, ਇੰਨਾ ਬਿਖੜਾ ਪੈਂਡਾ ਹੈ ਇਹ ਸਾਰਾ। ਕਹਿੰਦਾ ਇੱਕ ਗੱਲ ਹੈਗੀ ਹੈ ਵੀ ਜਾਂ ਇਉਂ ਕਰੋ ਭਈ ਪੂਰਾ ਗੁਰੂ ਤੁਹਾਨੂੰ ਕੋਈ ਕਰਨਾ ਚਾਹੀਦਾ ਹੈ। ਤੇ ਰਮਜ ਮਾਰਨ ਲੱਗ ਗਿਆ ਵੀ ਮੈਂ ਪੂਰਾ ਗੁਰੂ ਹਾਂ ਤੇ ਮੇਰੇ ਪਹਿਲਾਂ ਮੁਰੀਦ ਬਣ ਜਾਓ, ਚੇਲੇ ਬਣ ਜਾਓ। ਇਹਨੇ ਗੱਲ ਸ਼ੁਰੂ ਕਰ ਦਿੱਤੀ ਹੈ। ਬਿਨਾ ਆਈ ਚੱਲੇ ਕੈਸੇ ਦੇਨ ਨਿਜ ਪ੍ਰਾਣ ਹੈ। ਇਸ ਲਈ ਤੁਸੀਂ ਜਿਹੜਾ ਹੈ ਬਿਨਾ ਆਈ ਤੋਂ ਹੀ ਜਿਹੜਾ ਹੈ ਪ੍ਰਾਣ ਦੇਣ ਵਾਸਤੇ ਕਿੱਧਰ ਨੂੰ ਚੱਲ ਪੈਣ ਲੱਗੇ ਜੇ, ਇਸ ਤਰ੍ਹਾਂ ਦੀਆਂ ਧਮਕੀਆਂ ਦਿੰਦਾ ਹੈ। ਕਹਿੰਦਾ ਬਿਨਾ ਆਈ ਮੌਤ ਤੋਂ
ਪ੍ਰਾਣ ਦੇਣ ਵਾਸਤੇ ਕਿੱਧਰ ਨੂੰ ਚਲੇ ਚੱਲੇ ਜੇ, ਜੇ ਜਾਣਾ ਹੈ ਤੇ ਪੂਰਾ ਗੁਰੂ ਜਿਹੜਾ ਹੈ ਪਹਿਲਾਂ ਉਹ ਕਰੋ, ਪੂਰਾ ਗੁਰੂ ਜਿਹੜਾ ਉਹ ਧਾਰਨ ਕਰੋ। ਰੂਪ ਅਚਰਜ ਹਮ ਜਾਤ ਤੇ ਅਜਾਤ ਭਏ। ਸਤਿਗੁਰੂ ਮਹਾਰਾਜ ਨੂੰ ਪਹਿਲਾ ਸਵਾਲ ਇਹਨੇ ਕੀਤਾ ਸੀ ਵੀ ਤੁਹਾਡਾ ਇਸ ਪ੍ਰਕਾਰ ਜਿਹੜਾ ਹੈ ਉਹ ਨਾਂ ਕੀ ਹੈ, ਤੁਹਾਡਾ ਇਸ ਪ੍ਰਕਾਰ ਜਾਤ ਕੀ ਹੈ, ਤੁਹਾਡੀ ਦੇਸ਼ ਕਿਹੜਾ ਹੈ। ਮਹਾਰਾਜ ਕਹਿੰਦੇ ਸਾਡਾ ਅਸਚਰਜ ਰੂਪ ਹੈ। ਪਾਤਸ਼ਾਹ ਨੇ ਆਖਿਆ ਵੀ ਅਸੀਂ ਜਾਤ ਤੋਂ ਆਜ਼ਾਦ ਹੋ ਗਏ ਹਾਂ, ਜਾਤ ਵੈਸੇ ਹੀ ਖਤਮ ਹੋ ਗਈ, ਜਾਤ ਹੈ ਹੀ ਕੋਈ ਨਹੀਂ ਸਾਡੀ। ਫਿਰ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਹਨ, ਦੇਸ਼ ਜਾਣ ਸੋ ਜਹਿ ਸਸੀ ਨਹਿ ਭਾਨ ਕੋ। ਦੇਸ਼ ਸਾਡਾ ਉਹ ਹੈ ਜਿੱਥੇ ਸੂਰਜ ਤੇ ਚੰਦਰਮਾ ਹੁੰਦੇ ਹੀ ਨਹੀਂ ਹੈ। ਤੂੰ ਤਾਂ ਸਾਨੂੰ ਡਰਾਉਣਾ ਨਾ ਕਿ ਇੱਥੇ ਪਹਾੜਾਂ ਵਿੱਚ ਜਿਹੜਾ ਮਾਰ ਤੰਡ ਨਹੀਂ ਚੜ੍ਹਦਾ, ਇੱਥੇ ਧੁੱਪ ਨਹੀਂ ਲੱਗਦੀ, ਇੱਥੇ ਇਸ ਪ੍ਰਕਾਰ ਸੂਰਜ ਨਹੀਂ ਚੜ੍ਹਦਾ। ਮਹਾਰਾਜ ਕਹਿੰਦੇ ਸਾਡਾ ਤਾਂ ਦੇਸ਼ ਹੀ ਉਹ ਹੈ ਬੇਗਮਪੁਰਾ ਸਹਿਰ ਕੋ ਨਾਉ, ਜਿੱਥੇ ਮਹਾਰਾਜ ਪਾਤਸ਼ਾਹ ਕਹਿੰਦੇ ਸੂਰਜ ਚੰਦ ਜਿਹੜਾ ਉਹ ਹੈ ਹੀ ਨਹੀਂ ਹੈ। ਪਾਤਸ਼ਾਹ ਨੇ ਫਰਮਾਇਆ ਵੀ ਸਾਡਾ ਹੁਣ ਪਿੱਛੇ ਹਟ ਜਾਣਾ ਤੇ ਬਣਦਾ ਹੀ ਨਹੀਂ ਨਾ, ਅਸੀਂ ਪਿੱਛੇ ਤੇ ਹਟਣਾ ਹੀ ਨਹੀਂ ਹੈ, ਜਾਵਾਂਗੇ ਜਿੱਥੇ ਵੀ ਸਾਡਾ ਜਿਹੜਾ ਦਿਲ ਕਰੇਗਾ ਉੱਥੇ ਅਸੀਂ ਜਿਹੜਾ ਉਹ ਜਾਵਾਂਗੇ। ਹਿਰਦੇ ਜੋ ਹਮਾਰੇ ਭੈ ਭਇਓ ਸਭ ਹਾਨ ਕੋ। ਜਿਹੜਾ ਇਸ ਪ੍ਰਕਾਰ ਤੂੰ ਭੈ ਦੇਣ ਦੀ ਗੱਲ ਕਰਦਾ ਹੈ ਨਾ, ਉਹ ਭੈ ਜਿਹੜਾ ਸਾਰਾ ਸਾਡਾ ਹਾਨ ਹੋ ਗਿਆ, ਅੰਦਰੋਂ ਖਤਮ ਹੋ ਗਿਆ ਹੈ ਪਹਿਲਾਂ ਹੀ। ਦੁੱਖ ਸੁੱਖ ਜਾਨ ਸਮ ਆਏ ਇਹ ਥਾਨ ਚੱਲ। ਅਸੀਂ ਦੁੱਖਾਂ ਤੇ ਸੁੱਖਾਂ ਨੂੰ ਪਹਿਲਾਂ ਹੀ ਜਿਹੜਾ ਬਰਾਬਰ ਸਮਝ ਕੇ ਇਹਨਾਂ ਥਾਵਾਂ ਦੇ ਉੱਤੇ ਆਉਣ ਦੇ ਇਰਾਦੇ ਕੀਤੇ ਨੇ। ਗੁਰੂ ਏਕੰਕਾਰ ਜਾ ਕੇ ਨਹੀਂ ਹੈ ਸਮਾਨ ਕੋ। ਦੂਸਰਾ ਸਵਾਲ ਇਹਨੇ ਵੀ ਕੀਤਾ ਸੀ, ਤੁਹਾਡਾ ਗੁਰੂ ਕੌਣ ਹੈ। ਮਹਾਰਾਜ ਪਾਤਸ਼ਾਹ ਨੇ ਆਖਿਆ ਸਾਡਾ ਏਕੰਕਾਰ ਜਿਹੜਾ ਉਹ ਗੁਰੂ ਹੈ, ਇੱਕ ਅਕਾਲ ਪੁਰਖ ਹੈ। ਤੋ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ ਕਿ ਜਾ ਕੇ ਨਹੀਂ ਹੈ ਸਮਾਨ ਕੋ, ਜਿਹਦੇ ਬਰਾਬਰ ਕੋਈ ਵੀ ਨਹੀਂ ਹੈ। ਭੁੱਲਿਓ ਹਿਰਦੈ ਗੋਰਖ ਤੂੰ ਸ਼ੁੱਧ ਤੇਰੀ ਗਈ ਸਭ। ਮਹਾਰਾਜ ਨੇ ਉਲਟਾ ਇਹਨੂੰ ਝਿੜਕਿਆ ਅੱਗਿਓ, ਮਹਾਰਾਜ ਕਹਿੰਦੇ ਤੂੰ ਗੋਰਖ ਆਪ ਭੁੱਲਾ ਹੋਇਆ ਹੈ, ਤੇਰੀ ਸੁੱਧ ਬੁੱਧ ਜਿਹੜੀ ਹੈ ਨਾ ਉਹ ਸਾਰੀ ਜਿਹੜੀ ਉਹ ਵਿਸਰ ਗਈ ਹੋਈ ਹੈ। ਔਧ ਕੋ ਵਧਾਏ ਔਧ ਭਇਓ ਮਨੋ ਮਾਨ ਕੋ। ਆਪਣੀ ਤੂੰ ਯੋਗ ਸਾਧਨਾ ਨਾਲ ਉਮਰ ਵਧਾ ਵਧਾ ਕੇ ਤੇ ਬਸ ਉਸੇ ਮਾਨ ਹੰਕਾਰ ਦੇ ਵਿੱਚ ਤੂੰ ਡੁੱਬ ਗਿਆ ਹੈ। ਕਵਿਤ ਮਲ ਮੂਤ ਦੇਹ ਤੇਰੀ ਮਾਨ ਲੇਹ ਬਾਤ ਮੇਰੀ। ਹੁਣ ਸਤਿਗੁਰੂ ਮਹਾਰਾਜ ਨੂੰ ਫੇਰ ਇਹ ਸਵਾਲ ਕਰਦਾ ਤੇ ਇਹ ਆਪਣੇ ਆਪ ਨੂੰ ਜਿਹੜੇ ਸਨ ਇਹ ਬਹੁਤ ਪਵਿੱਤਰ ਮੰਨਦੇ ਸਨ ਤੇ ਖਾਸ ਕਰਕੇ ਗ੍ਰਿਸਤੀਆਂ ਦੇ ਨਾਲ ਬੜੀ ਨਫ਼ਰਤ ਕਰਦੇ ਸਨ, ਗ੍ਰਿਸਤੀਆਂ ਦੇ ਨਾਲ। ਯਾਦ ਰਹੇ ਇਹ ਲੋਕ ਜਿਹੜੇ ਸੀਗੇ ਇਹਨਾਂ ਦੀ ਵਿੱਦਿਆ ਵੈਸੇ ਕਮਾਲ ਦੀ ਸੀ, ਉਹ ਅੱਜ ਤੱਕ ਵਿਗਿਆਨ ਦੇ ਹੱਥ ਵਿੱਚ ਆ ਨਹੀਂ ਸਕੀ। ਵੈਸੇ ਵਿਗਿਆਨ ਨੇ ਇਸ ਚੀਜ਼ ਨੂੰ ਇਸ ਤਰ੍ਹਾਂ ਡਿਕਲੇਅਰ ਕੀਤਾ ਹੈ ਵੀ ਇਹ ਹੱਥ ਦੀ ਸਫਾਈ ਹੁੰਦੀ ਹੈ, ਕੋਈ ਅੱਜ ਤੱਕ ਜਾਦੂ ਨਹੀਂ ਹੈ। ਤੇ ਹੈ ਵੀ ਵਾਕਈ ਅੱਜ ਤੱਕ ਜਾਦੂ ਕਿਸੇ ਕੋਲ ਹੁਣ ਹੈ ਨਹੀਂ ਹੈ ਤੇ ਉਹ ਸਾਰੀ ਹੱਥ ਦੀ ਸਫਾਈ ਜਾਂ ਉਸ ਮੌਕੇ ਦੇ ਉੱਤੇ ਪਾਇਆ ਹੋਇਆ ਭਰਮ ਜਿਹੜਾ ਹੁੰਦਾ, ਸਟੇਜ ਨੂੰ ਜਿਹੜਾ ਮੰਚ ਨੂੰ ਇਸ ਤਰ੍ਹਾਂ ਬਣਾਇਆ ਹੁੰਦਾ, ਜਾਂ ਉਹ ਡੱਬੇ ਡੁੱਬੇ ਕੱਪੜੇ ਕੁੱਪੜੇ ਇਸ ਤਰ੍ਹਾਂ ਦੇ ਹੁੰਦੇ ਜਿਨ੍ਹਾਂ ਦੇ ਵਿੱਚੋਂ ਚੀਜ਼ਾਂ ਜਿਹੜੀਆਂ ਉਹ ਨਿਕਲਦੀਆਂ ਆਉਂਦੀਆਂ। ਪਰ ਜਿਹੜੇ ਇਹ ਜਿਹੜਾ ਯੋਗ ਸੀਗਾ, ਯੋਗ ਮਤ ਸੀਗਾ, ਇਹਨਾਂ ਦੇ ਕੋਲ ਸਾਰਾ ਹੀ ਕੁਛ ਹੈਗਾ ਸੀਗਾ, ਉਹ ਸੱਚਮੁੱਚ ਸੀਗਾ। ਉਹ ਵਿੱਦਿਆ ਜਿਹੜੀ ਅੱਜ ਤੱਕ ਪਕੜ ਵਿੱਚ ਹੀ ਨਹੀਂ ਆ ਸਕੀ, ਇਹ ਪ੍ਰਸੰਗ ਅਜੇ ਬੜੇ ਲੰਬੇ ਨੇ, ਇਹਦੇ ਵਿੱਚ ਨਾਲ ਨਾਲ ਆਪਾਂ ਪ੍ਰਮਾਣ ਜਿਹੜੇ ਉਹ ਸਾਂਝੇ ਕਰਾਂਗੇ, ਜਿੱਥੇ ਇਤਿਹਾਸ ਇਹਨਾਂ ਯੋਗੀਆਂ ਦੇ ਨਾਲ ਹੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਅਚਲ ਸਾਹਿਬ ਦਾ ਆਉਂਦਾ ਹੈ। ਭਾਈ ਗੁਰਦਾਸ ਜੀ ਦੇ ਰਚਨਾ ਦੇ ਮੁਤਾਬਕ, ਉਹਨਾਂ ਦੀ ਗਵਾਹੀ ਦੇ ਮੁਤਾਬਕ, ਇਹਨਾਂ ਦੇ ਵਿੱਚੋਂ ਕੁਝ ਲੋਕ ਫਨੀਅਰ ਸੱਪ ਬਣ ਗਏ ਜਿਹੜੇ ਫੂਕਾਂ ਮਾਰਦੇ ਫਿਰਦੇ, ਕੁਝ ਜਿਹੜੇ ਨੇ ਉਹ ਸ਼ੇਰ ਬਣ ਗਏ, ਚੀਤੇ ਬਣ ਗਏ, ਕੁਝ ਜਿਹੜੇ ਨੇ ਭੰਗਰਨਾਥ ਜਿਹੜਾ ਹੈ ਉਹ ਐਸੇ ਸਰੀਰ ਦੇ ਨਾਲ ਜਿਹੜਾ ਹੈ ਇਸ ਦੇ ਨਾਲ ਹੀ ਜਿਹੜਾ ਆਕਾਸ਼ ਦੇ ਵਿੱਚ ਜਿਹੜਾ ਸੀਗਾ ਉਹ ਉੱਡਦਾ ਸੀਗਾ। ਤੋ ਮਹਾਰਾਜ ਨੇ ਖੜਾਵ ਚੜਾ ਦਿੱਤੀ ਸੀ ਉਹਦੇ ਮਗਰ ਤੇ, ਉਹਦੇ ਸਿਰ ਵਿੱਚ ਤਾੜ ਤਾੜ ਕਰਕੇ ਵੱਜੀ ਸੀ ਤੇ ਉਹਨੂੰ ਥੱਲੇ ਲੈ ਕੇ ਆਉਂਦਾ ਸੀਗਾ। ਇਹ ਜਿਹੜੀ ਵਿੱਦਿਆ ਸੀ ਇਹਨਾਂ ਦੇ ਕੋਲ ਹੈਗੀ ਸੀ, ਲੇਕਿਨ ਸਾਧ ਸੰਗਤ ਜੀ ਜਦੋਂ ਇਹ ਜਿਹੜਾ ਕਰਮ ਹੈ ਨਾ ਕਿ ਸ਼ਾਦੀਸ਼ੁਦਾ ਹੀ ਨਾ ਹੋਣਾ ਤੇ ਅਗਾਂਹ ਸੰਤਾਨ ਹੀ ਜਿਹੜੀ ਪੈਦਾ ਨਾ ਹੋਣੀ ਤੇ ਜਦੋਂ ਅਗਲੀ ਪੀੜ੍ਹੀ ਬੰਦ ਹੋ ਜਾਣੀ ਹੈ ਚੱਲਣੋਂ ਤੇ ਉੱਥੇ ਵਿੱਦਿਆ ਵੀ ਨਾਲ ਹੀ ਬੰਦ ਹੋ ਜਾਣੀ ਹੈ। ਜਦੋਂ ਅਗਲੀ ਪੀੜ੍ਹੀ ਜਿਹੜੀ ਉਹ ਨਹੀਂ ਚੱਲਣੀ ਸੰਸਾਰ ਦੇ ਤੇ ਸਾਰੇ ਕੰਮਾਂ ਨੂੰ ਲੋਕ ਲੱਗ ਜਾਣਾ, ਸਾਰਾ ਹੀ ਕੁਝ ਜਿਹੜਾ ਉੱਥੇ ਦਾ ਉੱਥੇ ਰੁਕ ਜਾਣਾ ਹੈ। ਇਹ ਵਿੱਦਿਆ ਇਹਨਾਂ ਦੇ ਨਾਲ ਹੀ ਅਲੋਪ ਹੋ ਗਈ ਹੈ, ਇਹਨਾਂ ਸਿੱਧਾਂ ਦੇ ਨਾਲ ਹੀ ਜਿਹੜੀ ਖਤਮ ਹੋ ਗਈ ਹੈ ਇਹ ਵਿੱਦਿਆ ਸਾਰੀ ਦੀ ਸਾਰੀ। ਇਸ ਲਈ ਇਹ ਸੋ ਜਿਹੜੇ ਗ੍ਰਿਸਤੀ ਨੇ ਉਹਨਾਂ ਨੂੰ ਖਾਸ ਕਰਕੇ ਬੜੀ ਇਹ ਨਫ਼ਰਤ ਕਰਦੇ ਸੀ। ਇਹ ਮੈਂ ਤਾਂ ਰੁਕ ਗਿਆ ਇੱਥੇ ਬੇਨਤੀ ਕਰਦਾ ਵੀ ਪਹਿਲਾਂ ਹੀ ਅਟੈਕ ਇਹਨੇ ਗੁਰੂ ਨਾਨਕ ਸਾਹਿਬ 'ਤੇ ਬੜਾ ਭੈੜਾ ਕੀਤਾ ਅਤੇ ਮਹਾਰਾਜ ਨੂੰ ਕਹਿੰਦਾ ਮਲ ਮੂਤ ਦੀ ਤੇਰੀ ਦੇਹੀ ਹੈ, ਕਹਿੰਦਾ ਇਹ ਤੇਰੀ ਮਲ ਮੂਤ ਦੀ ਦੇਹੀ ਹੈ,
ਇਸ ਤਰ੍ਹਾਂ ਦੀ ਦੇਹੀ ਵਾਲਾ ਜਿਹੜਾ ਉਹ ਤਾਂ ਕਹਿੰਦਾ ਸੁਮੇਰ ਪਰਬਤ ਵੱਲ ਨੂੰ ਚੜ ਹੀ ਨਹੀਂ ਸਕਦਾ। ਕਾਇਰ ਜਿਉਂ ਧਾਮ ਬੋਲ ਬੋਲਤ ਨਿਲਾਜ ਹੈ। ਫਿਰ ਇਸ ਤਰ੍ਹਾਂ ਵੀ ਇਹਨੇ ਦੂਜਾ ਅਟੈਕ ਵੀ ਮਹਾਰਾਜ ਤੇ ਕਰ ਦਿੱਤਾ, ਕਹਿੰਦਾ ਜਿਹੜਾ ਕਾਇਰ ਹੋਵੇ ਨਾ ਉਹ ਇਸ ਤਰ੍ਹਾਂ ਆਪਣੇ ਧਾਮ ਦੇ ਵਿੱਚ ਆਪਣੇ ਘਰ ਦੇ ਵਿੱਚ ਉਹ ਵੀ ਬੜੀਆਂ ਇਸ ਪ੍ਰਕਾਰ ਦਲੇਰੀ ਵਾਲੀਆਂ ਗੱਲਾਂ ਕਰ ਲੈਂਦਾ ਹੁੰਦਾ ਹੈ। ਦੇਖੋ ਜਾਏ ਅੱਗੇ ਕੈਸੇ ਤਾਹਾਂ ਦੁੱਖ ਲੱਗੇ ਤੋਹੇ, ਕਹਿੰਦਾ ਨਹੀਂ ਤਾਂ ਦੇਖ ਲਓ ਬੇਸ਼ੱਕ ਅੱਗੇ ਜਾ ਕੇ ਤੁਹਾਨੂੰ ਬਹੁਤ ਦੁੱਖ ਲੱਗਣਗੇ ਅੱਗੇ ਜਾ ਕੇ। ਐਸੇ ਹਾਂ ਹੂੰ ਜਾਨੋ ਭੈ ਦੇਖ ਕਰ ਭਾਜ ਹੈ, ਜਦੋਂ ਮੈਂ ਜੋ ਦੱਸ ਰਿਹਾ ਤੁਸੀਂ ਜਦੋਂ ਅੱਗੇ ਜਾ ਕੇ ਦੇਖੋਗੇ ਤੇ ਫਿਰ ਭੈਦਾਇਕ ਹੋ ਕੇ ਡਰ ਕੇ ਤੇ ਪਿੱਛੇ ਨੂੰ ਕਹਿੰਦਾ ਭੱਜ ਆਓਗੇ। ਕੌਣ ਵੇਖ ਤੇਰਾ ਐਸੋ ਆਗੈ ਨਹਿ ਹੇਰਾ ਕਬ, ਇਹ ਗੋਰਖ ਕਹਿੰਦਾ ਤੇਰਾ ਲਿਬਾਸ ਕੀ ਹੈ, ਕਿਹੜੇ ਧਰਮ ਨਾਲ ਸੰਬੰਧਿਤ ਹੈ, ਅੱਗੇ ਕਦੀ ਇਸ ਤਰ੍ਹਾਂ ਦਾ ਲਿਬਾਸ ਦੇਖਿਆ ਨਹੀਂ ਹੈ। ਹੱਠ ਤਿਆਗ ਦੀਜੈ ਮਨ ਹੋਏ ਸ਼ੁਭ ਕਾਜ ਹੈ, ਇਸ ਲਈ ਆਪਣੀ ਜਿੱਦ ਤੇ ਆਪਣਾ ਹੱਠ ਛੱਡ ਦੇ, ਪਿੱਛੇ ਮੁੜ ਜਾ ਤੇ ਇਸ ਪ੍ਰਕਾਰ ਜਿਹੜਾ ਹੈ ਇਹੀ ਤੇਰੇ ਵਾਸਤੇ ਸ਼ੁਭ ਕਾਜ ਹੈ। ਰਾਮ ਜਦ ਪਾਤ ਆਦ ਕੀਨੋ ਜਾਗ ਗੁਰੂ ਆਏ, ਹੁਣ ਫੇਰ ਆਖ ਕੇ ਗੱਲ ਇਹਨੇ ਫਿਰ ਉਸੇ ਟਿਕਾਣੇ ਤੇ ਲੈ ਆਂਦੀ, ਕਹਿੰਦਾ ਵੀ ਜਿਹੜੇ ਰਾਮ ਚੰਦਰ ਜੀ ਹੋਏ ਹੈ ਤੇ ਜਿਹੜੇ ਜਦਪਤ ਜੀ ਹੋਏ ਹੈ, ਜਾਦਵਾਂ ਦੀ ਕੁਲ ਦੇ ਮਾਲਕ ਕ੍ਰਿਸ਼ਨ ਭਗਵਾਨ ਜੀ, ਕਹਿੰਦਾ ਉਹ ਜਿਹੜੇ ਸਾਰੇ ਹੋਏ ਹਨ, ਤੁਮ ਕਿਉਂ ਨਾ ਕਰੋ ਪ੍ਰਤਾਪ ਵੱਡੋ ਸਾਜ ਹੈ, ਉਹਨਾਂ ਸਾਰਿਆਂ ਨੇ ਗੁਰੂ ਧਾਰਨ ਕੀਤੇ ਹੈ, ਇਸ ਲਈ ਤੁਸੀਂ ਕਿਉਂ ਨੀ ਗੁਰੂ ਧਾਰਨ ਕਰ ਰਹੇ, ਜੇ ਤੂੰ ਸਾਨੂੰ ਗੁਰੂ ਧਾਰਨ ਕਰ ਲਏਗਾ ਤੇਰਾ ਬੜਾ ਪ੍ਰਤਾਪ ਸਾਜ ਆਏਗਾ। ਕਵਿਤ ਨਾਮ ਕੇ ਪ੍ਰਤਾਪ ਸੋ ਪਵਿੱਤਰ ਦੇਹ ਭਈ ਮੇਰੀ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਅੱਗਿਓ ਪਦਾ ਆਇਆ, ਉਹਨਾਂ ਦੇ ਉੱਤਰ ਆਏ ਨੇ ਮਹਾਰਾਜ ਪਾਤਸ਼ਾਹ ਫਰਮਾਉਂਦੇ ਵੀ ਤੂੰ ਇਹ ਗੱਲ ਜਿਹੜੀ ਬੜੀ ਭੈੜੀ ਕਹਿ ਰਿਹਾ ਕਿ ਮਲ ਮੂਤ ਦੀ ਦੇਹੀ ਹੈ, ਮਹਾਰਾਜ ਪਾਤਸ਼ਾਹ ਜੀ ਨੇ ਫਰਮਾਇਆ ਕਿ ਨਾਮ ਕੇ ਪ੍ਰਤਾਪ ਸੋ ਪਵਿੱਤਰ ਦੇਹ ਭਈ ਮੇਰੀ, ਨਾਮ ਜਪ ਜਪ ਕੇ ਸਾਰੀ ਦੇਹੀ ਜਿਹੜੀ ਹੈ ਇਹ ਪਵਿੱਤਰ ਹੋ ਗਈ ਹੈ। ਗੁਰੂ ਨਾਨਕ ਸਾਹਿਬ ਜੀ ਦੇ ਤਾਂ ਸਾਧ ਸੰਗਤ ਜੀ ਜਿਹੜੇ ਪੁੱਜ ਚੁੱਕੇ ਸਿੱਖ ਨੇ ਉਹਨਾਂ ਦੀ ਵੀ ਦੇਹੀ ਜਿਹੜੀ ਹੈ ਕੁੰਗੂ ਕੀ ਰਤਨਾ, ਮਹਾਰਾਜ ਪਾਤਸ਼ਾਹ ਜੀ ਕਹਿੰਦੇ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ, ਅੱਠ ਸੱਠ ਤੀਰਥ ਕਾ ਮੁੱਖ ਟਿੱਕਾ ਤਿਤ ਘਟ ਮਤ ਵਿਗਾਸ। ਜਿਹੜੇ ਬਾਣੀ ਦੇ ਨਾਲ ਓਤ ਪੋਤ ਹੋ ਜਾਂਦੇ ਹੈ, ਜਿਨ੍ਹਾਂ ਦੀ ਰਸਨਾ ਦੇ ਉੱਤੇ ਹਮੇਸ਼ਾ ਨਾਮ ਚੱਲਦਾ ਰਹਿੰਦਾ ਹੈ, ਬਾਣੀ ਦੇ ਵਿੱਚ ਬਚਨ ਆਉਂਦਾ ਹੈ ਕਿ ਉਹਨਾਂ ਦੀ ਜਿਹੜੀ ਕਾਇਆ ਹੈ ਉਹਦੇ ਵਿੱਚੋਂ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ ਹੈ, ਭਾਵੇਂ ਐਡੀ ਜਲਦੀ ਇਹ ਮੰਨੇ ਜਾਣ ਵਾਲਾ ਬਚਨ ਨਹੀਂ, ਭਾਵਨਾ ਦੇ ਨਾਲ ਮੰਨ ਲਈਦਾ ਕਿ ਕੁੰਗੂ ਕੀ ਕਾਇਆ, ਜਿਹੜੀ ਕਾਇਆ ਹੈ ਉਹਦੇ ਵਿੱਚੋਂ ਕੁੰਗੂ ਵਰਗੀ ਜਿਹੜੀ ਹੈ ਖੁਸ਼ਬੂ ਆਉਂਦੀ ਹੈ। ਰਤਨਾ ਕੀ ਲਲਤਾ, ਲਲਤਾ ਨਾਮ ਹੈ ਜੀਭ ਦਾ, ਜੀਭ ਦੇ ਵਿੱਚੋਂ ਇੱਕ ਬਚਨ ਕਿਰਦਾ ਤੇ ਸਮਝੋ ਜਿਵੇਂ ਰਤਨ ਕਿਰਿਆ ਹੈ, ਉਹ ਰਤਨ ਕਿਰਿਆ ਹੈ ਉਸ ਤਰ੍ਹਾਂ ਹੋ ਜਾਂਦਾ ਹੈ। ਭਾਈ ਵੀਰ ਸਿੰਘ ਸਾਹਿਬ ਜੀ ਦਾ ਜਦੋਂ ਅੰਤਲਾ ਜਿਹਾ ਸਮਾਂ ਆ ਗਿਆ ਸੀ, ਅਖੀਰਲੇ ਸਾਲ ਚੱਲ ਰਹੇ ਸੀ ਤੇ ਕਾਪੀ ਪੈਨ ਲੈ ਕੇ ਤੇ ਸਿੱਖ ਸੇਵਾਦਾਰ ਨਾਲ ਹੀ ਰਿਹਾ ਕਰਦੇ ਸੀ ਵੀ ਇਹਨਾਂ ਨੇ ਜਿਹੜਾ ਵੀ ਬਚਨ ਕਰਨਾ ਨਾ ਉਹ ਲਿਖਣ ਵਾਲਾ ਹੀ ਹੁੰਦਾ ਹੈ, ਉਹ ਲਿਖਣ ਵਾਲਾ ਹੀ ਹੁੰਦਾ, ਉਹ ਲਿਖ ਲਿਆ ਕਰਾਂਗੇ। ਕਬੀਰ ਸਾਹਿਬ ਜੀ ਦਾ ਜਿਹੜਾ ਜੀਵਨ ਦਾ ਮਗਰਲਾ ਟਾਈਮ ਸੀ ਉਹਦੇ ਵਿੱਚ ਕਬੀਰ ਸਾਹਿਬ ਜੀ ਦੇ ਮਗਰ ਪੁਰਾਤਨ ਗ੍ਰੰਥਾਂ ਵਿੱਚ ਆਉਂਦਾ 400 ਦੇ ਕਰੀਬ ਸਿੱਖ ਸੇਵਕ ਜਿਹੜੇ ਮਗਰ ਮਗਰ ਹੀ ਤੁਰੇ ਫਿਰਦੇ ਹੁੰਦੇ ਸੀ, ਨਾਲ ਨਾਲ ਤੁਰੇ ਫਿਰਦੇ ਹੁੰਦੇ ਸੀ ਵੀ ਜੋ ਵੀ ਇਹਨਾਂ ਨੇ ਮੁੱਖ ਤੋਂ ਬਚਨ ਕਰਨਾ ਹੈ ਉਹ ਕੀਮਤੀ ਰਤਨ ਹੀ ਹੋਣਾ ਹੈ, ਉਹ ਅਸੀਂ ਸੰਭਾਲ ਲਵਾਂਗੇ, ਸਾਂਭ ਲਵਾਂਗੇ, ਹਿਰਦੇ ਰੂਪ ਪੱਲੇ ਚ ਬੰਨ ਲਵਾਂਗੇ। ਬਾਣੀ ਦੇ ਵਿੱਚ ਮਹਾਰਾਜ ਪਾਤਸ਼ਾਹ ਨੇ ਬਚਨ ਜਿਹੜੇ ਕੀਤੇ ਹੈ ਕਿ ਨਾਮ ਜਪਣ ਨਾਲ ਇਹ ਦੇਹੀ ਜਿਹੜੀ ਇਹ ਪਵਿੱਤਰ ਹੋ ਜਾਂਦੀ ਹੈ। ਸਤਿਗੁਰੂ ਨੇ ਫਰਮਾਇਆ ਕਿ ਭਾਈ ਨਾਮ ਕੇ ਪ੍ਰਤਾਪ ਸੋ ਪਵਿੱਤਰ ਦੇਹ ਭਈ ਮੇਰੀ, ਸਾਡਾ ਸਰੀਰ ਜਿਹੜਾ ਉਹ ਪਵਿੱਤਰ ਹੋ ਚੁੱਕਾ ਹੈ। ਕਾਇਰ ਹੈ ਸੋ ਤੁਝ ਜੈਸੇ ਬਿਲ ਲਾਏ ਹੈ, ਮਹਾਰਾਜ ਕਹਿੰਦੇ ਦੂਜੀ ਗੱਲ ਤੂੰ ਕਾਇਰ ਦੀ ਕੀਤੀ, ਕਾਇਰ ਹੁੰਦੇ ਤੇਰੇ ਵਰਗੇ ਜਿਹੜੇ ਬਿਰਲਾਏ ਹੁੰਦਾ, ਬਿਰਲਾਪ ਕਰਨਾ ਜਿਹੜੇ ਤੇਰੇ ਵਰਗੇ, ਅਸੀਂ ਤੇ ਅਜੇ ਉੱਪਰ ਨੂੰ ਚੱਲੇ ਹੀ ਸੀ ਤੇ ਤੂੰ ਪਹਿਲਾਂ ਹੀ ਰੋਣ ਲੱਗ ਗਿਆ, ਪਹਿਲਾਂ ਹੀ ਬਰਲਾਪ ਕਰਨ ਲੱਗਿਆ, ਕਾਇਰ ਬੰਦੇ ਹੁੰਦੇ ਤੇਰੇ ਵਰਗੇ। ਦੇਖਣੇ ਕੀ ਇੱਛਾ ਔਰ ਦੇਖਾਂ ਆਗੇ ਜਾਏ ਦੂਰ, ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਸਾਡੇ ਤੇ ਮਨ ਦਾ ਫੁਰਨਾ ਹੈ, ਸਾਡੇ ਤੇ ਮਨ ਦੀ ਇੱਛਾ ਹੈ ਸਮੇਰ ਪਰਬਤ ਨੂੰ ਵੀ ਦੇਖਾਂਗੇ ਤੇ ਜਿਹੜੇ ਉੱਪਰ ਰਹਿ ਰਹੇ ਉਹਨਾਂ ਨੂੰ ਵੀ ਜਾ ਕੇ ਦੇਖਾਂਗੇ, ਅਸੀਂ ਆਪਣੀ ਇੱਛਾ ਪੂਰੀ ਕਰਾਂਗੇ। ਬੋਲ ਕੇ ਡਰਾਵੇਂ ਨਹਿ ਜਾਏ ਹਟ ਜਾਏ ਹੈ, ਜਿਹੜਾ ਤੂੰ ਬੋਲ ਕੇ ਸਾਨੂੰ ਡਰਾਉਂਦਾ ਹੈ ਅਸੀਂ ਤੇਰੇ ਡਰਾਉਣ ਦੇ ਨਾਲ ਨਾਹੇ ਹਟ ਜਾਏ ਹੈ, ਪਿੱਛੇ ਨਹੀਂ ਹਟ ਜਾਵਾਂਗੇ। ਵੇਖ ਏਕੰਕਾਰੀ ਨਿਤ ਆਦ ਅੰਤ ਹੋਤ ਸਤ, ਜਿਹੜੀ ਤੂੰ ਗੱਲ ਕੀਤੀ ਕਿ ਤੁਹਾਡਾ ਭੇਖ ਕਿਹੜਾ ਹੈ, ਕਿਹੜੀ ਸੰਪਰਦਾ ਵਾਲਾ, ਕਿਹੜੇ ਧਰਮ ਵਾਲਾ, ਮਹਾਰਾਜ ਕਹਿੰਦੇ ਵੇਖ ਏਕੰਕਾਰੀ, ਸਾਡਾ ਇੱਕ ਓਅੰਕਾਰ ਵਾਲਾ ਭੇਖ ਹੈ, ਇੱਕ ਓਅੰਕਾਰ ਦਾ ਧਰਮ ਹੈ। ਪਾਤਸ਼ਾਹ ਜੀ ਕਹਿੰਦੇ ਹੈ ਕਿ ਆਦ ਅੰਤ ਹੋਤ ਸਤ,
ਜਿਹੜਾ ਪਹਿਲਾਂ ਵੀ ਤੇ ਜਿਹੜਾ ਅਖੀਰ ਤੱਕ ਵੀ ਜਿਹੜਾ ਹੈ ਉਹ ਸਾਤੀ ਤੇ ਸਾਚੀ ਜਿਹੜਾ ਹੈ। ਤਹਾਂ ਕੀ ਪਹੁੰਚਣਾ ਹੈ ਕੈਸੇ ਸਮਝਾਏ ਹੈ। ਮਹਾਰਾਜ ਕਹਿੰਦੇ ਹੁਣ ਇਹਦੇ ਬਾਰੇ ਤੇਰੀ ਉੱਥੋਂ ਤੱਕ ਪਹੁੰਚ ਨਹੀਂ, ਤੈਨੂੰ ਸਮਝਾਈਏ ਕਿਵੇਂ। ਜਿਹੜਾ ਏਕੰਕਾਰ ਸਾਡਾ ਭੇਖ ਹੈ, ਜਿਹੜਾ ਆਦ ਅੰਤ ਸੱਤ ਹੈ, ਤੂੰ ਤੇ ਆਪ ਨੀ ਉੱਥੋਂ ਤੱਕ ਪਹੁੰਚਿਆ ਹੋਇਆ, ਹੁਣ ਤੈਨੂੰ ਖੁਲਾਸਾ ਕਰਕੇ ਕੀ ਸਮਝਾਈਏ। ਹੱਠ ਕੈਸੇ ਤਿਆਗਾ ਹੈ, ਹੱਠ ਹੀ ਸੇ ਸੂਰਾ ਪੂਰਾ ਹੋਏ। ਮਹਾਰਾਜ ਕਹਿੰਦੇ ਬਾਕੀ ਗੱਲ ਤੂੰ ਕੀਤੀ ਵੀ ਹੱਠ ਛੱਡ ਦਿਓ, ਮਹਾਰਾਜ ਕਹਿੰਦੇ ਹੱਠ ਕਿਵੇਂ ਛੱਡ ਦੀਏ, ਹੱਠ ਦੇ ਨਾਲ ਹੀ ਤੇ ਸੂਰਮਾ ਜਿਹੜਾ ਉਹ ਪੂਰਾ ਹੁੰਦਾ ਹੈ, ਨਹੀਂ ਤਾਂ ਅੱਗੇ ਵਰਦੀਆਂ ਕਿਰਪਾਨਾਂ ਦੇਖ ਕੇ, ਕੱਟੇ ਹੋਏ ਸਿਰ ਦੇਖ ਕੇ, ਡੁੱਲਦਾ ਹੋਇਆ ਲਹੂ ਦੇਖ ਕੇ, ਤੇ ਜੇ ਸੂਰਮਾ ਪਿੱਛੇ ਨੂੰ ਹੀ ਭੱਜ ਜਾਏ ਤੇ ਉਹਨੂੰ ਕੋਈ ਪੂਰਾ ਸੂਰਾ ਨਹੀਂ ਆਖੇਗਾ। ਇਸ ਲਈ ਪਾਤਸ਼ਾਹ ਕਹਿੰਦੇ ਉੱਥੇ ਫਿਰ ਹੱਠ ਜਿਹੜਾ ਉਹ ਰੱਖਣਾ ਹੀ ਪੈਂਦਾ ਹੈ। ਹਰੇਕ ਚੀਜ਼ ਦੇ ਦੋ ਰੂਪ ਹੁੰਦੇ, ਇੱਕ ਹੁੰਦਾ ਸ਼ੁੱਧ ਰੂਪ, ਇੱਕ ਹੁੰਦਾ ਮਲੀਨ ਰੂਪ। ਇੱਥੋਂ ਤੱਕ ਕਿ ਵਿਕਾਰਾਂ ਦੇ ਵੀ ਇਵੇਂ ਹੀ ਹੈ, ਇੱਕ ਸ਼ੁੱਧ ਰੂਪ ਹੁੰਦਾ, ਇੱਕ ਮਲੀਨ ਰੂਪ ਹੁੰਦਾ। ਹੁਣ ਜਿਹੜਾ ਹੱਠ ਹੈ ਮਹਾਰਾਜ ਜੀ ਦੇ ਪੰਥ ਦੇ ਅੰਦਰ, ਜਿਹੜਾ ਸ਼ੁੱਧ ਹੱਠ ਹੈ, ਉਹਨਾਂ ਦੀ ਤਾਂ ਨਿੱਤ ਆਪਾਂ ਅਰਦਾਸ ਕਰਦੇ ਕਿ ਹੱਠੀਆਂ ਜਪੀਆਂ ਤਪੀਆਂ ਸੂਰਮਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤੋ ਮਹਾਰਾਜ ਕਹਿੰਦੇ ਹੱਠ ਕਿਵੇਂ ਛੱਡ ਦੀਏ, ਜੋ ਇਰਾਦੇ ਕਰ ਲਏ ਨੇ ਉਹ ਤੇਰੇ ਡਰਾਇਆ ਕਿਵੇਂ ਅਸੀਂ ਪਿੱਛੇ ਹਟ ਜਾਈਏ। ਹੱਠ ਦੇ ਨਾਲ ਹੀ ਤੇ ਸੂਰਮਾ ਪੂਰਾ ਗਿਣਿਆ ਜਾਂਦਾ ਹੈ। ਗੁਰੂ ਪੂਰਾ ਕਿਨੋ ਨਾ ਹੈ ਜਾਂ ਤੇ ਤੂੰ ਅਲਾਏ ਹੈ। ਮਹਾਰਾਜ ਕਹਿੰਦੇ ਅਸਲ ਵਿੱਚ ਤੂੰ ਨੀ ਕੋਈ ਪੂਰਨ ਗੁਰੂ ਧਾਰਨ ਕੀਤਾ ਹੋਇਆ, ਜਾ ਜਿਸ ਕਰਕੇ ਤੂੰ ਇਸ ਤਰ੍ਹਾਂ ਸਾਨੂੰ ਜਿਹੜੀ ਸਲਾਹ ਦੇ ਰਿਹਾ ਹੈ। ਸਵਈਆ ਯੋਗ ਤੇ ਹੋਤ ਸਰੀਰ ਸਦਾ ਥਿਰ। ਮਹਾਰਾਜ ਪਾਤਸ਼ਾਹ ਜੀ ਨੂੰ ਫਿਰ ਇਹ ਹੁਣ ਅੱਗਿਓਂ ਫਿਰ ਇਹ ਕਹਿੰਦਾ ਹੈ, ਕਹਿੰਦਾ ਜਿਹੜਾ ਯੋਗ ਅਸੀਂ ਸਿਖਾਉਂਦੇ ਹਾਂ ਉਹਦੇ ਨਾਲ ਸਰੀਰ ਜਿਹੜਾ ਹੈ ਉਹ ਨਰਵਾ ਹੋ ਜਾਂਦਾ ਹੈ। ਨੌ ਨਿਧ ਸਿੱਧ 18 ਪਾਸੂ, ਤੇ ਨੌ ਨਿਧੀਆਂ ਤੇ 18 ਸਿੱਧੀਆਂ ਜਿਹੜੀਆਂ ਉਹ ਪਾਸ ਆ ਜਾਂਦੀਆਂ ਨੇ। ਪੂਜ ਬਣੇ ਜਗ ਮੈਂ ਪ੍ਰਗਟਾਏ, ਕਹਿੰਦਾ ਹੈ ਤੇ ਜਗਤ ਦੇ ਵਿੱਚ ਪ੍ਰਗਟ ਹੋ ਜਾਈਦਾ, ਲੋਕ ਪੂਜਾ ਕਰਨ ਲੱਗ ਜਾਂਦੇ ਹਨ। ਰਜਾਏ ਚੱਲੇ ਸਭ ਉੱਪਰ ਤਾਸੂ, ਤੇ ਜੇ ਤੂੰ ਸਾਡਾ ਯੋਗ ਧਾਰਨ ਕਰ ਲਏ ਤੇ ਤੇਰੀ ਜਿਹੜੀ ਹੈ ਉਹ ਦੂਜਿਆਂ ਦੇ ਉੱਤੇ ਰਜਾ ਚੱਲਣੀ ਸ਼ੁਰੂ ਹੋ ਜਾਂਦੀ ਹੈ, ਸਨਮਾਨ ਵੱਧ ਜਾਂਦਾ ਹੈ। ਚਾਹੇ ਹਿਰਦੇ ਮਹਿ ਜੋ ਹੋਏ ਕਾਹੇ ਕੀ, ਜਿਹੜੀ ਵੀ ਮਨ ਵਿੱਚ ਕੋਈ ਚਾਹਨਾ ਆਵੇ। ਕਹਿੰਦਾ ਜਦੋਂ ਅਸੀਂ ਯੋਗ ਸਿਖਾਲ ਦਿੰਦੇ ਹਾਂ, ਯੋਗ ਦੇ ਦੁਆਰਾ ਜਿਹੜੀਆਂ ਉਹ ਰਿਧੀਆਂ ਸਿੱਧੀਆਂ ਆ ਜਾਂਦੀਆਂ ਨੇ, ਉਦੋਂ ਜੋ ਵੀ ਕਹਿੰਦਾ ਮਨ ਵਿੱਚ ਇੱਛਾ ਆ ਜਾਵੇ। ਸੋ ਕਰ ਲੇ ਤਾਂ ਬਦੇ ਬਲ ਰਾਸੂ, ਉਦੋਂ ਕਹਿੰਦਾ ਫਿਰ ਬੜਿਆ ਬਲ ਵੱਧ ਜਾਂਦਾ ਹੈ, ਤੇ ਜੋ ਮਨ ਵਿੱਚ ਆਵੇ ਉਹੀ ਕੁਛ ਜਿਹੜਾ ਹੈ ਉਹ ਕਰਤੱਬ ਦਿਖਾਲ ਦਈਦਾ ਹੈ। ਪੂਰਨ ਹੋਇ ਗੁਣ ਰੂਰਨ ਸੋ, ਫਿਰ ਇਸ ਪ੍ਰਕਾਰ ਕਹਿੰਦਾ ਕਿ ਇਸ ਤਰ੍ਹਾਂ ਫਿਰ ਯੋਗ ਦੇ ਸੋਹਣੇ ਗੁਣਾਂ ਦੇ ਨਾਲ ਕਹਿੰਦਾ ਬੰਦਾ ਪੂਰਨ ਹੋ ਜਾਂਦਾ ਹੈ। ਮਨ ਤੂਰਨ ਮਾਨ ਕੈ ਸੀਖ ਪ੍ਰਿਆਸੂ, ਇਸ ਕਰਕੇ ਆਪਣੇ ਮਨ ਵਿੱਚ ਛੇਤੀ ਕਰਕੇ ਤੇ ਸਾਡੀ ਗੱਲ ਨੂੰ ਮੰਨ ਕੇ ਤੇ ਇਹ ਜਿਹੜਾ ਪੁਰਾਣਾ ਜਾਮ ਹੈ ਇਹਨੂੰ ਸਿੱਖਣਾ ਕਰ। ਸਵਈਆ ਸ਼ੋਰ ਦੇਈ ਤਨ ਹੰਤ ਹੁਤੀ, ਮਹਾਰਾਜ ਕਹਿੰਦੇ ਜਦੋਂ ਅਸਾਂ ਆਪਣੇ ਅੰਦਰੋਂ ਤਨ ਦੀ ਹੰਤਾ ਹੀ ਛੱਡ ਦਿੱਤੀ ਹੋਈ ਹੈ, ਤਨ ਦਾ ਹੰਕਾਰ ਹੀ ਜਿਹੜਾ ਹੈ ਉਹ ਸਾਰਾ ਅਸਾਂ ਨੇ ਜਿਹੜਾ ਛੱਡ ਦਿੱਤਾ ਹੋਇਆ ਹੈ। ਕਿਤ ਰਾਖਣ ਕੋ ਥਿਰ ਕੌਣ ਹੈ ਕੰਮ, ਉਦੋਂ ਸਾਨੂੰ ਫਿਰ ਇਸ ਸਰੀਰ ਨੂੰ ਜਿਹੜਾ ਹੈ ਉਹ ਨਰੋਇਆ ਰੱਖਣ ਦੀ ਸਾਨੂੰ ਚਿੰਤਾ ਕਾਹਦੀ ਪਈ ਹੈ, ਜਿਹੜਾ ਤੂੰ ਕਹਿੰਦਾ ਕਿ ਯੋਗ ਦੇ ਨਾਲ ਇਹ ਸਥਿਰ ਹੁੰਦਾ ਹੈ। ਮਹਾਰਾਜ ਕਹਿੰਦੇ ਸਰੀਰ ਦੀ ਤਾਂ ਹਉਮੈ ਹੀ ਅਸਾਂ ਤਿਆਗ ਦਿੱਤੀ ਹੋਈ ਹੈ। ਜੇ ਨਿੱਧ ਸਿੱਧ ਸੋ ਦਾਸੀ ਪਈ, ਮਹਾਰਾਜ ਕਹਿੰਦੇ ਜਿਹੜੀਆਂ ਨਿੱਧੀਆਂ ਸਿੱਧੀਆਂ ਦੀ ਤੂੰ ਬਾਤ ਕਰਦਾ ਹੈ ਉਹ ਤਾਂ ਸਾਡੀਆਂ ਦਾਸੀਆਂ ਹੋਈਆਂ ਪਈਆਂ ਹਨ। ਲਿਏ ਦੇਵ ਤਰੋਵਰ ਸ਼੍ਰੀ ਹਰਨਾਮੂ, ਜਿਹੜਾ ਦੇਵਤਿਆਂ ਦੇ ਕੋਲ ਤਰੋਵਰ ਮੰਨਿਆ ਜਾਂਦਾ, ਕਲਪ ਬ੍ਰਿਸ਼ ਮੰਨਿਆ ਜਾਂਦਾ, ਮਹਾਰਾਜ ਕਹਿੰਦੇ ਜਿਹੜਾ ਸਾਡੇ ਕੋਲ ਨਾਮ ਹੈ ਨਾ ਪ੍ਰਭੂ ਦਾ ਪਰਮੇਸ਼ਰ ਦਾ, ਉਹ ਕਲਪ ਬ੍ਰਿਸ਼ ਤੋਂ ਤੇ ਇਹ ਕਾਮ ਧਿਨ ਗਊ ਤੋਂ ਤੇ ਰਿਧੀਆਂ ਸਿੱਧੀਆਂ ਤੋਂ ਮਹਾਨ ਹੈ, ਅਸਾਂ ਉਹ ਜਪਿਆ ਹੈ। ਮਾਨਵ ਮਾਹੇ ਪੂਜਾਵਣ ਕੀ, ਮਹਾਰਾਜ ਕਹਿੰਦੇ ਤੀਜੀ ਗੱਲ ਤੂੰ ਕਹਿੰਦਾ ਵੀ ਲੋਕੀ ਤੇਰੀ ਪੂਜਾ ਕਰਨਗੇ, ਲੋਕਾਂ ਦੇ ਕੋਲੋਂ ਪੂਜਾ ਕਰਾਉਣ ਦੀ ਤਾਂ ਸਾਡੇ ਅੰਦਰੋਂ ਵਾਸ਼ਨ ਨਾਸ਼ ਕਰੀ ਬੜਿਆਮੂ, ਉਹ ਤਾਂ ਸਾਰੀ ਅਸੀਂ ਵਾਸ਼ਨਾ ਹੀ ਨਾਸ਼ ਕਰ ਦਿੱਤੀ ਹੈ, ਸਾਡੇ ਮਨ ਵਿੱਚ ਕੋਈ ਤਮੰਨਾ ਹੀ ਨਹੀਂ ਹੈ ਵੀ ਦੁਨੀਆਂ ਦੇ ਕੋਲੋਂ ਅਸੀਂ ਆਪਣੀ ਪੂਜਾ ਕਰਵਾਈਏ। ਕਾਹੇ ਕੀ ਚਾਹੇ ਨਹੀਂ ਉਰ ਮਾਹੇ, ਸਤਿਗੁਰਾਂ ਨੇ ਫਰਮਾਇਆ ਹੈ ਗੋਰਖ ਕਿਸੇ ਪ੍ਰਕਾਰ ਦੀ ਕੋਈ ਚਾਹਨਾ ਸਾਡੇ ਮਨ ਵਿੱਚ ਨਹੀਂ ਰਹਿ ਗਈ। ਅਗਾਏ ਰਹੇ ਸੁਖ ਕਾ ਅਬਿਰਹਮੂ, ਇਸ ਵਾਸਤੇ ਅਸੀਂ ਤਾਂ ਅਗਾਏ ਰਹੇ, ਅਸੀਂ ਤਾਂ ਆਨੰਦ ਦੇ ਵਿੱਚ ਰੱਜੇ ਹੋਏ ਹਾਂ। ਸੁਖ ਭਾ ਅਬਿਰਹਮੂ, ਤੇ ਦਿਲ ਵਿੱਚ ਜਿਹੜਾ ਹੈ ਬੜਾ ਅਬਿਰਹਮੂ ਸੁੰਦਰ ਸੁਖ ਪ੍ਰਾਪਤ ਹੋਇਆ ਪਿਆ ਹੈ। ਸਵਈਆ ਗੋਰਖ ਸ਼੍ਰੋਣ ਸੁਣੇ ਜਬ ਬੈਣ, ਹੁਣ ਫਿਰ ਜਦੋਂ ਗੋਰਖ ਨੇ ਸਤਿਗੁਰੂ ਮਹਾਰਾਜ ਜੀ ਦੇ ਇਹ ਬਚਨ ਸੁਣੇ ਨੇ, ਲਖੀ ਮਨ ਮੈਂ ਇਹ ਮਾਨਤ ਨਾਹੀ, ਮਨ ਵਿੱਚ ਇਹ ਸੋਚ ਲਿਆ ਵੀ ਲੱਗਦਾ ਨਹੀਂ ਮੰਨੇਗਾ, ਵੀ ਮੈਂ ਕੋਸ਼ਿਸ਼ ਤਾਂ ਕਰ ਰਿਹਾ ਵੀ ਲੱਗਦਾ ਨਹੀਂ ਮੰਨੇਗਾ।
लाए अवै शक्ति परखां। हुण इन्ने सोचिया दूजा तरीका, कहिंदा इउं करां भई शक्ति ला के ते परख करदा हां, जे ते मेरी शक्ति चल गई ते मेरे प्रभाव हेठ आ जाएगा, ना होया ते इस प्रकार जिहड़ा मैं परख ते लवां भई इह कितनी क ताकत दा मालक है। मुख बोलत है किदो साचो पी आही, कहिंदा मन विच सोचदा है गोरख के इह गुरु नानक जो मुख तों कह रहा है, ਜਿਵੇਂ ਕਹਿ ਰਿਹਾ ਵੀ ਰਿੱਧੀਆਂ ਸਿੱਧੀਆਂ ਤਾਂ ਸਾਡੀਆਂ ਦਾਸੀਆਂ ਹੋਈਆਂ ਪਈਆਂ ਨੇ, ਪੂਜਾ ਕਰਵਾਉਣ ਦੀ ਸਾਡੀ ਇੱਛਾ ਨਾਸ ਹੋ ਗਈ ਹੈ, ਸਰੀਰ ਦਾ ਇਸ ਪ੍ਰਕਾਰ ਸਾਨੂੰ ਹੰਕਾਰ ਕੋਈ ਨਹੀਂ ਰਹਿ ਗਿਆ, ਜੋ ਮੁੱਖ ਤੋਂ ਵਚਨ ਕਰ ਰਿਹਾ ਹੈ ਕਿ ਉਹ ਅੰਦਰੋਂ ਹੀ ਧਾਰਨ ਵੀ ਉਸੇ ਤਰ੍ਹਾਂ ਹੀ ਹੈ, ਉਸੇ ਤਰ੍ਹਾਂ ਦੀ ਅਵਸਥਾ ਵਿੱਚ ਹੀ ਨੇ, ਇਸ ਲਈ ਮੈਂ ਆਪਣੀ ਸ਼ਕਤੀ ਦਿਖਾਉਂਦਾ ਹਾਂ। ਜਾਸ ਸਿਲਾ ਪਰ ਵੈਸੇ ਗੁਰੂ, ਇਸ ਪ੍ਰਕਾਰ ਫਿਰ ਇਹਨੇ ਲੱਗਾ ਹੈ ਹੁਣ ਕੁਝ ਕਰਨ, ਜਿਹੜੀ ਪੱਥਰ ਦੀ ਸਿਲਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬੈਠ ਕੇ ਤੇ ਬਚਨ ਬਲਾਸ ਕਰ ਰਹੇ ਸੀਗੇ। ਬਲਕੀਨ ਉਡਾਵਣ ਕੋ ਬਹੁਤਾਹੀ, ਹੁਣ ਉਹਨੇ ਆਪਣਾ ਮੰਤਰ ਤੰਤਰ ਮਨ ਵਿੱਚ ਅਰਾਧਿਆ ਤੇ ਉਹ ਜਿਹੜੀ ਸਿਲਾ ਸੀ ਉਹਨੂੰ ਉਡਾਉਣ ਲੱਗਾ, ਪੀ ਐ ਮੈਂ ਸਿਲਾ ਜਿਹੜੀ ਹਵਾ ਦੇ ਵਿੱਚ ਉਡਾ ਦਿਆਂਗਾ। ਨਹਿ ਕਹਲੀ ਨਹਿ ਅੰਗਦ ਲਾਤ ਸੀ, ਉਹ ਇੱਕ ਬਿਲਕੁਲ ਹਰਕਤ ਵਿੱਚ ਹੀ ਨਾ ਆਈ, ਉਹ ਹਿੱਲੀ ਨਾ, ਤੇ ਕਹਿੰਦੇ ਨੇ ਕਿ ਰਾਵਣ ਦੇ ਦਰਬਾਰ ਵਿੱਚ ਇੱਕ ਵਾਰ ਅੰਗਦ ਲੱਤ ਸੀ, ਕੋਈ ਅੰਗਦ ਦੀ ਲੱਤ ਸੀ, ਉਹਨੂੰ ਕੋਈ ਹਿਲਾਉਣ ਲੱਗਾ ਸੀ ਤੇ ਕਿਸੇ ਕੋਲੋਂ ਵੀ ਨਹੀਂ ਸੀ ਹਿੱਲਦੀ। ਕਵੀ ਜੀ ਨੇ ਇੱਥੇ ਪ੍ਰਮਾਣ ਦੇ ਦਿੱਤਾ, ਕਹਿੰਦੇ ਉਹ ਜਿਹੜੀ ਸਿਲਾ ਸੀ ਉਹ ਗੋਰਖਨਾਥ ਦੇ ਮੰਤਰ ਤੰਤਰ ਪੜਨ ਦੇ ਨਾਲ ਬਿਲਕੁਲ ਨਾ ਹਿੱਲੀ। ਜਾਣਿਓ ਪ੍ਰਤਾਪ ਸਹੀ ਮਨ ਮਾਹੀ, ਤੇ ਗੋਰਖ ਜਿਹੜਾ ਸੀ ਫਿਰ ਭੈ ਭੀਤ ਹੋ ਗਿਆ, ਜਾਣ ਗਿਆ ਵੀ ਪ੍ਰਤਾਪ ਬੜਾ ਹੈ ਗੁਰੂ ਨਾਨਕ ਦਾ, ਜੇ ਇਹਨਾਂ ਦੇ ਥੱਲੇ ਸਿਲਾ ਪੱਥਰ ਦੀਆਂ ਮੈਂ ਹਿਲਾ ਨਹੀਂ ਸਕਿਆ ਤੇ ਫਿਰ ਇਹਦਾ ਮਤਲਬ ਹੈ ਵੀ ਇਹਨਾਂ ਦਾ ਪ੍ਰਤਾਪ ਜਿਹੜਾ ਹੈ ਉਹ ਬਹੁਤ ਹੈ। ਸਾਧ ਸੰਗਤ ਜੀ ਆਪ ਜੀ ਅੰਦਾਜ਼ਾ ਲਾਓਗੇ ਕਿ ਇਹੀ ਜਿਹੜੀਆਂ ਚੱਲਦੀਆਂ ਚੱਲਦੀਆਂ ਅਜੇ ਸਮਾਜ ਵਿੱਚ ਯੁਗਤੀਆਂ ਆ ਰਹੀਆਂ ਸੀ, ਅਸਲ ਵਿੱਚ ਮਾਧੋ ਦਾਸ ਬੈਰਾਗੀ ਨੂੰ ਜੰਮੂ ਕਸ਼ਮੀਰ ਦਾ ਜੰਮਪਲ ਉੱਥੋਂ ਤੁਰਿਆ, ਚੱਲਦਾ ਚਲਾਉਂਦਾ ਕਈਆਂ ਸਾਧੂਆਂ ਨੂੰ ਮਿਲਿਆ, ਜਾਨਕੀ ਦਾਸ ਦਾ ਚੇਲਾ ਬਣਿਆ, ਫਿਰ ਉੜੀਸਾ ਵਿੱਚ ਇੱਕ ਸਾਧੂ ਮਿਲਿਆ, ਉਹ ਯੁਗਤੀਆਂ ਜਿਹੜੀਆਂ ਉਹੀ ਚਲੀਸੇ ਕੱਟਣ ਦੀਆਂ ਜਿਹੜੀਆਂ ਉਹ ਪ੍ਰਾਪਤ ਕਰ ਲਈਆਂ ਸੀਗੀਆਂ। ਉਹ ਫਿਰ ਗੋਦਾਵਰੀ ਦੇ ਕਿਨਾਰੇ ਦੇ ਉੱਤੇ ਬੜੀ ਆਰਾਧਨਾ ਕੀਤੀ, ਬੜੀ ਸਾਧਨਾ ਕੀਤੀ, ਇਹੀ ਫਾਰਮੂਲੇ ਰਲਦੇ ਇਹਨਾਂ ਨਾਲ, ਹੁਣ ਉਹਨੇ ਵੀ ਇਹੀ ਫਾਰਮੂਲੇ ਜਿਹੜੇ ਅਪਣਾਏ ਹੋਏ ਸੀ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਬੈਠੇ ਹੈ, ਪਲੰਘ ਨੂੰ ਉਲਟਾਉਣ ਲੱਗਾ ਹੈ, ਪਲੰਘ ਨਹੀਂ ਅੱਜ ਹਿੱਲਦਾ, ਤੇ ਅੱਜ ਮਹਾਰਾਜ ਪਾਤਸ਼ਾਹ ਇੱਧਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਿਹੜਾ ਏਮਨਾਬਾਦ ਸ਼ਬਦ ਪੜਿਆ ਸੀ ਵੀ ਜੇ ਸਖਤਾ ਸਖਤੇ ਕਉ ਮਾਰੈ ਤਾਂ ਮਨ ਰੋਸ ਨਾ ਹੋਈ, ਇਹ ਸਿੱਧ ਲੋਗੋ ਲੋਕਾਂ ਦੇ ਵਿੱਚ ਪਬਲਿਕ ਵਿੱਚ ਜਾ ਕੇ ਕਿਸੇ ਨੂੰ ਤੁਸੀਂ ਕੋਈ ਰਿਧੀ ਦਿਖਾਲ ਦਿੰਦੇ, ਕੋਈ ਕਰਤੱਬ ਕਰਕੇ ਡਰਾ ਦਿੰਦੇ, ਜੇ ਅੱਜ ਤਾਕਤਵਰ ਨੂੰ ਤਾਕਤਵਰ ਜਿਹੜਾ ਟੱਕਰ ਗਿਆ ਹੈ, ਅੱਜ ਕੋਈ ਰੋਸ ਵਾਲੀ ਤੇ ਗੁੱਸੇ ਗਿਲੇ ਵਾਲੀ ਗੱਲ ਨਹੀਂ ਹੈ। ਗੋਰਖ ਨੇ ਬੜਾ ਜ਼ੋਰ ਲਾਇਆ, ਉਹ ਜਿਹੜੀ ਸਿਲਾ ਸੀ ਉਹ ਹਿੱਲ ਨਾ ਸਕੀ। ਸਵਈਆ ਜਿਉਂ ਕਰ ਗੋਰਖ ਲੋਪ ਭਇਓ ਔਰ ਬੀਚ ਵਿਚਾਰ ਜਾਵਤ ਸੋਈ। ਹੁਣ ਕਹਿੰਦੇ ਨੇ ਨਾ ਕਿ ਜਿਹੜਾ ਕਾਇਰ ਬੰਦਾ ਹੁੰਦਾ ਉਹਦੇ ਪੈਰ ਨਹੀਂ ਹੁੰਦੇ, ਬੜੀ ਛੇਤੀ ਭੱਜਦਾ ਹੈ, ਬਸ ਇੱਕ ਹੀ ਅਜੇ ਤਜਰਬਾ ਉਹਨੇ ਕਰਕੇ ਦੇਖਿਆ, ਇਹਦਾ ਚੱਲਿਆ ਨਹੀਂ, ਤੇ ਬਸ ਇਉਂ ਕਰ ਗੋਰਖ ਲੋਪ ਭਇਓ ਅਲੋਪ ਹੋ ਗਿਆ, ਉੱਥੋਂ ਜਿਹੜਾ ਹੈ ਆਪਣੀ ਦੇਹੀ ਨੂੰ ਅਲੋਪ ਕਰਕੇ ਖਿਸਕ ਗਿਆ ਹੈ, ਮਨ ਦੇ ਵਿੱਚ ਵਿਚਾਰਦਾ ਜਾਂਦਾ ਹੈ। ਓਏ ਬੜੋ ਪ੍ਰਤਾਪ ਸੰਸਾਰ ਹੈ ਜੋ ਹਮਰੋ ਇਹ ਸੇਵਕ ਹੋਈ। ਜੇ ਕਿਤੇ ਫਿਰ ਵੀ ਕਹਿੰਦਾ ਮੰਨ ਜਾਏ, ਕਿਉਂਕਿ ਕਹਿੰਦਾ ਇਹਦੇ ਵਿੱਚ ਤਾਂ ਪਹਿਲਾਂ ਹੀ ਬੜੀਆਂ ਸ਼ਕਤੀਆਂ ਨੇ, ਜੇ ਮੰਨ ਜਾਏ ਤੇ ਸਾਡਾ ਸੇਵਕ ਬਣ ਜਾਏ, ਫਿਰ ਸਾਡਾ ਪ੍ਰਤਾਪ ਬੜਾ ਸੰਸਾਰ ਵਿੱਚ ਹੋਵੇਗਾ। ਪੰਥ ਪ੍ਰਕਾਸ਼ ਵਿਸਾਲ ਕਰੈ ਮਮ ਜਾਂ ਸਮ ਔਰ ਨਾ ਦੀਸਤ ਕੋਈ। ਸਾਡੇ ਜਿਹੜੇ ਪੰਥ ਨੂੰ ਇਹ ਬਹੁਤ ਵਧਾਵੇਗਾ ਤੇ ਬਹੁਤ ਜ਼ਿਆਦਾ ਜਿਹੜਾ ਹੈ ਯੋਗ ਮਤ ਫੈਲ ਜਾਏਗਾ, ਜੇ ਕਿਤੇ ਸਾਡਾ ਚੇਲਾ ਬਣ ਜਾਏ। ਮਨ ਹੈ ਆਨ ਜੇ ਦੇਸ਼ ਮਹਾਨ ਬਣੈ ਸਭ ਥਾਨ ਮੈਂ ਸੇਵਕ ਲੋਈ। ਸਾਰੀ ਜਿਹੜੀ ਲੋਈ ਲੁਕਾਈ ਹੈ ਉਹ ਸਾਡੀ ਸੇਵਕ ਬਣ ਜਾਏਗੀ, ਸਾਨੂੰ ਸਾਰਾ ਜਹਾਨ ਜਿਹੜਾ ਉਹ ਮੰਨਣਾ ਸ਼ੁਰੂ ਕਰ ਦਏਗਾ, ਜੇ ਇਸ ਤਰ੍ਹਾਂ ਦਾ ਮਹਾਨ ਵਿਅਕਤੀ ਜਿਹੜਾ ਹੈ ਸਾਡੇ ਪੰਥ ਵਿੱਚ ਆ ਜਾਏ। ਦੋਹਰਾ ਏਕ ਗ੍ਰਾਮ ਕੋ ਭੂਪ ਜਾਇਓ, ਜਿਸ ਤਰ੍ਹਾਂ ਕੋਈ ਇੱਕ ਪਿੰਡ ਦਾ ਜਿਹੜਾ ਹੈ ਇਸ ਪ੍ਰਕਾਰ ਰਾਜਾ ਹੋਵੇ, ਸਿਰਫ ਇੱਕ ਪਿੰਡ ਦੀ ਜਿਤਨੇ ਦੋ ਚਾਰ ਮਰਬੇ ਜ਼ਮੀਨ ਹੋਵੇ, ਉਨੀ ਕੁ ਜ਼ਮੀਨ ਦਾ ਜਿਵੇਂ ਕੋਈ ਇੱਕ ਜਾਗੀਰਦਾਰ ਹੋਵੇ, ਚਾਹੇ ਤਾਂ ਚਤੁਰ ਦਿਸ ਜੀਤ, ਤੇ ਉਹ ਮਨ ਵਿੱਚ ਫੁਰਨਾ ਰੱਖੀ ਜਾਏ ਵੀ ਸਾਰੀ ਧਰਤੀ ਜਿੱਤਣੀ ਹੈ। ਗੋਰਖ ਇੱਛਾ ਕਰਤ ਤਿਉਂ, ਏਦਾਂ ਹੀ ਗੋਰਖ ਇੱਛਾ ਕਰੀ ਜਾ ਰਿਹਾ ਹੈ, ਰਿੱਧੀਆਂ ਸਿੱਧੀਆਂ ਤਾਂ ਇਹਦੇ ਕੋਲ ਜ਼ਰੂਰ ਨੇ ਪਰ ਗੁਰੂ ਨਾਨਕ ਸਾਹਿਬ ਨੂੰ ਜਿੱਤਣਾ ਚਾਹ ਰਿਹਾ ਹੈ। ਸਵਈਆ ਸਿੱਧ ਮੰਡਲ ਮੈਂ ਪ੍ਰਗਟਿਓ ਤਬ ਜਾਏ ਰਿਦੈ। ਸੋ ਇਸ ਪ੍ਰਕਾਰ ਇਹ ਫਿਰ ਜਦੋਂ ਇੱਥੋਂ ਅਲੋਪ ਹੋ ਗਿਆ
ਤੇ ਜਾ ਕੇ ਤੇ ਆਪਣੀ ਸਿੱਧ ਮੰਡਲੀ ਦੇ ਵਿੱਚ ਜਾ ਪਹੁੰਚਾ ਹੈ। ਉੱਥੇ ਜਾ ਕੇ ਕੁਝ ਵਿਚਾਰਾਂ ਕਰਦਾ ਹੈ। ਬਹੁ ਚਿੰਤ ਉਪਾਏ ਵਿਚਾਰੇ, ਬੜੀ ਚਿੰਤਾ ਲੱਗੀ ਹੋਈ ਇਹਦੇ ਮਨ ਦੇ ਅੰਦਰ, ਕਿਉਂਕਿ ਇਹ ਤੇ ਉਹਨਾਂ ਸਾਰਿਆਂ ਦਾ ਗੁਰੂ ਸੀਗਾ ਤੇ ਜਦੋਂ ਇਹਨੇ ਦੇਖਿਆ ਵੀ ਮੇਰੇ ਕੋਲੋਂ ਹੀ ਨਹੀਂ ਕੋਈ ਵੱਸ ਚੱਲਿਆ ਤੇ ਮੇਰੇ ਜਿਹੜੇ ਆਪਣੇ 84 ਸਿੱਧ ਨੇ ਪੁੱਗੀਆਂ ਹੋਈਆਂ ਸ਼ਕਤੀਆਂ ਵਾਲੇ ਉਹਨਾਂ ਦੇ ਵਿੱਚ ਮੇਰਾ ਮਾਣ ਜਿਹੜਾ ਹੈ ਉਹ ਘਟੇਗਾ, ਇਸ ਵਾਸਤੇ ਦੇ ਮਨ ਵਿੱਚ ਬੜੀ ਚਿੰਤਾ ਲੱਗੀ ਤੇ ਉਹਨਾਂ ਵਿੱਚ ਪਹੁੰਚ ਗਿਆ ਹੈ। ਇੱਧਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਮਰਦਾਨਾ ਜੀ ਨੇ ਫਿਰ ਇੱਕ ਬੇਨਤੀ ਕਰਕੇ ਪੁੱਛ ਲਿਆ। ਭੂਜਣ ਕੇ ਮੁਖ ਵਾਕ ਉਚਾਰੇ, ਮੁਖ ਤੋਂ ਵਾਕ ਉਚਾਰੇ ਹਨ, ਸਭ ਤਾਨਹ ਦੀਸਤ ਹੈ ਕਰੁਣਾ ਨਿਧ, ਹੇ ਕਿਰਪਾ ਦੇ ਘਰ ਇੱਥੇ ਸੂਰਜ ਨਜ਼ਰ ਹੀ ਨਹੀਂ ਆ ਰਿਹਾ ਜਿੱਥੇ ਆਪਾਂ ਬੈਠੇ ਹਾਂ। ਜਦ ਹਮ ਉਰਦ ਔਰ ਨਿਹਾਰੇ, ਜਦੋਂ ਅਸੀਂ ਉੱਪਰ ਨੂੰ ਵੇਖਦੇ ਆਕਾਸ਼ ਵੱਲ ਨੂੰ ਮਹਾਰਾਜ, ਸੂਰਜ ਤਾਂ ਦਿਸਦਾ ਹੀ ਨਹੀਂ ਹੈ। ਗੁਰ ਪਾਖਤ ਨੀਚੇ ਕੋ ਡੀਠ ਕਰੋ, ਸਤਿਗੁਰਾਂ ਨੇ ਫਰਮਾਇਆ ਕਿ ਭਾਈ ਮਰਦਾਨਿਆ ਉਹ ਨੀਵੀਂ ਜਗ੍ਹਾ ਵੱਲ ਦੇਖਣਾ ਕਰ। ਪਸ਼ਚਾਤ ਦਿਸ਼ਾ ਹੂੰ ਕੋ ਔਰ ਪਧਾਰੇ, ਉਹ ਪੱਛਮ ਦੀ ਦਿਸ਼ਾ ਦੇ ਵੱਲ ਚਲਾ ਗਿਆ ਹੈ, ਸੂਰਜ ਅਸਤ ਹੋਇਆ ਪਿਆ ਹੈ, ਪੱਛਮ ਦੀ ਦਿਸ਼ਾ ਵੱਲ ਦੇਖ ਉੱਥੇ ਚਲਾ ਗਿਆ ਹੈ। ਦੋਹਰਾ ਕਿਤੀ ਦੂਰ ਹੈ ਧਰਾ ਤੇ, ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕਰਦਾ ਮਹਾਰਾਜ ਇਹ ਧਰਤੀ ਤੋਂ ਕਿੰਨਾ ਦੂਰ ਹੈ। ਉੱਚੇ ਸੂਰਜ ਚੰਦ, ਇਹ ਜਿਹੜੇ ਸੂਰਜ ਤੇ ਚੰਦ ਹਨ ਕਿੰਨੇ ਉੱਚੇ ਹਨ। ਹੁਣ ਉਡਗਨ ਕੀ ਵਾਰਤਾ, ਫਿਰ ਮਹਾਰਾਜ ਜੀ ਤਾਰਿਆਂ ਦੀ ਜੋ ਵਾਰਤਾ ਹੈ, ਕਹੀਏ ਸਭ ਹੈ ਮੁਕੰਦ, ਮੁਕਤੀ ਦਾਤਾ ਜੀ ਮੈਨੂੰ ਸਾਰੀ ਇਹ ਸੁਣਾਓ ਕਿਰਪਾ ਕਰਕੇ ਜੀ। ਸਵਈਆ ਯੋਜਨ ਲੱਖ ਲਖੋ ਉਰ ਮੈਂ ਧਰ, ਸਤਿਗੁਰਾਂ ਨੇ ਫਰਮਾਇਆ ਕਿ ਧਰਤੀ ਤੋਂ 1 ਲੱਖ ਯੋਜਨ ਉੱਚੇ ਹਨ। ਉੱਚੋ ਇਤੋ ਰੱਬ ਕੋ ਰਥ ਜਾਈ, ਇਹ ਸੂਰਜ ਜਿਹੜਾ ਹੈ 1 ਲੱਖ ਯੋਜਨ ਉੱਚਾ ਜਾ ਰਿਹਾ ਹੈ। ਤਿਤਨੋ ਤਿਸ ਤੇ ਸਸ ਉਰਦ, ਮਹਾਰਾਜ ਜੀ ਨੇ ਕਿਹਾ ਇਵੇਂ ਹੀ ਜਿਹੜਾ ਹੈ ਚੰਦਰਮਾ ਵੀ ਬਹੁਤ ਉੱਚਾ ਹੈ ਧਰਤੀ ਤੋਂ। ਤਾਰਨ ਕੀ ਮਿਰਜਾਦ ਨਾ ਕਾਈ, ਜਿਹੜੇ ਤਾਰੇ ਨੇ ਇਹਨਾਂ ਦੀ ਕੋਈ ਪੱਕੀ ਮਰਜਾਦਾ ਨਹੀਂ, ਇਹਨਾਂ ਦਾ ਕੋਈ ਪੱਕਾ ਨਹੀਂ ਹੈ ਵੀ ਇੰਨੀ ਦੂਰੀ ਤੇ ਹੀ ਹਨ, ਕੋਈ ਜ਼ਿਆਦਾ ਦੂਰ ਹੈ ਕੋਈ ਨੇੜੇ ਹੈ। ਉੱਚੇ ਅਧੋ ਤਿਨਕੇ ਪੁਰ ਹੈ, ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਇਹ ਜਿਹੜੇ ਤਾਰੇ ਨੇ ਇਹਨਾਂ ਦੇ ਫਿਰ ਇਸ ਪ੍ਰਕਾਰ ਜਿੱਥੇ ਇਹ ਮੰਡਲ ਘੁੰਮਦਾ ਹੈ ਤੇ ਉਸ ਥਾਂ ਤੇ ਧੁਰੇ ਦੇ ਉੱਤੇ ਜਿਹੜਾ ਹੈ ਇੱਕ ਤਾਰਾ ਜੋ ਹੈ ਉਹ ਇਸ ਪ੍ਰਕਾਰ, ਸਭ ਕੇ ਸਿਰ ਉਪਰ ਧਰੂ ਸਹਾਈ, ਉਹ ਇਸ ਪ੍ਰਕਾਰ ਸਾਰਾ ਮੰਡਲ ਉਹਦੇ ਦੁਆਲੇ ਜਿਹੜਾ ਘੁੰਮਦਾ ਹੈ ਤੇ ਇਹ ਜਿਹੜਾ ਧਰੂ ਭਗਤ ਹੋਇਆ ਹੈ ਇਹ ਉਹ ਤਾਰਾ ਹੈ। ਬਾਰਕ ਪੰਚ ਹੀ ਸੰਮਤ ਕੋ, ਮਹਾਰਾਜ ਪਾਤਸ਼ਾਹ ਜੀ ਨੇ ਫਰਮਾਇਆ ਕਿ ਇਧਰ ਭਾਈ ਸਤਯੁਗ ਦੇ ਸਮੇਂ ਦੇ ਵਿੱਚ 5 ਸਾਲਾਂ ਦੇ ਇੱਕ ਬਾਲਕ ਨੇ, ਉਹਦਾ ਨਾਂ ਸੀ ਧਰੂ, ਹਠਕੀਨ ਵਡੋ ਜਿਨ ਕਾਲ ਕਮਾਈ, ਉਹਨੇ ਇਸ ਪ੍ਰਕਾਰ ਬੜੀ ਮੁਸ਼ਕਤ ਘਾਲ ਕੇ ਤੇ ਉਹਨੇ ਭਗਤੀ ਕੀਤੀ ਸੀ ਰਾਜੇ ਉਤਾਨ ਪਾਦ ਦੇ ਪੁੱਤਰ ਧਰੂ ਨੇ। ਅੜਿਲ ਸੁਣ ਮਰਦਾਨਾ ਕਹੇ ਪ੍ਰਭੂ ਇੱਕ ਬੇਰ ਜੀ, ਮਰਦਾਨਾ ਬੇਨਤੀ ਕਰਕੇ ਕਹਿੰਦਾ ਸਤਿਗੁਰੂ ਮਹਾਰਾਜ ਜੀ ਇੱਕ ਵਾਰਾਂ ਕਿਰਪਾ ਕਰਕੇ, ਦਰਸ਼ਨ ਕੀ ਜੈ ਤਾਹੇ ਜੋ ਸਿਖਰ ਸੁਮੇਰ ਜੀ, ਸੁਮੇਰ ਪਰਬਤ ਦੀ ਜਿਹੜੀ ਸਿਖਰ ਹੈ ਉਹਦੇ ਦਰਸ਼ਨ ਕਰਵਾਓ ਸਾਨੂੰ। ਬਾਲਕ ਬੈਸ ਵਿਸਾਲ ਤਪਿਓ ਤਪ ਕਠਿਨ ਜਿਹੇ, ਮਹਾਰਾਜ ਜੀ ਜਿਹੜਾ ਧਰੂ ਭਗਤ ਹੋਇਆ ਹੈ ਇਹਨੇ ਬੜੀ ਬਾਲਕਾਂ ਵਾਲੀ ਉਮਰ ਦੇ ਵਿੱਚ ਹੀ ਇਸ ਪ੍ਰਕਾਰ ਬੜੀ ਕਠਿਨ ਤਪੱਸਿਆ ਕੀਤੀ ਹੈ। ਇਹ ਭਗਤ ਧਰੂ ਜੀ ਦੀ ਮਾਣ ਵਡਿਆਈ ਨੂੰ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਫਰਮਾਇਆ ਹੋਇਆ ਕਿ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ, ਗੁਰਪ੍ਰਸਾਦ ਐਸੀ ਬੁੱਧ ਸਮਾਨੀ, ਚੂਕ ਗਈ ਫਿਰ ਆਵਨ ਜਾਨੀ। ਇਹ 5-5 ਸਾਲ ਦੇ ਦੋਵੇਂ ਹੀ ਭਗਤ ਹੋਏ ਹੈ, ਇਹਨਾਂ ਦੀ ਵਡਿਆਈ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖੀ ਹੋਈ ਹੈ। ਹੋ ਅਵਚਲ ਪਦਵੀ ਪਾਏ ਵਸਿਓ ਸੁਖ ਥਾਨ ਮਹਿ, ਸੋ ਅਵਚਲ ਪਦਵੀ ਜਿਹੜੀ ਹੈ ਉਸਨੇ ਪਾਈ ਹੈ ਤੇ ਸੁਖਾਂ ਦੇ ਥਾਂ ਦੇ ਉੱਤੇ ਜਿਹੜਾ ਹੈ ਉਹ ਵਸ ਗਿਆ ਹੈ। ਸਾਧ ਸੰਗਤ ਜੀ, ਕੁਛ ਵੀ ਜਿਹੜਾ ਇਹ ਗ੍ਰੰਥਾਂ ਦੇ ਵਿੱਚ ਆਉਂਦਾ ਹੈ ਇਹਦੇ ਵਿੱਚ ਕੁਝ ਜਿਹੜੇ ਉਹ ਭੇਦ ਹੁੰਦੇ ਹੈ ਤੇ ਅਸਲ ਵਿੱਚ ਜਿਹੜੀ ਫਕੀਰੀ ਭਾਸ਼ਾ ਹੁੰਦੀ ਨਾ ਉਹ ਰਮਜ ਵਾਲੀ ਹੁੰਦੀ ਹੈ, ਰਮਜ ਵਾਲੀ। ਇਹਦੇ ਵਿੱਚ ਬਹੁਤ ਕੁਛ ਜਿਹੜਾ ਇਸ ਤਰ੍ਹਾਂ ਦਾ ਚੱਲਦਾ ਤੇ ਉਹਨੂੰ ਆਪਾਂ ਕਈ ਵਾਰੀ ਮਿਥਿਹਾਸ ਜਿਹੜਾ ਉਹ ਇਸ ਪ੍ਰਕਾਰ ਕਹਿ ਦਿੰਦੇ ਹਾਂ। ਜਿਹੜੀ ਮਹਾਨ ਸ਼ਖਸੀਅਤ ਹੋਵੇ ਉਹਦੇ ਨਾਮ ਦੇ ਉੱਤੇ ਜਿਸ ਤਰ੍ਹਾਂ ਬਿਲਡਿੰਗ ਬਣਾ ਦੇਈਦੀ ਹੈ, ਜਿਹੜੀ ਕੋਈ ਮਹਾਨ ਸਮਾਜਿਕ ਸ਼ਖਸੀਅਤ ਹੋਵੇ ਜਾਂ ਧਾਰਮਿਕ ਸ਼ਖਸੀਅਤ ਹੋਵੇ ਉਹਦੇ ਨਾਮ ਦੇ ਉੱਤੇ ਰੋਡ ਦਾ ਨਾਮ ਜਿਹੜਾ ਹੈ ਉਹ ਰੱਖ ਦਿੱਤਾ ਜਾਂਦਾ ਹੈ, ਬਿਲਡਿੰਗਾਂ ਦਾ ਨਾਮ ਜਿਹੜਾ ਹੈ ਉਹ ਰੱਖ ਦਿੱਤਾ ਜਾਂਦਾ ਹੈ। ਇਸ ਲਈ ਜਿਹੜਾ ਸਰਮੌਰ ਇਨਸਾਨ ਹੈ ਉਹਦੀ ਯਾਦਗਾਰ ਕਾਇਮ ਕਰਨ ਦੇ ਵਾਸਤੇ ਫਿਰ ਕੋਈ ਚੀਜ਼ ਵੀ ਸਰਮੌਰ ਹੀ ਲੱਭਣੀ ਪੈਣੀ ਸੀ, ਵੀ ਜਿਹੜਾ ਐਡਾ ਵੱਡਾ ਸਰਮੌਰ ਭਗਤ ਹੈ, 5 ਸਾਲ ਦੀ ਉਹਦੀ ਉਮਰ ਸੀ, ਐਡਾ ਵੱਡਾ ਜਪ ਤਪ ਕੀਤਾ ਹੈ, ਪਿੱਛੇ ਰਾਜ ਲੈ ਕੇ ਬਾਪ ਆ ਗਿਆ ਵੀ ਅੱਧਾ ਰਾਜ ਹੁਣੇ ਲਿਖਾ ਲੈ, ਲੇਕਿਨ ਉਹਨੇ ਪਰਵਾਹ ਨਹੀਂ ਕੀਤੀ, ਕਹਿੰਦਾ ਮੈਨੂੰ ਤਾਂ ਨਾਮ ਦੀ ਸ਼ਕਤੀ ਦਾ ਪਤਾ ਲੱਗ ਗਿਆ,
ਤਿਆਗ ਵਾਲਾ ਗੁਣ ਵੀ ਆ ਗਿਆ, ਨਾਮ ਦੀ ਵਡਿਆਈ ਵਾਲਾ ਗੁਣ ਵੀ ਆ ਗਿਆ। ਤੇ ਫਿਰ ਇਸ ਪ੍ਰਕਾਰ ਜਿਹੜਾ ਹੈ ਉਹ ਜਦੋਂ ਭਗਤੀ ਪੂਰੀ ਹੋ ਗਈ ਤੇ ਪਰਮਾਤਮਾ ਨੇ ਆਖਿਆ ਭਈ ਇੱਛਾ ਧਾਰ ਜੋ ਘਰ ਤੇ ਆਵੇ ਸਾਧ ਸੰਗਤ ਜਨਮ ਮਰਨ ਮਿਟਾਵੇ। ਸਾਧ ਸੰਗਤ ਦੀ ਵਡਿਆਈ ਇਹ ਹੈ ਕਿ ਇੱਥੋਂ ਜੇ ਪੂਰਾ ਪੂਰਾ ਲਾਭ ਤਾਂ ਇਹ ਮਿਲਦਾ ਹੈ ਵੀ ਜਨਮ ਮਰਨ ਹੀ ਮਿਟ ਜਾਂਦਾ ਹੈ, ਪਰ ਨਾਲ ਪਲੱਸ ਇਹ ਹੈ ਵੀ ਜਿਸ ਦਿਨ ਸਾਧ ਸੰਗਤ 'ਚ ਆਉਣਾ ਸ਼ੁਰੂ ਕੀਤਾ ਸੀ ਉਦੋਂ ਜਿਹੜੀ ਇੱਛਾ ਧਾਰ ਕੇ ਇਨਸਾਨ ਆਇਆ ਸੀ ਉਹ ਇੱਛਾ ਵੀ ਪੂਰੀ ਹੁੰਦੀ ਹੈ। ਜਿਹੜੀ ਮਨ ਦੀ ਪਹਿਲੀ ਕਾਮਨਾ ਮਨ ਵਿੱਚ ਲੈ ਕੇ ਇਨਸਾਨ ਆਉਂਦਾ ਹੈ ਉਹ ਕਾਮਨਾ ਮਹਾਰਾਜ ਜ਼ਰੂਰ ਪੂਰੀ ਕਰਦੇ ਹੈ। ਪ੍ਰਭੂ ਜੀ ਨੇ ਆਖਿਆ ਵੀ ਜਿਸ ਦਿਨ ਤੂੰ ਘਰੋਂ ਨਿਕਲਿਆ ਸੀ ਨਾ ਉਦੋਂ ਰਾਜ ਭਾਗ ਦੀ ਇੱਛਾ ਲੈ ਕੇ ਨਿਕਲਿਆ ਸੀ, ਇਸ ਲਈ ਰਾਜ ਭਾਗ ਤੈਨੂੰ ਹੁਣ ਸਾਡਾ ਹੁਕਮ ਮੰਨ ਕੇ ਕਰਨਾ ਪੈਣਾ ਹੈ। ਇਤਿਹਾਸ ਦੱਸਦਾ ਹੈ ਵੀ ਉਦੋਂ ਸਤਯੁਗ ਦੇ ਸਮੇਂ 'ਤੇ ਮਨੁੱਖ ਦੀ ਉਮਰ ਜਿਹੜੀ ਹੈ 100,000 ਸਾਲ ਹੋਇਆ ਕਰਦੀ ਸੀ। ਗ੍ਰੰਥਾਂ ਵਿੱਚ ਆਉਂਦਾ ਵੀ ਤ੍ਰੇਤੇ ਵਿੱਚ 10,000 ਸਾਲ ਸੀ ਮਨੁੱਖ ਦੀ ਉਮਰ, ਦੁਆਪਰ ਵਿੱਚ ਜਿਹੜੀ ਹੈ ਉਹ 1,000 ਸਾਲ ਉਮਰ ਸੀ, ਕਲਯੁਗ ਦੇ ਵਿੱਚ 100 ਸਾਲ ਉਮਰ ਹੈ, 100 ਸਾਲ ਇਹ ਵੀ ਘਟਦੀ ਜਾ ਰਹੀ ਹੈ। ਵੈਸੇ ਜੇ ਘੱਟ ਉਮਰ ਦੇ ਚੜ੍ਹਾਈ ਕਰਦੇ ਹੈ ਤੇ ਏਦਾਂ ਦੇ ਵੀ ਕਈ ਚੜ੍ਹਾਈ ਕਰਦੇ ਸਾਡੀ ਨਜ਼ਰ ਵਿੱਚ ਆਏ ਹੈ ਕਿ ਉਹ 100 ਤੋਂ ਉੱਪਰ ਵੀ ਟੱਪਦੇ ਹੈ, 115, 110, 108 ਦੇ ਹੋ ਕੇ ਵੀ ਚੜ੍ਹਾਈ ਕਰਦੇ, ਐਵਰੇਜ ਜਿਹੜੀ ਉਹ 100 ਸਾਲ ਹੈ। ਫਿਰ ਉਦੋਂ ਜਦੋਂ 100,000 ਸਾਲ ਉਮਰ ਸੀ ਉਦੋਂ ਫਿਰ ਇਸ ਪ੍ਰਕਾਰ ਕਈ 1,000 ਸਾਲ ਜਿਹੜਾ ਉਹ ਧਰੂਵ ਨੇ ਬਾਅਦ ਵਿੱਚ ਜਿਹੜਾ ਉਹ ਰਾਜ ਵੀ ਕੀਤਾ ਹੈ, ਪਹਿਲਾਂ ਭਗਤ ਸੀ ਬਾਅਦ ਵਿੱਚ ਰਾਜ ਕੀਤਾ। ਹੁਣ ਇੱਕ ਰਾਜੇ ਦੇ ਨਾਮ ਦੇ ਉੱਤੇ ਜਿਹੜਾ ਹੈ ਹਵਾਈ ਅੱਡਿਆਂ ਦੇ ਨਾਮ ਰੱਖ ਦਿੱਤੇ ਜਾਂਦੇ ਹੈ। ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡਾ ਦਿੱਲੀ ਦੇ ਵਿੱਚ ਬਣਿਆ ਹੋਇਆ, ਇੱਕ ਸਮਾਜਿਕ ਜਿਹੜੇ ਇਨਸਾਨ ਹੈ ਉਹਨਾਂ ਦੇ ਨਾਮ 'ਤੇ ਯਾਦਗਾਰਾਂ ਬਣਾ ਦਿੱਤੀਆਂ ਜਾਂਦੀਆਂ। ਹੁਣ ਇਹ ਨਾਲੇ ਰਾਜਾ ਹੈ ਅਤੇ ਨਾਲੇ ਸਾਧ ਸੰਗਤ ਜੀ ਭਗਤ ਹੈ, ਨਾਲੇ ਰਾਜਾ ਹੈ ਨਾਲੇ ਭਗਤ ਹੈ। ਰਿਸ਼ੀਆਂ ਮੁਨੀਆਂ ਨੇ ਫਿਰ ਸਾਰੇ ਤਾਰੇ ਅਤੇ ਇਹ ਸਾਰਾ ਬ੍ਰਹਿਮੰਡ ਜਿਸ ਉਸ ਤਾਰੇ ਦੇ ਆਲੇ ਦੁਆਲੇ ਘੁੰਮਦਾ ਉਹਦਾ ਨਾਮ ਜਿਹੜਾ ਹੈ ਉਹ ਧਰੂਵ ਭਗਤ ਰੱਖ ਦਿੱਤਾ ਹੈ, ਉਹਦੇ ਨਾਮ 'ਤੇ ਧਰੂਵ ਰੱਖ ਦਿੱਤਾ। ਦੇਖੋ ਮਨ 'ਚੋਂ ਸ਼ੰਕਾ ਬਦੋ ਬਦੀ ਆ ਜਾਣਾ ਹੈ ਭਈ ਯਾਰ ਇਹ ਗੱਲ ਜਿਹੜੀ ਹੈ ਭੰਗੋਲਿਕ ਤਰੀਕੇ ਨਾਲ ਔਰ ਪਰਮੇਸ਼ੁਰ ਦੇ ਬਣਾਏ ਖੰਡਾਂ ਬ੍ਰਹਿਮੰਡਾਂ ਦੇ ਅਨੁਸਾਰ ਤਾਂ ਹੋਰ ਹੈ, ਅਤੇ ਇਹ ਧਰੂਵ ਦਾ ਅਤੇ ਉਹ ਧਰੂਵ ਦਾ ਮੇਲ ਕੀ ਹੋਇਆ? ਇਹ ਮੇਲ ਹੈ ਸਾਧ ਸੰਗਤ ਜੀ, ਇਸ ਧਰੂਵ ਦੀ ਵਡਿਆਈ ਸੰਸਾਰ ਵਿੱਚ ਪੈਦਾ ਕਰਨ ਵਾਸਤੇ ਵੱਡ ਵਡੇਰਿਆਂ ਨੇ ਇਹਦੇ ਨਾਮ ਦੇ ਉੱਤੇ ਉਸ ਤਾਰੇ ਦਾ ਨਾਮ ਜਿਹੜਾ ਹੈ ਉਹ ਰੱਖਿਆ ਹੈ, ਕਿਉਂਕਿ ਪਹਿਲਾਂ ਪਹਿਲ ਵੀ ਅੱਜ ਤੋਂ 1,000 ਸਾਲ ਵੀ ਇਹ ਖੋਜ ਜਿਹੜੀ ਹੈ ਸ਼ੁਰੂ ਹੋ ਗਈ ਸੀ ਬ੍ਰਹਿਮੰਡ ਦੀ। ਆਪਾਂ ਦੇਖਦੇ ਨਾ ਕਿਸੇ ਕੋਲ ਟੈਲੀਸਕੋਪ ਸੀ ਨਾ ਕੋਈ ਅਜੇ ਮੀਡੀਆ ਸਿਸਟਮ ਸੀ, ਲੇਕਿਨ ਸਾਡਿਆਂ ਵੱਡ ਵਡੇਰਿਆਂ ਬਜ਼ੁਰਗਾਂ ਨੇ ਇਹ ਆਖਿਆ ਸੀ ਵੀ 9 ਗ੍ਰਹਿ ਹੈਗੇ ਆ, 9 ਗ੍ਰਹਿ। ਬਾਅਦ ਵਿੱਚ ਹੁਣ ਜਦੋਂ ਖੋਜ ਹੋਈ ਹੈ ਉੱਪਰ ਜਾ ਕੇ ਜਦੋਂ ਦੇਖਿਆ ਹੈ ਜਿੱਥੋਂ ਤੱਕ ਪਹੁੰਚਿਆ ਗਿਆ ਤੇ ਵਾਕਈ ਜਿਹੜੇ ਸੂਰਜ ਦੇ ਦੁਆਲੇ ਘੁੰਮ ਰਹੇ ਉਹ 9 ਹੀ ਹਨ, ਉਹ 9 ਹੀ ਨੇ। ਬਾਕੀ ਭਾਵੇਂ ਬਹੁਤ ਕੁਛ ਜਿਹੜਾ ਉਹ ਲੱਭਿਆ ਹੈ, ਬੜੀਆਂ 1,000 ਗਲੈਕਸੀਆਂ ਨੇ, ਲੱਖਾਂ ਹੀ ਸੂਰਜ ਚੰਦ ਸਿਤਾਰੇ ਜਿਨ੍ਹਾਂ ਦਾ ਕੋਈ ਅੰਤ ਹੀ ਨਹੀਂ ਪਾਇਆ ਜਾ ਰਿਹਾ, ਪਰ ਆਪਣਿਆਂ ਵੱਡ ਵਡੇਰਿਆਂ ਦੀ ਖੋਜ ਦੇਖੋ, ਨਾ ਉਹਨਾਂ ਦੇ ਕੋਲ ਕੋਈ ਸਾਧਨ ਨਾ ਕੋਈ ਸਿਸਟਮ, ਪਰ ਉਹਨਾਂ ਨੇ ਘੱਟੋ ਘੱਟ ਇੰਨਾ ਜ਼ਰੂਰ ਆਖਿਆ ਕਿ 9 ਗ੍ਰਹਿ ਹਨ। ਅਤੇ ਬਾਅਦ ਵਿੱਚ ਉਹ ਜਿਹੜੇ ਵਹਿਮ ਭਰਮ ਵਾਲੇ ਸੀ ਉਹਨਾਂ ਨੇ ਇਹ ਕੰਮ ਚਾਲੂ ਕਰ ਲਿਆ ਪਿੰਡ ਵਿੱਚ ਬੈਠੇ ਹੋਏ ਪ੍ਰੋਹਤਾਂ ਨੇ ਵੀ ਤੇਰੇ ਉੱਪਰ ਗ੍ਰਹਿ ਜਿਹੜੇ ਉਹ ਭਾਰੂ ਹੋਏ ਪਏ, ਤੂੰ ਸਾਨੂੰ ਇੰਨੇ ਪੈਸੇ ਦੇ, ਤੇਰਾ ਅਸੀਂ ਇਲਾਜ ਕਰਦੇ ਹਾਂ, ਉਹ ਕੰਮ ਦੂਜੇ ਪਾਸੇ ਨੂੰ ਚੱਲ ਪਿਆ। ਤੋ ਉਹ ਵਿੱਚ ਸੱਚਾਈ ਇਹ ਸੀ ਵੀ 9 ਗ੍ਰਹਿ ਜਿਹੜੇ ਸੀ ਉਹ ਦੇਖ ਦੇਖ ਕੇ ਹੀ, ਕਦੇ ਰਾਤ ਨੂੰ ਦੇਖ ਕੇ, ਦਿਨ ਨੂੰ ਦੇਖ ਕੇ ਸਾਡੇ ਵੱਡ ਵਡੇਰਿਆਂ ਨੇ ਖੋਜ ਕਰ ਲਈ ਕਿ ਸੂਰਜ ਦੇ ਦੁਆਲੇ 9 ਗ੍ਰਹਿ ਘੁੰਮਦੇ ਹੈ। ਇਸੇ ਤਰ੍ਹਾਂ ਹੁਣ ਖੋਜ ਜਿੱਥੋਂ ਤੱਕ ਪਹੁੰਚ ਗਈ ਹੈ ਇਹ ਇਨਸਾਨ ਦੀ ਸ਼ਰਧਾ ਟੁੱਟ ਸਕਦੀ ਹੈ ਵੀ ਇਨਸਾਨ ਸੋਚੇਗਾ ਵੀ ਉਹ ਧਰੂਵ ਦੀ ਬਾਤ ਕੋਈ ਹੋਰ ਹੈ, ਇਹ ਧਰੂਵ ਕਿਵੇਂ, ਇਹ ਕਿਵੇਂ ਗੱਲ ਰਲਦੀ ਹੈ। ਇਸ ਵਾਸਤੇ ਇਹ ਜਿਹੜਾ ਸਤਯੁਗ ਦੇ ਵਿੱਚ ਐਡੇ ਵੱਡੇ ਮਹਾਨ ਭਗਤ ਨੂੰ ਔਰ ਐਡੇ ਵੱਡੇ ਮਹਾਨ ਰਾਜੇ ਨੂੰ ਜਿਹਨੇ ਭਗਤੀ ਕਰਕੇ ਅਤੇ ਫਿਰ ਰਾਜ ਵੀ ਕੀਤਾ, ਉਹਦਾ ਨਾਮ ਅਮਰ ਕਰਨ ਦੇ ਵਾਸਤੇ ਉਸ ਤਾਰੇ ਦਾ ਨਾਮ ਜਿਹੜਾ ਸੀ ਉਹ ਧਰੂਵ ਭਗਤ ਦੇ ਨਾਮ ਦੇ ਉੱਪਰ ਸਾਧ ਸੰਗਤ ਜੀ ਰੱਖਿਆ ਸੀਗਾ। ਬਿਗਸੇ ਪੰਕਜ ਬਦਨ ਬਚਨ ਮੁਖ ਸੌਂਪਣਿਓ। ਸਤਿਗੁਰੂ ਮਹਾਰਾਜ ਜੀ ਮਰਦਾਨੇ ਦਾ ਬਚਨ ਸੁਣ ਕੇ ਹੱਸੇ ਹਨ, ਖੁਸ਼ ਹੋਏ ਹਨ ਤੇ ਬਚਨ ਕੀਤਾ ਹੈ। ਮਰਦਾਨਾ ਕਿਆ ਕਹਿਤ ਹਿਰਦੇ ਤੁਮ ਕਿਵ ਗਣਿਓ। ਮਹਾਰਾਜ ਪਾਤਸ਼ਾਹ ਜੀ ਨੇ ਫਰਮਾਇਆ ਕਿ ਭਾਈ ਮਰਦਾਨਾ ਜੋ ਸਾਡੇ ਮਨ ਵਿੱਚ ਫੁਰਨਾ ਸੀ ਉਹੀ ਤੇਰੇ ਮਨ ਵਿੱਚ ਆ ਗਿਆ ਹੈ। ਆ ਗਏ ਚਾਹਤ ਚੱਲਿਓ ਪਿਖਣ ਧਰੂ ਥਾਨ ਕੋ। ਅਸੀਂ ਵੀ ਚਾਹੁੰਦੇ ਹਾਂ ਭਈ ਅੱਗੇ ਜਾਈਏ ਸਮੇਰ ਪਰਬਤ ਤੇ ਉੱਚੀ ਜਗ੍ਹਾ ਤੋਂ ਫਿਰ ਜਿਹੜਾ ਧਰੂ ਤਾਰਾ ਉਹਨੂੰ ਵੇਖੀਏ। ਤੁਮ ਨਿਜ ਮਨ ਕੀ ਦੇਹੋ ਚਾਹੋ ਕੇ ਨਾ ਜਾਣ ਕੋ। ਪਾਤਸ਼ਾਹ ਜੀ ਨੇ ਭਾਈ ਬਾਲੇ ਨੂੰ ਪੁੱਛਿਆ ਭੀ ਬਾਲਿਆ ਤੂੰ ਦੱਸ ਤੇਰੇ ਮਨ ਦੀ ਕੀ ਚਾਹਨਾ ਹੈ, ਆਪਾਂ ਹੋਰ ਅੱਗੇ ਚੱਲੀਏ ਕਿ ਨਾ ਚੱਲੀਏ। ਸ੍ਰੀ ਅੰਗਦ ਜੀ ਸੁਣੋ ਬਚਨ ਤਬ ਮੈਂ ਕਹੇ। ਭਾਈ
ਮਰਦਾਨਾ ਜੀ ਤੇ ਬਾਲਾ ਜੀ ਨੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਬਚਨ ਕਹੇ। ਮਰਦਾਨਾ ਜੋ ਕਹਿਤ ਸੋ ਨੀਕੀ ਵਿਦ ਅਹੇ। ਬਾਲਾ ਜੀ ਕਹਿੰਦੇ ਮੈਂ ਆਖਿਆ ਮਹਾਰਾਜ ਜੋ ਮਰਦਾਨਾ ਕਹਿ ਰਿਹਾ ਉਹ ਠੀਕ ਕਹਿ ਰਿਹਾ, ਇਵੇਂ ਹੀ ਕਰੀਏ ਆਪਾਂ। ਜੇ ਊਰਦ ਹੈ ਥਾਣ ਬਸਤ ਜੇ ਤਿਨ ਹੈ ਮੈਂ। ਨਾਲੇ ਮਹਾਰਾਜ ਪਾਤਸ਼ਾਹ ਇਹਨਾਂ ਉੱਚੀਆਂ ਥਾਵਾਂ ਦੇ ਉੱਤੇ ਜੇ ਕੋਈ ਹੋਰ ਵੀ ਵੱਸਦਾ ਹੋਏਗਾ ਉਹਦੇ ਨਾਲ ਵੀ ਮੇਲ ਹੋ ਜਾਏਗਾ। ਹੋ ਸਭੈ ਬਲੋਕਣ ਚਾਹੇ ਅਧਿਕ ਮਮ ਮਨ ਹੈ ਮੈਂ। ਮੇਰੇ ਮਨ ਦੇ ਵਿੱਚ ਵੀ ਉਹਨਾਂ ਸਾਰਿਆਂ ਨੂੰ ਦੇਖਣ ਦੀ ਇੱਛਾ ਹੈ ਜਿਹੜੇ ਕੋਈ ਉੱਪਰ ਭਗਤੀ ਕਰਦੇ ਹੋਣਗੇ ਜਾਂ ਰਹਿੰਦੇ ਹੋਣਗੇ। ਇਸ ਵਿਦ ਹਮਕੋ ਬੂਝ ਦੀਨ ਦੁੱਖ ਭੰਜਣ। ਇਸ ਤਰ੍ਹਾਂ ਭਾਈ ਬਾਲਾ ਜੀ ਕਹਿੰਦੇ ਦੀਨਾਂ ਦੇ ਦੁੱਖਾਂ ਨੂੰ ਭੰਜਣ ਵਾਲੇ ਸਤਿਗੁਰਾਂ ਨੇ ਸਾਨੂੰ ਪੁੱਛ ਕੇ ਤੇ ਫਿਰ ਅੱਗੇ ਗਮਣੇ ਆਗੇ ਬਹੁਰ ਮਾਨ ਸਿੱਧ ਗੰਜਨ। ਮਹਾਰਾਜ ਜੀ ਅੱਗੇ ਚੱਲ ਪਏ ਤੇ ਮਾਨ ਸਿੱਧ ਗੰਜਨ ਉਹਨਾਂ ਸਿੱਧਾਂ ਦਾ ਮਾਨ ਹੰਕਾਰ ਜਿਹੜਾ ਉਹਨੂੰ ਖਤਮ ਕਰਨ ਲਈ ਚੱਲ ਪਏ ਪਾਤਸ਼ਾਹ। ਇੱਕ ਪਹਾੜ ਪਰ ਗਏ ਜਾਏ ਵੈਸੇ ਤਵੈ। ਇੱਕ ਪਹਾੜ ਤੇ ਮਹਾਰਾਜ ਪਾਤਸ਼ਾਹ ਜੀ ਜਾ ਬੈਠੇ ਹਨ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ। ਉਤ ਗੋਰਖ ਕੀ ਸੁਣੋ ਬੁਲਾਏ ਸਿੱਧ ਸਭੈ। ਹੁਣ ਉਧਰ ਜਿਹੜਾ ਗੋਰਖ ਜਾ ਪਹੁੰਚਿਆ ਹੋਇਆ ਸੀ ਕਵੀ ਜੀ ਕਹਿੰਦੇ ਉਹਦੀ ਗੱਲ ਸੁਣੋ ਵੀ ਉਹਨੇ ਸਾਰੇ ਸਿੱਧਾਂ ਨੂੰ ਜਿਹੜਾ ਹੈ ਉਹ ਆਪਣੇ ਪਾਸ ਬੁਲਾ ਲਿਆ ਹੈ। ਬੈਠੇ ਮਜਲਸ ਲਾਏ ਕੇ ਆਸਣ ਤਵੈ। ਹੁਣ ਆਪਣੀ ਭਾਸ਼ਾ ਦੇ ਵਿੱਚ ਗੋਰਖ ਨੇ ਆਪਣੀ ਮੀਟਿੰਗ ਸੱਦੀ ਹੈ ਜਿੱਥੇ ਜਿੱਥੇ ਸਿੱਧ ਵਿਚਰ ਰਹੇ ਸੀ ਪਹਾੜਾਂ ਤੇ। ਉਹਨੇ ਉਹਨਾਂ ਨੂੰ ਜਿਹੜਾ ਇਸ ਪ੍ਰਕਾਰ ਜਿਹੜਾ ਹੈ ਉਹ ਸੁਨੇਹਾ ਜਿਹੜਾ ਆਪਣੇ ਸਿਸਟਮ ਦੇ ਦੁਆਰਾ ਹੀ ਪਹੁੰਚਾ ਦਿੱਤਾ ਤੇ ਉਹ ਸਾਰੇ ਆਏ ਤੇ ਉਹਨਾਂ ਨੂੰ ਆਖਿਆ ਵੀ ਹੰਗਾਮੀ ਮੀਟਿੰਗ ਹੈ ਹੁਣ ਆਪਣੀ ਜਿਹੜੀ ਹੈ। ਹੁਣ ਉਹ ਆਏ ਕਿਹੜਿਆਂ ਤਰੀਕਿਆਂ ਦੇ ਨਾਲ ਹਨ। ਕਿਸੇ ਪਰ ਹੈ ਮ੍ਰਿਗ ਚਰਮ ਸਿੰਘ ਕੋ ਕਹਿ ਲਿਓ। ਕਿਸੇ ਨੇ ਤਾਂ ਜਿਹੜੀ ਹੈ ਉਹ ਹਰਨ ਦੀ ਖੱਲ ਜਿਹੜੀ ਹੈ ਉਹਦੀ ਜਿਹੜੀ ਹੈ ਜਿਸ ਤਰ੍ਹਾਂ ਕਿਸੇ ਨੇ ਚਾਦਰ ਕੋਲ ਰੱਖੀ ਹੁੰਦੀ ਹੈ ਚਟਾਈ ਕੋਲ ਰੱਖੀ ਹੁੰਦੀ ਕਿਸੇ ਕੋਲ ਹਰਨ ਦੀ ਖੱਲ ਹੈ ਤੇ ਇਸੇ ਪ੍ਰਕਾਰ ਸਿੰਘ ਕੋ ਕਹਿ ਲਿਓ ਕਿਸੇ ਨੇ ਸ਼ੇਰ ਦੀ ਖੱਲ ਆਪਣੇ ਕੋਲ ਲਈ ਹੋਈ ਹੈ। ਹੋ ਕਿਸੇ ਖਿੰਥਾ ਅਗਰ ਪਹਿਰ ਜਾਹੇ ਰੰਗ ਬਹੁ ਕਿਓ। ਕਿਸੇ ਨੇ ਗੋਦੜੀ ਗਲ ਵਿੱਚ ਪਾਈ ਹੋਈ ਹੈ ਤੇ ਇਸ ਤਰ੍ਹਾਂ ਦੇ ਬਹੁ ਰੰਗ ਕੀਤੇ ਹੋਏ ਬਹੁਤ ਸਾਰੇ ਜਿਹੜੇ ਭੇਖ ਆ ਉਹ ਪਹਿਨੇ ਹੋਏ ਹਨ। ਫਟਕ ਮੁੰਦਰਾ ਪਹਿਰ ਚੀਰ ਦੁਆ ਕਾਨ ਕੋ। ਜਿਹੜੀਆਂ ਫਟਕ ਹੁੰਦਾ ਬਲੌਰ ਦੀਆਂ ਮੁੰਦਰਾਂ ਜਿਹੜੀਆਂ ਨੇ ਉਹ ਕੰਨ ਚੀਰ ਪਹਿਰ ਚੀਰ ਦੁਆ ਕਾਨ ਕੋ ਦੋਵਾਂ ਕੰਨਾਂ ਦੇ ਵਿੱਚ ਮੋਰੀਆਂ ਕੱਢ ਕੇ ਉਹ ਪਾਈਆਂ ਹੋਈਆਂ ਨੇ। ਆਥ ਵਿਰਾਗਣ ਧਰੇ ਮਣਹੋ ਕਰ ਮਾਨ ਕੋ। ਤੇ ਆ ਰਹੇ ਨੇ ਸਿੱਧ ਜਿਹੜੇ ਹੈ ਗੋਰਖ ਦੁਆਰਾ ਬੁਲਾਈ ਹੋਈ ਮੀਟਿੰਗ ਦੇ ਵਿੱਚ ਤੇ ਹੱਥਾਂ ਵਿੱਚ ਵਿਰਾਗਣਾਂ ਫੜੀਆਂ ਹੋਈਆਂ ਨੇ ਤੇ ਕਵੀ ਜੀ ਕਹਿੰਦੇ ਆ ਮਨਹੋ ਘਰ ਮਾਨ ਕੋ ਮੰਨ ਲਓ ਹੰਕਾਰ ਦਾ ਹੀ ਘਰ ਹੈ ਤੁਰੇ ਆਉਂਦੇ ਹਨ। ਸਵੈਤ ਵਿਭੂਤ ਸਰੀਰ ਲਗਾਏ ਬਣਾਏ ਕੈ। ਚਿੱਟੇ ਰੰਗ ਦੀ ਸੁਆਹ ਜਿਹੜੀ ਹੈ ਉਹ ਸਰੀਰ ਦੇ ਉੱਪਰ ਇਹਨਾਂ ਨੇ ਮਲੀ ਹੋਈ ਹੈ। ਸਿੰਘੀ ਲੈ ਕਰ ਮਾਹੇ ਬਜਾਏ ਸੁਣਾਏ ਕੈ। ਇਕਨਾਂ ਨੇ ਜਿਹੜਾ ਹਰਨ ਹੁੰਦਾ 12 ਸਿੰਘਾਂ ਉਹਦੇ ਸਿੰਘ ਨੂੰ ਇਸ ਪ੍ਰਕਾਰ ਉਹਦੇ ਵਿੱਚ ਛੇਕ ਕਰਕੇ ਉਹਨੂੰ ਵਜਾਉਣ ਦੀ ਜਿਹੜੀ ਹੈ ਉਹ ਇਸ ਪ੍ਰਕਾਰ ਯੰਤਰ ਬਣਾ ਲੈਂਦੇ ਹੈ ਤੋ ਇਕਨਾਂ ਦੇ ਹੱਥ ਵਿੱਚ ਉਹ ਹੈ ਤੇ ਸਿੰਘੀਆਂ ਵਜਾਉਂਦੇ ਆਉਂਦੇ ਹਨ। ਫਰੂਆ ਫਹੋਰੀ ਹੱਥ ਪਤਾਕਾ ਕਿਸ ਕਿਸੀ। ਇਸੇ ਤਰ੍ਹਾਂ ਕਈਆਂ ਦੇ ਹੱਥ ਦੇ ਵਿੱਚ ਠੂਠਾ ਹੈ ਤੇ ਕਈਆਂ ਦੇ ਫੌੜੀ ਹੈ ਤੇ ਕਿਸੇ ਦੇ ਜਿਹੜਾ ਉਹ ਫਰਲਾ ਜਿਹਾ ਜਿਹੜਾ ਉਹ ਫੜਿਆ ਹੋਇਆ ਹੈ। ਇਹ ਸੇਲੀ ਗੁਰ ਪਾਏ ਕੁਪੀਨਾ ਹੈ ਕੱਟ ਕਸੀ। ਕਈਆਂ ਨੇ ਜਿਹੜੀ ਹੈ ਸਿਰ ਦੇ ਉੱਪਰ ਸੇਲੀ ਪਾਈ ਹੋਈ ਹੈ ਤੇ ਕਈਆਂ ਨੇ ਜਿਹੜੀ ਹੈ ਲੱਕ ਦੇ ਨਾਲ ਕੁਪੀਨ ਜਿਹੜੀ ਹੁੰਦੀ ਲੰਗੋਟੀ ਉਹ ਕੱਸ ਕੇ ਬੱਧੀ ਹੋਈ ਹੈ। ਮੂਸ਼ੇ ਸ਼ਮਸ ਵਿਸਾਲ ਸੀਸ ਮੁੰਡਤ ਕਰੇ। ਮੁੱਛਾਂ ਦਾੜੀ ਤੇ ਸਿਰ ਜਿਹੜਾ ਹੈ ਇਸ ਪ੍ਰਕਾਰ ਇਹਨਾਂ ਨੇ ਮੁੰਡਤ ਕੀਤਾ ਹੋਇਆ ਹੈ ਇਹ ਇਸ ਪ੍ਰਕਾਰ ਜਿਹੜਾ ਹੈ ਮਨਾਇਆ ਹੋਇਆ ਹੈ ਇਹਨਾਂ ਨੇ ਰੋਡੇ ਹਨ। ਹੋ ਝੋਰੀ ਕੰਧੇ ਪਾਏ ਸੋ ਭਿਖਿਆ ਹਿੱਤ ਧਰੇ। ਕੰਧੇ ਦੇ ਉੱਤੇ ਮੋਢੇ ਦੇ ਉੱਤੇ ਝੋਲੀ ਪਾਈ ਹੋਈ ਹੈ ਭਿਖਿਆ ਮੰਗਣ ਦੇ ਵਾਸਤੇ। ਕੁਝ ਸਿੱਧ ਜਿਹੜੇ ਉਹ ਦਾੜੀ ਮੁੱਛਾਂ ਦੇ ਸਹਿਤ ਰਹਿੰਦੇ ਹੁੰਦੇ ਸੀ ਤੇ ਕੁਝ ਜਿਹੜੇ ਸੀਗੇ ਉਹ ਇਸ ਪ੍ਰਕਾਰ ਮੁਨਾ ਲੈਂਦੇ ਹੁੰਦੇ ਸੀ ਦੋਨੇ ਤਰ੍ਹਾਂ ਦੇ ਹੁੰਦੇ ਸੀ। ਸਰਬ ਸ਼ਕਤ ਕੋ ਧਰਤ ਗਰਭ ਉਰ ਵਧ ਰਹਾ। ਇਹਨਾਂ ਨੇ ਸਾਰਿਆਂ ਨੇ ਸ਼ਕਤੀਆਂ ਧਾਰੀਆਂ। ਇਹਨਾਂ ਦਾ ਕੰਪੀਟੀਸ਼ਨ ਉਦੋਂ ਇਹੋ ਹੀ ਹੁੰਦਾ ਸੀ ਵੀ ਇੱਕ ਨੇ ਫਲਾਣੇ ਪਹਾੜ ਦੀ ਕਿਸੇ ਕਾਰਨਰ ਦੇ ਉੱਤੇ ਆਪਣੀ ਪਾ ਜਗ੍ਹਾ ਬਣਾ ਕੇ ਇਹ ਮੇਰਾ ਆਸਣ ਹੈ ਉੱਥੇ ਫਿਰ ਜ਼ਿਆਦਾ ਧਿਆਨ ਜੋੜਨਾ ਜ਼ਿਆਦਾ ਧਿਆਨ ਜੋੜ ਕੇ ਤੇ ਫਿਰ ਇਸ ਪ੍ਰਕਾਰ ਆਖਣ ਵੀ ਉਹ ਫਲਾਣਾ ਜਿਹੜਾ ਉਹ ਆਪਣੀ ਸਿੱਧੀ ਦੀ ਸ਼ਕਤੀ ਨਾਲ ਆ ਕਰਤੱਬ ਕਰ ਲੈਂਦਾ ਹੈ ਮੈਂ ਉਹਦੇ ਨਾਲੋਂ ਅੱਗੇ ਜਿਹੜਾ ਵਧਣਾ ਹੈ ਉਹਦੇ ਨਾਲੋਂ ਜਿਹੜਾ ਅਗਾਂਹ ਵਧਣਾ ਹੈ। ਤੋ ਇਹਨਾਂ ਦਾ ਜੀਵਨ ਜਿਹੜਾ ਉਹ ਇਸ ਮੁਕਾਬਲੇ ਦੀ ਭਾਵਨਾ ਦੇ ਵਿੱਚ ਹੀ ਜਿਹੜਾ ਚੱਲਦਾ ਸੀ ਇਸ ਲਈ ਇਹਨਾਂ ਸਾਰਿਆਂ ਦੇ ਕੋਲ ਸ਼ਕਤੀਆਂ ਹੈਗੀਆਂ ਸਨ ਤੇ ਮਨ ਵਿੱਚ ਫਿਰ ਹੰਕਾਰ ਬਹੁਤ ਵਧਿਆ ਹੋਇਆ ਸੀਗਾ। ਸ਼ਿਨ ਮਹਿ ਉੱਡ ਕਰ ਜਾਏ ਹਿਰਦੈ ਤ੍ਰਿਟ ਹੈ ਜਹਾਂ। ਇਹਨਾਂ ਅੰਦਰ ਇਹ ਸ਼ਕਤੀ ਸੀ ਕਿ ਇਹ ਸ਼ਿਨ ਵਿੱਚ ਉੱਡ ਕੇ ਜਿੱਥੇ ਵੀ ਇਹਨਾਂ ਦੇ ਮਨ ਵਿੱਚ ਫੁਰਨਾ ਆਵੇ ਇਹ ਉੱਡ ਕੇ ਜਿਹੜੇ ਸਨ ਇਹ ਚਲੇ ਜਾਂਦੇ ਸਨ। ਅਣਸਵਾਨ ਹੋਇਆ ਜਾਨ ਪਹਾੜ ਸਮਾਨ ਕੋ। ਕਈ ਵਾਰ ਇਹ ਅਣੂ ਸਮਾਨ ਹੋ ਜਾਂਦੇ ਸਨ ਇਹ ਸਿੱਧੀਆਂ ਦੇ ਸਾਧ ਸੰਗਤ ਜੀ ਸਿੱਧੀਆਂ ਦੀ ਵਨਗੀ ਹੁੰਦੀ ਹੈ ਤੇ
ਰਿੱਧੀਆਂ ਅਲੱਗ ਨੇ ਤੇ ਸਿੱਧੀਆਂ ਅਲੱਗ ਨੇ ਤੇ ਨਿੱਧੀਆਂ ਅਲੱਗ ਨੇ। ਰਿੱਧੀਆਂ ਜਿਹੜੀਆਂ ਨੇ, ਰਿੱਧੀਆਂ ਉਹ ਚੀਜ਼ ਹੈ ਜਿਹੜੀ ਪਹਿਲਾਂ ਰਿੱਧੀਆਂ ਆਉਂਦੀਆਂ ਨਾਮ ਜਪਣ ਵਾਲੇ ਦੇ ਕੋਲ। ਰਿੱਧੀ ਉਹ ਚੀਜ਼ ਹੁੰਦੀ ਹੈ ਕਿ ਜਿਹਦੇ ਪਾਸ ਰਿੱਧੀਆਂ ਆ ਗਈਆਂ ਉਹ 5 ਕਿਲੋ ਆਟਾ ਲੈ ਕੇ ਅਤੇ ਅੰਦਰ ਗੁਪਤ ਤਰੀਕੇ ਨਾਲ ਰੱਖ ਲਏ, ਸਾਰਿਆਂ ਵਿੱਚ ਜ਼ਿਆਦਾ ਜਿਹੜੀ ਹੈ ਉਹ ਚਰਚਾ ਨਾ ਹੋਣ ਦੇਵੇ ਅਤੇ ਉਹਦਾ ਲੰਗਰ ਪਕਵਾਉਣਾ ਸ਼ੁਰੂ ਕਰ ਦੇਵੇ। ਉੱਧਰ ਹਜ਼ਾਰਾਂ ਹੀ ਬੰਦੇ ਜਿਹੜੇ ਉਹ ਲੰਗਰ ਖਾ ਖਾ ਕੇ ਜਾਈ ਜਾਣ ਅਤੇ ਉਹ ਫੁਰਨਾ ਕਰਕੇ ਲਾਗੇ ਬਹਿ ਜਾਵੇ ਵੀ ਮੁੱਕਣ ਨਹੀਂ ਦੇਣਾ, ਅਤੇ ਉਹ ਸਾਧ ਸੰਗਤ ਜੀ ਫਿਰ ਉਹ ਜਿਹੜਾ ਨਾ ਉਹ ਮੁੱਕੇਗਾ ਨਹੀਂ। ਇਹ ਰਿੱਧੀ ਦੀ ਜਿਹੜੀ ਇਹ ਸ਼ਕਤੀ ਹੁੰਦੀ ਹੈ, ਇਹ ਆਮ ਤੌਰ 'ਤੇ ਇਸ ਅਜੋਕੇ ਸਮੇਂ ਦੇ ਸਿੱਖ ਸਾਧੂ ਸੰਤਾਂ ਨੇ, ਜਿਹੜੇ ਪੂਰਨ ਸਾਧੂ ਸੰਤ ਹੈ ਉਹਨਾਂ ਨੇ ਕਈ ਵਾਰ ਵਰਤਾਈ ਹੈ ਅਤੇ ਜਿਨ੍ਹਾਂ ਨੇ ਇਹ ਵੇਖੀ ਹੈ। ਉਸ ਤਰ੍ਹਾਂ ਦੇ ਸਾਨੂੰ ਕਈ ਗੁਰਮੁਖ ਪਿਆਰੇ ਮਿਲੇ ਹੈ, ਉਹਨਾਂ ਨੇ ਸਾਨੂੰ ਇਹ ਦੱਸਿਆ ਵੀ ਇਸ ਤਰ੍ਹਾਂ ਹੋਇਆ ਸੀਗਾ। ਇਹ ਰਿੱਧੀਆਂ ਜਿਹੜੀਆਂ ਇਹ ਪਹਿਲਾਂ ਆ ਜਾਂਦੀਆਂ। ਫਿਰ ਸਿੱਧੀਆਂ ਉਹ ਹੁੰਦੀਆਂ ਨੇ ਜਿਹਦੇ ਨਾਲ ਸਰੀਰ ਦੇ ਕਰਤੱਬ ਕਰ ਲਈਦੇ ਹੈ, ਸਰੀਰ ਦੇ ਕਰਤੱਬ ਉੱਡ ਜਾਣਾ, ਹੌਲੇ ਹੋ ਜਾਣਾ, ਭਾਰੇ ਹੋ ਜਾਣਾ, ਜਿਸ ਤਰ੍ਹਾਂ ਇੱਥੇ ਵਚਨ ਆਇਆ ਵੀ ਅਣੂ ਦੇ ਸਮਾਨ ਹੋ ਜਾਣਾ। ਜੇ ਮਨੁੱਖ ਦਾ ਵੈਸੇ 70-80 ਕਿਲੋ ਵਜਨ ਹੈ ਅਤੇ ਉਹ ਇਸ ਪ੍ਰਕਾਰ ਇੱਕ ਅਣੂ ਵਰਗਾ ਜਿਹੜਾ ਉਹਦਾ ਰੂਹ ਵਰਗਾ ਜਿਹੜਾ ਉਹ ਭਾਰ ਹੋ ਜਾਣਾ। ਜੇ ਉਹ ਚਾਹਵੇ ਤਾਂ ਪਹਾੜ ਵਰਗਾ ਜਿਹੜਾ ਇੰਨਾ ਭਾਰ ਜਿਹੜਾ ਹੋ ਜਾਣਾ, ਕਿਸੇ ਨੂੰ ਆਖੇ ਮੈਨੂੰ ਚੁੱਕ ਕੇ ਅਤੇ ਦਿਖਾਲ ਅਤੇ ਉਹ ਚੁੱਕਿਆ ਨਹੀਂ ਜਾਏਗਾ। ਸਰੀਰ ਦੇ ਕਰਤੱਬ ਇਹ ਸਿੱਧੀਆਂ ਹਨ। ਇਸ ਤੋਂ ਅੱਗੇ ਸਾਧ ਸੰਗਤ ਜੀ ਨਿੱਧੀਆਂ ਨੇ। ਨਿੱਧੀਆਂ ਜਿਹੜੀਆਂ ਬਹੁਤ ਮੁਸ਼ਕਲ ਨਾਲ ਆਉਂਦੀਆਂ ਔਰ ਬਹੁਤ ਜ਼ਿਆਦਾ ਜਪ ਤਪ ਅਤੇ ਸੇਵਾ ਦੇ ਨਾਲ ਆਉਂਦੀਆਂ। ਜੇ ਪਹਿਲੀਆਂ ਰਿੱਧੀਆਂ ਅਤੇ ਸਿੱਧੀਆਂ ਨੂੰ ਪ੍ਰਾਪਤ ਕਰਕੇ ਲੋਕਾਂ ਵਿੱਚ ਚਰਚਾ ਨਾ ਕਰਵਾਈ ਹੋਵੇ, ਉਹਨਾਂ ਨੂੰ ਵੈਸੇ ਹੀ ਰੱਖਿਆ ਹੋਵੇ ਵੀ ਕੋਲ ਪਈਆਂ ਨੇ, ਸਾਨੂੰ ਲੋੜ ਨਹੀਂ ਇਹਨਾਂ ਦੀ ਕੋਈ, ਫਿਰ ਵੀ ਨਾਮ ਜਪਣਾ ਜਾਰੀ ਰੱਖੇ, ਭਗਤੀ ਜਾਰੀ ਰੱਖੇ, ਫਿਰ ਉਹ ਨਿੱਧੀਆਂ ਆਉਂਦੀਆਂ। ਨਿੱਧੀਆਂ ਨਾਮ ਹੁੰਦਾ ਖਜ਼ਾਨਿਆਂ ਦਾ। ਜਿਹਦੇ ਕੋਲ ਉਹ ਆ ਜਾਂਦੀਆਂ ਨੇ, ਉਹ ਫਿਰ ਜਿਸ ਤਰ੍ਹਾਂ ਕਿਸੇ ਦਰਖਤ ਦੇ ਪੱਤੇ ਜਿਹੜੇ ਇਕੱਠੇ ਕੀਤੇ ਪਏ ਹੈ ਉਹਦੇ 'ਤੇ ਫੁਰਨਾ ਮਨ ਵਿੱਚ ਕਰਕੇ ਦ੍ਰਿਸ਼ਟੀ ਪਾਵੇ ਤਾਂ ਸਾਰੇ ਡਾਲਰ ਬਣ ਜਾਂਦੇ, ਪੇਪਰ ਮਨੀ ਬਣ ਜਾਂਦੀ ਹੈ। ਕਿਤੇ ਰੂੜੀ ਪਈ ਹੋਈ ਹੈ, ਬੀਟੇ ਪਏ ਹੋਏ, ਢੇਰ ਪਿਆ ਹੋਇਆ, ਆਪਣੇ ਮਨ 'ਚ ਫੁਰਨਾ ਕਰਕੇ ਉਹਦੇ 'ਤੇ ਦ੍ਰਿਸ਼ਟੀ ਪਾਵੇ, ਉਹ ਸੋਨੇ ਦੇ ਬਣਾ ਦੇਵੇ ਭਾਵੇਂ ਉਹਨਾਂ ਨੂੰ ਚਾਂਦੀ ਦੇ ਬਣਾ ਦੇਵੇ, ਇਹ ਨਿੱਧੀਆਂ ਦੀ ਸ਼ਕਤੀ ਹੈ। ਜੇ ਨਿੱਧੀਆਂ ਆਈਆਂ ਕੋਲ ਫਿਰ ਉਹ ਇਸ ਤਰ੍ਹਾਂ ਕਰ ਸਕਦਾ, ਵਰਨਾ ਨਹੀਂ ਕਰ ਸਕਦਾ। ਇਸ ਤਰ੍ਹਾਂ ਇਹ 3 ਹਿੱਸਿਆਂ ਦੇ ਵਿੱਚ ਨੇ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਪੰਥ ਦੇ ਅੰਦਰ ਇਹ ਸਾਰੀਆਂ ਹੈ ਨਾ, ਪਰ ਸਾਡੇ ਕੋਲ ਹੀ ਇੰਨੇ ਪਰਹੇਜ਼ ਨਹੀਂ ਰਹਿੰਦੇ, ਕਿਉਂਕਿ ਪਰਹੇਜ਼ ਤੋਂ ਬਿਨਾਂ ਜਿਹੜਾ ਹੈ ਉਹ ਨਾਮ ਦਾ ਪ੍ਰਤਾਪ, ਬਾਕੀ ਤਾਂ ਬਹੁਤ ਸਾਰੀ ਖੁਸ਼ਹਾਲੀ, ਘਰ ਵਿੱਚ ਖੁਸ਼ਹਾਲੀ ਆ ਜਾਣੀ, ਕਾਰੋਬਾਰ ਚੱਲੀ ਜਾਣੇ, ਸਭ ਕੁਛ ਜਿਹੜਾ ਉਹ ਮਿਲਦਾ ਜਾਣਾ, ਪਰ ਜਿਹੜੀ ਉਹ ਸਿਖਰ ਹੈ ਉੱਥੋਂ ਤੱਕ ਜਿਹੜਾ ਉਹ ਇਨਸਾਨ ਪਹੁੰਚਣ ਤੋਂ ਦਾ ਫਿਕਰ ਹੀ ਨਹੀਂ ਕਰਦਾ, ਸੋਚਦਾ ਵੀ ਆਨੰਦ ਹੀ ਹੈ ਕਿ ਹੁਣ ਅਗਾਂਹ ਕੀ ਇੰਨੀ ਮਿਹਨਤ ਕਰਨੀ ਹੈ। ਪਰ ਗੁਰੂ ਸਾਹਿਬ ਦਾ ਸਿਧਾਂਤ ਹੈ, ਬ੍ਰਹਮ ਬਿੰਦੈ ਤਿਸ ਦਾ ਬ੍ਰਹਮਾਤਰ ਹੈ, ਏਕ ਸ਼ਬਦ ਲਿਵ ਲਾਏ ਨਵ ਨਿੱਧੀ 18 ਹੈ, ਸਿੱਧੀ ਪਿੱਛੇ ਲੱਗੀਆਂ ਫਿਰ ਹੇ ਜੋ ਹਰ ਹਿਰਦੈ ਸਦਾ ਵਸਾਏ। ਜਿਹੜਾ ਹਿਰਦੇ 'ਚ ਸਦਾ ਵਸਾ ਲਵੇ ਇੱਕ ਸ਼ਬਦ ਨੂੰ ਅਤੇ ਇੱਕ ਸ਼ਬਦ ਵਿੱਚ ਲਿਵ ਲਾ ਲਵੇ, ਮਹਾਰਾਜ ਨੇ ਮੋਹਰ ਲਾ ਦਿੱਤੀ ਗੁਰਬਾਣੀ ਦੇ ਵਿੱਚ ਵੀ ਉਹਦੇ ਪਿੱਛੇ ਪਿੱਛੇ ਫਿਰਦੀਆਂ ਨੇ ਵੀ ਅਸੀਂ ਹਾਜ਼ਰ ਹਾਂ, ਅਸੀਂ ਸ਼ਕਤੀਆਂ ਆ ਗਈਆਂ, ਤੂੰ ਜਿੱਥੇ ਯੂਜ ਕਰਨਾ ਹੈ ਉੱਥੇ ਕਰ ਲੈ। ਸੋ ਇਸ ਪ੍ਰਕਾਰ ਇਹ ਜਿਹੜੇ ਸਿੱਧ ਲੋਕ ਨੇ, ਗੋਰਖ ਦੇ ਚੇਲੇ ਹੈ, ਇਹ ਜ਼ਿਆਦਾ ਮਾਹਰ ਸਨ ਸਿੱਧੀਆਂ ਦੇ ਵਿੱਚ, ਇਸ ਕਰਕੇ ਸਰਦੀਰ ਦੇ ਜਿਹੜੇ ਕਰਤੱਬ ਹੈ ਉਹ ਦਿਖਾਉਂਦੇ ਸੀਗੇ। ਇਹਨਾਂ ਨੇ ਇਸ ਪ੍ਰਕਾਰ ਅਣੂ ਵਰਗਾ ਸਰੀਰ ਅਤੇ ਇਸ ਪ੍ਰਕਾਰ ਪਹਾੜ ਵਰਗਾ ਭਾਰਾ ਸਰੀਰ, ਇਸ ਤਰ੍ਹਾਂ ਦਾ ਸਾਧ ਸੰਗਤ ਜੀ, ਅਣ ਸਮਾਨ ਹੋਇਆ ਜਾਨ ਪਹਾੜ ਸਮਾਨ ਕੋ, ਹੋ ਚਾਹੇ ਚਲਾਵੇ ਅਚੱਲ ਉੜੇ ਅਸਮਾਨ ਕੋ। ਅਸਮਾਨ ਵੱਲ ਨੂੰ ਉੱਡ ਜਾਂਦੇ ਸੀ, ਜੇ ਕਿਸੇ ਵੱਡੀ ਪਹਾੜ ਦੀ ਸਿਲਾ ਨੂੰ ਕਿਤੇ ਚਲਾਉਣਾ ਚਾਹੁੰਦੇ ਸੀ ਤੇ ਉਹ ਘੋੜੇ ਵਾਂਗ ਜਾਂ ਗੱਡੀ ਮੋਟਰ ਵਾਂਗ ਉਹ ਵੀ ਜਿਹੜੀ ਸੀ ਉਹ ਅੱਗੇ ਚੱਲ ਪੈਂਦੀ ਸੀ। ਇਸ ਤਰ੍ਹਾਂ ਦੀਆਂ ਇਹਨਾਂ ਦੇ ਕੋਲ ਸਿੱਧੀਆਂ ਸਨ। ਇਹ ਹੁਣ ਆ ਗਏ ਨੇ ਗੋਰਖਨਾਥ ਦੇ ਕੋਲ, ਉੱਥੇ ਹੰਗਾਮੀ ਮੀਟਿੰਗ ਹੋ ਰਹੀ ਹੈ। ਇਹ ਹੁਣ ਕੀ ਸਲਾਹਾਂ ਕਰਨਗੇ ਗੁਰੂ ਨਾਨਕ ਸਾਹਿਬ ਜੀ ਨੂੰ ਜਿੱਤਣ ਦੇ ਵਾਸਤੇ, ਇਹ ਪ੍ਰਸੰਗ ਸਾਧ ਸੰਗਤ ਜੀ ਉਹ ਅੱਗੇ ਆਉਣਗੇ ਜੀ। ਜਿਤਨੇ ਵੀ ਮਾਈ ਭਾਈ ਗੁਰੂ ਦਰਬਾਰ ਵਿੱਚ ਪਹੁੰਚੇ ਨੇ ਸਭਨਾਂ ਦਾ ਧੰਨਵਾਦ, ਸਭਨਾਂ ਨੂੰ ਜੀ ਆਇਆਂ ਨੂੰ ਭੁੱਲਾਂ ਦੀ ਖਿਮਾ ਬਖਸ਼ੋ। ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ। ਅਣੂ ਸਮਾਨ ਹੋਇਆ ਜਾਣ ਪਹਾੜ ਸਮਾਨ ਕੋ, ਹਉ ਚਾਹੇ ਚਲਾਵੇ ਅਚੱਲ ਉੱਡੇ ਅਸਮਾਨ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।